ਚਾਦਰ ਦੇਖ ਕੇ ਪਿਆ ਤੇ ਬੱਚਾ ਹੁਣ ਕੱਲ ਨੂੰ ਕਹਿੰਦਾ ਮੈਨੂੰ BMW ਲਈ ਚਾਹੀਦੀ। ਬੱਚਾ ਕੀਤਾ ਕੀ ਹੈ ਤੂੰ? ਪਹਿਲੇ BMW ਹੋ ਜਾ ਨਾ, ਜੇ ਬਾਪੂ ਕੋ ਪੈਸੇ ਚਾਰ ਹੈਗੇ ਆ ਉਹ BMW ਕਰੂਗਾ ਕੀ, ਤੁਹਾਨੂੰ ਪੁੱਠੇ ਕੰਮ ਹੀ ਕਰ। ਬੱਚੇ ਨੂੰ ਕਦੀ ਸਿਖਾਉਂਦੇ ਨਹੀਂ ਹੈ ਨਾ ਵੈਲਿਊ ਕੀ ਹੈ ਪੈਸੇ ਦੀ, ਗੱਲ ਤੇ ਹੋਈ ਹੈ ਨਾ, ਜੇ ਪੰਜ ਮੰਗੇ ਦੱਸ ਦੇ ਤੇ ਉਹਨੂੰ ਕੀ ਪਤਾ ਵੈਲਿਊ ਕੀ ਹੈ, ਪੈਸੇ ਕਿੱਥੋਂ ਬਣਾਏ ਕਿੱਥੋਂ ਕਿੱਦਾਂ ਕਮਾਈਦਾ ਆ, ਗੱਲ ਉਹ ਆ ਨਾ। ਲਾਈਕ ਹੁਣ ਆ ਬੱਚੇ ਨੂੰ ਜਿਹੜੇ ਜਿਹੜੇ ਵੇਖ ਲਓ ਜਿਹੜੇ ਮਾਂ ਪਿਓ ਚ ਚਲੋ ਠੀਕ ਹੈ ਬਿਜ਼ਨਸ ਚੱਲਦਾ ਆ ਪੈਸੇ ਬਣਦੇ ਆ, ਕਦੀ ਆਪ ਬੱਚੇ ਨੂੰ ਸਿਖਾਉਂਦੇ ਨਹੀਂ ਯਾਰ ਹਾਂ ਪੈਸੇ ਕਿੱਦਾਂ ਕਮਾਈ ਦਾ, ਬਿਜ਼ਨਸ ਕਿੰਨਾ ਔਖਾ ਗਾ ਚਲਾਉਣ ਲਈ। ਤੋ ਫਿਰ ਪਿਓ ਦੀ ਨਹੀਂ ਨਾ ਟੌਰ ਬਣਦੀ, ਜੇ ਜੇ ਬੱਚੇ ਪੰਜ ਮੰਗੇ ਦਸ ਤੇ ਪਿਓ ਨੇ ਕਹਿਣਾ ਮੇਰੀ ਟੌਰ ਨਹੀਂ ਬਣਦੀ, ਸਾਰਾ ਸਟੇਟਸ ਹੈ ਨਾ ਯਾਰ ਹਾਂ ਮੇਰੇ ਬੱਚਾ ਨਹੀਂ BMW ਨਹੀਂ ਲਈ, ਤੋ ਉਹਦਾ ਰਿਜ਼ਲਟ ਕੀ ਨਿਕਲਦਾ ਉਹਦਾ, ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ, ਮੈਂ ਉਹ ਕਹਿਣਾ ਨਹੀਂ ਚਾਹੁੰਦਾ, ਤੁਹਾਡੇ ਸਾਹਮਣੇ ਹੀ ਆ ਕੀ ਦੇਖਦੇ ਆਪਣੀਆਂ ਨਿਊਜ਼ ਕਿੱਦੀ ਆਉਂਦੀਆਂ। ਆ ਪਿੱਛੇ ਦੇ ਦੋ ਮਰੇ ਆ ਗੋਲੀ ਨਾਲ, ਕੀ ਕੱਟਿਆ ਸ਼ੂਟਿੰਗ, ਠੀਕ ਹੈ ਨਾ, ਉਹਦਾ ਉਹਦਾ ਕਾਰਨ ਕੀ ਆ, ਉਹਦੇ ਰੂਟਸ ਕੀ ਆ? ਕਾਰਨ ਇਹ ਆ ਵੀ ਸਭ ਤੋਂ ਵੱਡੀ ਗੱਲ ਮੈਂ ਉੱਥੇ ਲੈ ਕੇ ਆਉਣਾ, ਆਪਾਂ ਸਾਰੇ ਸਿੱਖ ਹਾਂ ਅਤੇ ਉਹਦੇ ਵਿੱਚ ਜੇ ਸਿੱਖ ਵੀ ਇੱਦਾਂ ਕਰਦੇ ਨਾ ਤਾਂ ਫਿਰ ਮੇਰੇ ਖਿਆਲ 'ਚ ਸਾਨੂੰ ਰਾਈਟ ਨਹੀਂ ਹੈਗਾ ਸਿੱਖਾਂ ਦੇ ਘਰ ਜਨਮ ਲੈਣ ਦਾ। ਪਹਿਲਾਂ ਸਿੱਖ ਦੇ ਉਹਦੀ ਵੇਖੋ ਉਹਦੀਆਂ ਜੜ੍ਹਾਂ ਕਿੱਥੋਂ ਲੱਗੀਆਂ, ਕੀ ਸੀ ਉਹਨਾਂ ਦਾ, ਉਹਨਾਂ ਲੋਕਾਂ ਦਾ, ਉਹ ਲੋਕ ਤਾਂ ਘੋੜਿਆਂ ਦੀਆਂ ਕਾਠੀਆਂ 'ਤੇ ਵੀ ਸੌਂ ਕੇ ਅਤੇ ਸ਼ੁਕਰ ਕਰਦੇ ਰੱਬ ਦਾ, ਤਾਂ ਅਸੀਂ ਕੋਠੀਆਂ 'ਚ ਪਏ ਵੀ ਸਾਨੂੰ ਨੀਂਦ ਨਹੀਂ ਆਉਂਦੀ। ਮੈਂਟਲੀ ਅਪਸੈਟ, ਤੁਸੀਂ ਮੈਂਟਲੀ ਦੀ ਗੱਲ ਕਰਦੇ, ਮੈਂਟਲੀ ਅਪਸੈਟ ਕਿਉਂ ਆ? ਕੋ ਅਸੀਂ ਜਦੋਂ ਬੜੇ ਬੜੇ ਪੰਗੇ ਲੈਣੇ ਆ ਘਰ ਵਿੱਚ, ਤੂੰ ਤੂੰ ਮੈਂ ਰਹਿਣੀ ਰਾਤ ਦਿਨ, ਠੀਕ ਹੈ ਨਾ, ਹਾਂਜੀ, ਮਤਲਬ ਕਿ ਬੱਚਿਆਂ ਦਾ, ਬੱਚੇ ਸੁੱਤੇ ਹੀ ਦੇਖਣੇ, ਬੱਚਿਆਂ ਦਾ ਪਤਾ ਨਹੀਂ ਡੈਡੀ ਕਦੋਂ ਆਇਆ ਕਦੋਂ ਕੰਮ 'ਤੇ ਚਲੇ ਗਿਆ, ਨਾ ਮਾਂ ਦਾ ਪਤਾ, ਸਕੂਲੋਂ ਆਏ ਆ ਮਾਂ ਪਿਓ ਘਰੇ ਨਹੀਂ ਹੈਗੇ। Hi guys, welcome back to episode, I don't know where we are right now, 18, 19? Somewhere around there. Yeah. Today, we're taking a different approach in a sense where we're going to be kind of repeating a couple of topics that we've spoken about before, but we're going to do it differently. We're going to speak predominantly, majority of the time, in Punjabi. Yeah. And I think the reason why we want to do that is because I think it's important, especially being, you know, two Punjabis, that me and Mokar are representing it while we were here, Pug and everything. Yeah. I think it's important to relay a message in Punjabi to showcase that it's still part of us, and we need to continue that. And you know, to do that, we have Mok's dad on the podcast today. So you know, man, thank you, Uncle Soda Honda. Te naale saryan nu jo bhi hage ya audience, saryan nu jiyan nu te sat sri akaal. Thank you, Soda Honda, Uncle. Okay, thank you very much. Sare sunn wale srotyan nu mere lo pyar bhari sat sri akaal. And Waheguru Ji ka khalsa, Waheguru Ji ki fateh. Te actually, hun Uncle ji aaye, tusi unnu fateh gar ji ya, right? ਇੱਕ ਗੱਲ ਮੈਂ ਦੇਖ ਪਤਾ ਕੀ ਦੇਖਿਆ, ਬਹੁਤ ਨਾ ਅੱਜ ਕੱਲ੍ਹ ਲੋਕ ਇਸ਼ਾਏ ਬਹੁਤ ਹੁੰਦੇ ਆ, ਜੇ ਹੁਣ ਆਪਾਂ ਕਹਿੰਦੇ ਇੱਕ ਦੂਜੇ ਨੂੰ, ਤੁਸੀਂ ਕਦੀ ਊਂ ਜਵਾਕ ਨੂੰ ਦੇਖਿਆ ਕਹਿੰਦੇ ਇੱਕ ਦੂਜੇ ਨੂੰ, ਜੇ ਜਾਂ ਤਾਂ ਉਹ ਗੁਰਦੁਆਰੇ ਹੋ ਤਾਂ ਕਹਿੰਦੇ ਆ, ਆਮ ਤੁਸੀਂ ਕਿਸੇ ਜਵਾਕ ਨੂੰ ਦੇਖੋਗੇ ਨਹੀਂ, ਜੇ ਕਹਿੰਦੇ ਜੇ ਫਤਿਹਗੜ੍ਹ ਦੇ ਨਾ ਆਪਾਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕੋਈ ਉਹ ਕੋਈ ਅੰਕਲ ਪਤਾ ਨਹੀਂ ਕਾਹ ਤੋਂ ਆਪਣੇ ਕਲਚਰ। ਅੰਕਲ ਪਤਾ ਕੀ ਹੈ, ਮੈਂ ਦੇਖਿਆ ਆਪਣਾ ਥੋੜ੍ਹਾ ਕਲਚਰ ਨਾ ਸਟੈਗਨੇਟ ਹੋ ਗਿਆ, ਆਪਾਂ ਜੇ ਮੈਂ ਮੁੱਖ ਨਾਲ ਗੱਲ ਕਰਦਾ ਸੀਗਾ ਵੀ ਆਪਾਂ ਕਾਹਤੋਂ ਪੰਜਾਬੀ 'ਚ ਗੱਲ ਕਰਨੀ ਹੈ ਇਹ ਪੋਡਕਾਸਟ ਦੇ ਵਿੱਚ, ਆਮ ਲਾਈਕ ਆਪਣਾ ਫਰਜ਼ ਬਣਦਾ ਆ, ਕਿਉਂ ਕਿਉਂਕਿ ਹੁਣ ਜੋ ਲੋਕ ਸਾਨੂੰ ਪਰਸੀਵ ਕਰਦੇ ਆ, ਜਿਵੇਂ ਯੰਗ ਜਨਰੇਸ਼ਨ ਹੋਊਗੀ, ਭਲਾ 20 ਸਾਲਾਂ ਦੇ 30 ਦੇ 40 ਦੇ ਵੀ ਆ, ਕੋਈ ਵੀ ਆ, ਰਾਈਟ? ਮੇਰੇ ਕਿੰਨੇ ਕਜ਼ਨ ਮੈਨੂੰ ਕਹਿੰਦੇ ਆ ਵੀ ਇੱਕ ਵਾਰੀ ਪੰਜਾਬੀ ਪਲੀਜ਼ ਪੋਡਕਾਸਟ ਕਰ ਦੇ,
ਇੱਕ ਇੱਕ ਮੇਰਾ ਇੱਕ ਹੋਰ ਫਰੈਂਡ ਨੇ ਰੀਚ ਆਊਟ ਕੀਤਾ, ਕਹਿੰਦਾ ਇੱਕ ਪੰਜਾਬੀ ਬਾਰੇ ਜ਼ਰੂਰ ਕਰਿਓ, ਕਹਿੰਦੇ ਇੰਪੋਰਟੈਂਟ ਆ ਵੀ ਲੋਕਾਂ ਨੂੰ ਆਪਣੇ ਮੈਸੇਜ ਨੂੰ ਸੁਣਾਉਣੇ ਚਾਹੀਦੇ ਆ, ਕਿਉਂਕਿ ਜੋ ਆਪਾਂ ਟੋਪਿਕ ਦੀ ਗੱਲਾਂ ਕਰਦੇ ਹਾਂ ਵੀ ਘਰ ਦੇ ਵਿੱਚ ਮੈਂਟਲ ਹੈਲਥ ਦੀ ਪ੍ਰੋਬਲਮ ਜਾਂ ਘਰਾਂ ਦੇ ਵਿੱਚ ਸਿਚੁਏਸ਼ਨ ਜਿਵੇਂ ਹੁਣ ਕੋਈ ਡਰੱਗ ਅਲਕੋਹਲ ਦੀ ਪ੍ਰੋਬਲਮ ਆਪਣੇ ਆਪਣੇ ਪੰਜਾਬੀਆਂ 'ਚ ਰਹੀ ਆ, ਕਾਹਤੋਂ ਰਹੀ ਆ, ਉਹ ਰੂਟਡ ਆ ਵੀ ਪਹਿਲਾਂ ਤੋਂ ਕਾਫੀ ਚੜ੍ਹਦੀ। ਸੋ ਇੱਕ ਗੱਲ ਸੋ ਨਾ ਗੱਲ ਕਰਨਾ ਚਾਹੁੰਦੇ ਸੀ ਵੀ ਜੋ ਆਪਣੀ ਫੈਮਿਲੀ ਦੇ ਵਿੱਚ ਨਾ ਜਿਹੜੇ ਹਾਰਡਸ਼ਿਪ ਆ ਸ਼ੁਰੂ ਤੋਂ, ਉਹ ਕਿੱਥੋਂ ਜਿਵੇਂ ਤੁਹਾਡੀ ਜਰਨੀ ਕਿੱਥੋਂ ਸ਼ੁਰੂ ਹੋਈ ਆ, ਵੀ ਤੁਹਾਨੂੰ ਇੱਕ ਤੌਰ 'ਤੇ ਜਿਵੇਂ ਤੁਹਾਡੇ ਕੋਲ ਜਿਹੜਾ ਮਾਸਕ ਪਾਉਂਦੇ ਨਾ ਆਪਾਂ ਕਹਿੰਦੇ ਹਾਂ ਵੀ ਤੁਹਾਨੂੰ ਟਫ ਦਿਖਾਉਣਾ ਪਿਆ ਸੀ ਦੁਨੀਆ ਨੂੰ ਵੀ ਮੈਂ ਟਫ ਰਹਿਣਾ, ਕਿਉਂਕਿ ਜੇ ਮੈਂ ਨਹੀਂ ਰਿਹਾ ਵੀ ਮੇਰੇ ਜਵਾਕ ਅੱਗੇ ਕਿਵੇਂ ਵਧਣਗੇ, ਰਾਈਟ? ਸੋ ਲੋਕਾਂ ਨਾਲ ਅੰਕਲ ਜਿਵੇਂ ਜੇ ਔਡੀਅੰਸ ਹੈਗੀ ਆ, ਤੁਸੀਂ ਆਪਣੀ ਕਹਾਣੀ ਦੱਸ ਸਕਦੇ ਵੀ ਕਿਵੇਂ ਆਏ ਆ ਇੱਥੇ ਅਤੇ ਕਿੰਨਾ ਹਾਰਡ ਸੀਗਾ ਉਹ ਜ਼ਮਾਨੇ ਦੇ ਵਿੱਚ ਅਤੇ ਹੁਣ ਤੁਸੀਂ ਇੱਥੇ ਆਏ। ਹਾਂਜੀ, ਮੇਰਾ ਬਚਪਨ ਤਾਂ ਪਿੰਡ ਵਿੱਚ ਹੀ ਲੰਘਿਆ ਅਤੇ ਮੈਂ ਠੇਠ ਪੰਜਾਬੀ ਬੋਲੂੰਗਾ, ਇਹਨਾਂ ਬੱਚਿਆਂ ਨੂੰ ਤਰਜੀਹ ਨਹੀਂ ਆਉਂਦੀ, ਸਾਨੂੰ ਇੰਨੀ ਠੇਠ ਨਹੀਂ ਆਉਂਦੀ, ਸੋ ਮਾਫ ਕਰਿਓ ਜੋ ਵੀ ਦੇਖਦੇ ਆ, ਸਾਰਾ ਕੁਝ ਸਿਖਾ ਦੇਣਾ ਤੈਨੂੰ ਅੱਜ, ਅਤੇ ਮੈਂ ਪਹਿਲੀ ਵਾਰ ਹੀ ਬੋਲ ਰਿਹਾ ਇਸ ਕਰਕੇ ਥੋੜ੍ਹਾ ਜਿਹਾ ਤਿਆਰੀ ਤਿਊਰੀ ਕੋਈ ਨਹੀਂ ਹੈਗੀ, ਸਿੱਧਾ ਸਿੰਪਲ ਹੀ ਆ। ਅਤੇ ਸੋ ਬਚਪਨ ਪਿੰਡ ਵਿੱਚ ਲੰਘਿਆ, ਉਸ ਤੋਂ ਬਾਅਦ ਪੜ੍ਹਾਈ ਸ਼ੁਰੂ ਹੋ ਗਈ, ਅਤੇ ਪੇਰੈਂਟ ਜਿਹੜੇ ਉਹ ਖੇਤੀ ਕਰਦੇ ਸੀ, ਅਸੀਂ ਜੁਆਇੰਟ ਫੈਮਿਲੀ 'ਚ ਮੈਂ ਗਰੋ ਅਪ ਹੋਇਆ, ਸਾਡੇ ਪਿਤਾ ਜੀ ਚਾਰ ਭਰਾ ਸੀ ਅਤੇ ਇੱਕ ਚਾਚਾ ਜੀ ਹੈਗੇ, ਬਾਕੀ ਸਾਰੇ ਚੜ੍ਹਾਈ ਕਰ ਗਏ। ਹਾਂਜੀ, ਚਾਚਾ ਜੀ ਮੇਰਾ 93-94 ਜੀਰੋ ਓਲਡ, ਓਕੇ, ਅਤੇ ਖੇਤੀਬਾੜੀ ਨਾਲ ਬਿਲੋਂਗ ਸਾਰਾ ਕੁਝ, ਅਤੇ 24 ਮੈਂਬਰ ਸੀ ਇੱਕ ਘਰ 'ਚ, ਕੰਟਰੋਲ ਕੌਣ ਕਰਦਾ ਸੀ, ਇੱਕ ਦਾਦਾ ਜੀ, ਅੱਛਾ ਬਾਹਰ ਦਾਦਾ ਜੀ ਕਰਦੇ ਸੀ ਜੋ ਕਮਾਉਣਾ ਲਿਆਉਣਾ ਸਾਰਾ, ਘਰੇ ਦਾਦੀ ਜੀ, ਹਰ ਇੱਕ ਨੂੰ ਬਰਾਬਰ ਦਾ ਖਾਣਾ ਮਿਲਦਾ ਸੀ, ਇਹ ਨਹੀਂ ਜੀ ਚਾਰ ਨਵਾਂ ਘਰ ਵਿੱਚ ਆ ਤੂੰ ਆਪਦੇ ਦੇ ਬੱਚਿਆਂ ਦੇਣਗੇ, ਨਹੀਂ, ਹਾਂਜੀ ਦਾਦੀ ਹੀ ਕੰਟਰੋਲ ਕਰਦੀ ਸੀ ਸਾਰਾ, ਲੋਕ ਚਾਬੀ ਉਹਦੇ ਹੱਥ ਜਾਂਦੀ ਸੀ, ਤਾਂ ਰਿਸਪੈਕਟ ਸੀ ਇੱਕ ਦੂਜੇ ਦੀ, ਜੇ ਇੱਕ ਬੱਚੇ ਨੇ ਸ਼ਰਾਰਤ ਕੀਤੀ ਆ ਤਾਂ ਉਹਨੂੰ ਹਰ ਚਾਚੀ ਤਾਈਆਂ ਨੂੰ ਅਧਿਕਾਰ ਸੀ ਦਾ ਚਾਚਿਆਂ ਤਾਈਆਂ ਨੂੰ ਕਿ ਬੱਚੇ ਨੂੰ ਝਿੜਕ ਸਕੇ, ਕੋਈ ਮਾੜੀ ਨਹੀਂ ਸੀ ਕਰਦਾ, ਅਤੇ ਇਸ ਕਰਕੇ ਉਹ ਰਿਸਪੈਕਟ ਸੀ ਇੱਕ ਦੂਜੇ ਦੀ, ਅਤੇ ਇੱਕ ਬੰਦਾ ਕੰਟਰੋਲ ਕਰਦਾ ਸੀ, ਅਤੇ ਅੱਜ ਕੱਲ੍ਹ ਤਾਂ ਹਰ ਕੋਈ ਬੌਸ ਆ, ਅਤੇ ਇਹਦੀ ਪ੍ਰੋਬਲਮ ਆ ਅੰਕਲ। ਹਾਂ ਚਲੋ ਇਹ ਅੱਗੇ ਚੱਲ ਕੇ ਕਰਦੇ ਹਾਂ। ਸੋ ਪੜ੍ਹਾਈ ਪੂਰੀ ਕੀਤੀ, ਮੈਂ ਬਥੇਰੀ ਟਰਾਈ ਕੀਤੀ ਉੱਥੇ ਜੋਬ ਵਾਸਤੇ, ਪਹਿਲਾਂ 1986 ਵਿੱਚ ਮੈਂ IPS ਜਿਹਨੂੰ ਇੰਡੀਅਨ ਪੁਲਿਸ ਸਰਵਿਸ ਸੁਪਰਡੈਂਟ ਆਫ ਪੁਲਿਸ ਕਹਿੰਦੇ ਆ, ਹਾਂਜੀ, ਅਤੇ ਉਹ ਚੰਡੀਗੜ੍ਹ ਐਗਜ਼ਾਮ ਸੀ ਦੇ, ਓਕੇ, ਅਤੇ ਮੇਰੇ ਇਲਾਕੇ 'ਚ ਤਾਂ ਮੈਂ ਇਕੱਲਾ ਹੀ ਸੀ, ਹੈ ਨਹੀਂ ਸੀ ਕੋਈ ਵੀ ਉਸ ਟਾਈਮ 'ਤੇ, ਕਿਤਾਬਾਂ ਲੈਣੀਆਂ ਮੁਸ਼ਕਲ ਸੀ, ਇੰਨਾ ਕਮਾਈ ਨਹੀਂ ਸੀ ਹੈਗੀ, ਖੇਤੀਬਾੜੀ ਨਾਲ ਬਿਲੋਂਗ ਸੀ, ਕਦੀ ਹੜ੍ਹ ਆ ਗਿਆ, ਕਦੀ ਹਨੇਰੀ ਆ ਗਈ, ਕਦੀ ਗੜੇ ਪੈ ਗਏ, ਹੁਣ ਵੀ ਗੜੇ ਪਏ ਹੋਏ ਆ, ਹਾਂਜੀ ਹੁਣ ਵੀ ਕਣਕ ਖਰਾਬ ਹੋਈ ਆ, ਖੇਤੀ ਸਾਰੀ ਖਰਾਬ, ਖੇਤੀ ਸਾਰੀ ਤੇ ਰੱਬ ਦੇ ਆਸਰੇ ਆ, ਕਹਿੰਦੇ ਖੇਤੀ ਕਰਮਾਂ ਛੇਤੀ, ਉਹ ਕਰਮਾਂ ਨੇ ਮਿਲਣੀ ਆ, ਤੇ ਚਲੋ ਬ੍ਰਦਰ ਟੀਚਰ ਸੀ, ਚਾਚਾ ਸਰਪੰਚ ਸੀ, ਇਸ ਕਰਕੇ ਉਹ ਪੁਸ਼ ਕਰੀ ਗਿਆ ਮੈਨੂੰ ਚੱਲ ਵੀ ਚੱਲ ਅੱਗੇ ਚੱਲ, ਹਾਂਜੀ ਚਲੋ ਉਹਦੇ ਵਿੱਚ ਹਰ ਇੱਕ ਨੂੰ ਪਤਾ ਹੀ ਆ ਵੀ ਉੱਥੇ ਕਰਪਸ਼ਨ ਚੱਲਦੀ ਆ, ਅਤੇ ਕਾਲਜ ਵਿੱਚ ਪ੍ਰਿੰਸੀਪਲ ਨਾਲ ਗੱਲ ਹੋਈ, ਉਹ ਕਹਿੰਦਾ ਵੀ 5,25,000 ਚਾਹੀਦਾ SP ਲੱਗਣ ਲਈ, ਘਰੇ ਗੱਲ ਕੀਤੀ, ਕਹਿੰਦੇ ਨਹੀਂ ਇੰਨੇ ਸਾਡੇ ਕੋਲ ਨਹੀਂ, ਉਸ ਟਾਈਮ 'ਤੇ ਜ਼ਮੀਨ ਵੀ ਸਾਰੀ 1,000 ਰੁਪਏ ਦਾ ਏਕੜ ਹੋਊਗਾ, ਅਤੇ ਨਹੀਂ ਫਿਰ ਮੈਂ ਛੱਡ ਕੇ ਚਲੇ ਗਿਆ ਵਾਪਸ, ਫਿਰ ਮਾਸਟਰ ਕਰਨੀ ਸ਼ੁਰੂ ਕਰਤੀ, ਫਿਰ 88 'ਚ ਮਾਸਟਰ ਕੀਤੀ, ਅਤੇ ਫਿਰ ਇੰਸਪੈਕਟਰ ਸਬ ਇੰਸਪੈਕਟਰ ਦੀਆਂ ਪੋਸਟਾਂ ਡਿਗਰੀਆਂ, ਅਤੇ ਉਹਦੇ ਵਿੱਚ ਫਾਰਮ ਭਰੇ, ਵਾਰੀ ਆ ਗਈ ਉੱਥੇ ਫਿਰ ਕਰਪਸ਼ਨ ਦੁਆਰਾ, ਫਿਰ MLA ਨਾਲ ਗੱਲ ਕੀਤੀ, ਉਹ ਕਹਿੰਦਾ ਜੀ 1,25,000 ਲੱਗੂਗਾ, ਅੱਛਾ ਪੈਸੇ ਤਿਆਰ ਕਰ ਲੈ, ਅਤੇ ਹੁਣ ਸਭ ਤੋਂ ਵੱਡੀ ਚੀਜ਼ ਆ ਵੀ ਸਿੱਖ ਧਰਮ 'ਚ ਅਸੀਂ ਕਿੱਥੇ ਮਾਰ ਖਾਂਦੇ ਹਾਂ, ਅਸੀਂ ਅੱਜ ਤੱਕ ਜਾਤਾਂ ਪਾਤਾਂ ਨਹੀਂ ਛੱਡੀਆਂ, ਜਦਕਿ ਸਾਨੂੰ ਇਹਨਾਂ ਵਿੱਚੋਂ ਹੀ ਗੁਰੂ ਮਹਾਰਾਜ ਨੇ ਕੱਢਿਆ, ਹਾਂਜੀ, ਪਰ ਅਸੀਂ ਨਹੀਂ ਅਜੇ ਤੱਕ ਲੜੀ ਜਾਂਦੇ ਹਾਂ, ਤਦੇ ਬਖਸ਼ਿਸ਼ ਨਹੀਂ ਹੁੰਦੀ ਮਹਾਰਾਜ ਦੀ, ਅਤੇ ਉਹਦੇ ਵਿੱਚ ਤਿਆਰ ਕਰ ਲਿਆ, ਅਤੇ ਟਰਾਇਲ ਦੇਣ ਗਿਆ ਮੈਂ, ਪਹਿਲੇ ਦਿਨ ਮੇਜਰਮੈਂਟ ਹੋਈ, ਮੇਰਾ ਸਾਰਾ ਠੀਕ ਸੀ, ਦੂਜੇ ਦਿਨ
ਲਿਸਟ ਵਿੱਚ ਨਾ ਹੀ ਹੈ ਨਹੀਂ। ਹਾਂ, ਕਿਉਂਕਿ ਉਹ ਜਿਹੜਾ ਬੰਦਾ ਐਮ ਐਲ ਏ ਸੀ ਦਾ ਹੋਰ ਜ਼ਿਆਦਾ ਸੀ, ਸਾਡੀ ਜਾਤ ਹੋਰ ਸੀ, ਉਹ ਕਹਿੰਦਾ ਨਹੀਂ। ਚਲੋ, ਉਸ ਤੋਂ ਬਾਅਦ ਠੱਪ ਹੋ ਗਿਆ ਕੰਮ, ਫਿਰ ਬਾਹਰ ਲਾ ਗਿਆ, ਇੱਧਰ ਬਣ ਗਿਆ, ਮੈਰਿਜ ਹੋ ਗਈ, ਇੱਥੇ ਆ ਗਏ ਅਤੇ ਇੱਥੇ ਆ ਕੇ ਫਿਰ ਉਹੀ ਸਟਰਗਲ, ਪੱਗ ਵਾਲੇ ਨੂੰ ਜੋਬ ਨਹੀਂ ਸੀ ਮਿਲਦੀ, ਜਾਣਦਾ ਕੋਈ ਹੈ ਨਹੀਂ ਸੀ ਬਹੁਤਾ, ਅਤੇ ਪੜ੍ਹਨਾ ਸ਼ੁਰੂ ਕੀਤਾ। ਸੋ ਘਰ ਦੀਆਂ ਸਮੱਸਿਆਵਾਂ ਸੀ, ਨਹੀਂ ਪੜ੍ਹਨਾ ਨਹੀਂ, ਕੰਮ ਲੱਭੋ, ਸਪੋਂਸਰ ਕਰਨਾ। ਚਲੋ, ਫਿਰ ਸ਼ੁਰੂਆਤ ਹੋ ਗਈ ਡਿਸ਼ਵਾਸ਼ਰ ਤੋਂ। ਹਾਂ, ਉਸ ਤੋਂ ਫਿਰ ਚਾਲ ਸੌ ਚਾਲ ਲੱਗੇ, ਇਹ ਇੱਕ ਸਾਲ ਡਿਸ਼ਵਾਸ਼ਰ ਦਾ ਕੀਤਾ, ਫਿਰ ਮੀਟ ਕੰਪਨੀ 'ਚ ਕੀਤਾ 7 ਸਾਲ, ਜਦ ਕਿ ਮੈਂ ਖਾਂਦਾ ਨਹੀਂ। ਹਾਂਜੀ, ਮੀਟ ਸ਼ਰਾਬ ਆਂਡਾ ਮੈਂ ਖਾਧਾ ਨਹੀਂ ਕਦੀ। ਹਾਂ, ਜਵਾਨੀ 'ਚ ਖਾਧਾ ਹੋਊ ਕਾਲਜ ਟਾਈਮ, ਹਾਂ ਬਾਅਦ 'ਚ ਨਹੀਂ। ਅਤੇ ਉੱਥੇ 7 ਸਾਲ ਕੀਤਾ ਕੰਮ। ਹਾਂਜੀ, ਪਰ ਉੱਥੇ ਵੀ ਮੈਂ ਜੁੜਿਆ ਰਿਹਾ ਰੱਬ ਦੇ ਨਾਲ, ਜਿੰਨਾ ਚਿਰ ਕੰਮ ਕਰਨ ਨਾਲ। ਹਾਂਜੀ, ਸਤਨਾਮ ਵਾਹਿਗੁਰੂ ਕਰੀ ਜਾਣਾ। ਅਤੇ ਹਾਂ, ਫਿਰ ਉਸਦੇ ਮੇਰੇ ਹੱਥਾਂ ਨੂੰ ਪ੍ਰੋਬਲਮ ਪੈ ਗਈ, ਉਹ ਹੱਥ ਠੰਡੇ ਰਹਿੰਦੇ ਸੀ, ਅਤੇ ਡਾਕਟਰ ਕਹਿੰਦਾ ਵੀ ਜੇ ਤੂੰ ਜੋਬ ਨਹੀਂ ਛੱਡੀ ਤੇਰੇ ਹੱਥ ਚੱਲ ਜਾਣੇ ਆ। ਅਤੇ ਮੈਂ ਟੈਕਸੀ ਕੰਪਨੀ 'ਚ ਅਪਲਾਈ ਕੀਤਾ, ਉਹਨਾਂ ਜੀ ਕਹਿੰਦੇ ਤੈਨੂੰ ਟੈਸਟ ਪਾਸ ਕਰਨਾ ਪੈਣਾ। ਟੈਸਟ ਪਾਸ ਕਰ ਲਿਆ, ਟ੍ਰੇਨਿੰਗ ਵੀ ਹੋ ਗਈ, ਉਹਨਾਂ ਹਾਇਰ ਕਰਕੇ ਫਾਇਰ ਕਰਤਾ। ਉਹਦਾ ਰੀਜ਼ਨ ਕੀ? ਕਿਉਂਕਿ ਪੱਗ ਬੰਨਦਾ, ਤੇਰੀ ਦਾੜੀ ਰੱਖੀ ਆ। ਅੱਛਾ, ਉਹ ਫਿਰ ਮੈਂ ਪੋਲੀਟੀਕਲ ਸਾਇੰਸ ਪੜ੍ਹੀ ਸੀ, ਉਹਦੇ ਵਿੱਚ ਆਉਂਦਾ ਹੁੰਦਾ ਸੀ ਇੱਕ ਨੋ ਡਿਸਕ੍ਰਿਮੀਨੇਸ਼ਨ। ਹਾਂਜੀ, ਉਹ ਮੇਰੇ ਦਿਮਾਗ 'ਚ ਆ ਗਿਆ। ਕਿਹੜੇ ਸਾਲ ਸੀ ਅੰਕਲ? ਅਤੇ ਉਹ ਬੜੀ ਵਾਰ ਮੈਂ ਉਹਨਾਂ ਦੀਆਂ ਮਿਹਨਤ ਤਰਲੇ ਵੀ ਕੀਤੇ, ਉਹ ਕਹਿੰਦੇ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਸੀ ਬੀ ਸੀ ਨਿਊਜ਼ ਦੀ, ਘਰੇ ਪਈ ਹੈ ਜੀ, ਉਦੋਂ ਵੀ ਸੀ ਆਰ ਹੁੰਦੇ ਸੀ, ਅਸੀਂ ਐਡ ਕਰ ਦਾਂਗੇ ਕੋਈ ਨਾ। ਨਹੀਂ, ਹੋਰ ਉਹਦੀ ਕਰਨੀ ਪੈਣੀ, ਕਨਵਰਟ ਕਰਨਾ ਪੈਣਾ ਉਹਨੂੰ। ਹਾਂਜੀ, ਡੀ ਵੀ ਡੀ ਹੈਗੀ ਆ, ਕੋਈ ਨਾ ਕੋਈ ਜਿਹੜਾ ਕਰ ਦਿੰਦੇ, ਉਹ ਯੂ ਐਸ ਬੀ ਹੁਣ ਬਣਨੀ ਪੈਣੀ ਆਪਾਂ। ਹਾਂ, ਚਲੋ, ਉਹ ਜਿਹੜੀ ਧਰਮ ਦੀ ਗੱਲ ਹੁੰਦੀ ਆ, ਉਹ ਜਿਹਨੇ ਧਰਮ ਬਣਾਇਆ, ਖਾਲਸਾ ਪੰਥ ਸਾਜਿਆ, ਉਹ ਪਿੱਛੇ ਖੜਾ ਆ, ਉਹ ਅਸੀਂ ਨਹੀਂ ਚਲਾ ਰਹੇ। ਸਾਡੀ ਸ਼ਰਧਾ ਹੋਣੀ ਚਾਹੀਦੀ ਆ, ਜੇ ਸ਼ਰਧਾ ਨਹੀਂ ਤਾਂ ਫੇਰ ਨਹੀਂ। ਚਲੋ, ਮੈਂ ਜਾਂਦਾ ਰਿਹਾ ਮੰਤਰਲੇ, ਕਰਦਾ ਰਿਹਾ ਉਹਨਾਂ ਦੇ, ਖੜੇ ਰਹਿਣਾ 2-2 ਘੰਟੇ, ਪਾਣੀ ਪੀਣ ਨੂੰ ਪਾਣੀ ਨਹੀਂ, ਵਾਸ਼ਰੂਮ ਜਾਣ ਨੂੰ ਨਹੀਂ, ਜਦੋਂ ਵਾਰੀ ਆਉਣੀ ਕਹਿਣਾ ਨਾ ਗੋ ਬੈਕ। ਅਤੇ ਕੀ ਤੇ ਉਹਨਾਂ ਜਵਾਬ ਦਿੱਤਾ ਮੈਨੂੰ, ਜੀ ਇਟ ਇਜ਼ ਨਾਟ ਅ ਟਰੱਕਿੰਗ ਕੰਪਨੀ, ਇਟ ਇਜ਼ ਨਾਟ ਅ ਸਿਟੀ ਜੋਬ, ਵੀ ਤੁਸੀਂ ਲੋਕ ਜਿਹੜੇ ਆ ਜਾਂ ਤਾਂ ਟਰੱਕ ਚਲਾ ਸਕਦੇ ਆ ਜਾਂ ਸਿਟੀ ਜੋਬ ਕਰ ਸਕਦੇ ਹਾਂ। ਓਕੇ, ਉਹਨਾਂ ਨੇ ਮੈਂਡੇਟੋਰੀ ਕਰਤਾ ਸੀ ਵੀ ਤੁਸੀਂ ਪੱਗ ਨਹੀਂ ਬੰਨ ਸਕਦੇ, ਇਹਦੀ ਟੈਕਸੀ ਚਲਾਉਣੀ ਆ, ਡਿਸਪੈਚ। ਨਹੀਂ, ਉਹ ਸਿੱਧੇ ਤਰੀਕੇ ਨਾਲ ਨਹੀਂ ਕਿਹਾ, ਇੱਦਾਂ ਕਹਿਤਾ। ਹਾਂਜੀ, ਅਤੇ ਉਹਦਾ ਮਤਲਬ ਇਹੀ ਆ, ਇਨਡਾਇਰੈਕਟਲੀ ਕਹਿਤਾ, ਇਨਡਾਇਰੈਕਟਲੀ ਕਹਿਤਾ, ਸਿੱਧਾ ਜਵਾਬ ਨਹੀਂ ਦਿੱਤਾ। ਅਤੇ ਮੈਂ ਕੁਛ ਨਹੀਂ ਕਿਹਾ, ਵਾਪਸ ਆ ਗਿਆ, ਫਿਰ ਆ ਕੇ ਮੈਂ ਸੋਚਦਾ ਰਿਹਾ। ਅਤੇ ਉਸ ਤੋਂ ਬਾਅਦ ਫਿਰ ਮੈਂ ਕੀਤਾ ਆਪਣੇ ਹਿਊਮਨ ਰਾਈਟਸ ਦੇ ਕੇਸ ਕਰਤਾ। ਓਕੇ, ਹਾਂ, ਉਹ ਫਾਰਮ ਭਰੀ ਸੀ ਅਤੇ ਉਹ ਹੌਲੀ ਹੌਲੀ ਲੋਕਾਂ ਵਿੱਚ ਗੱਲ ਚੱਲਣ ਲੱਗ ਪਈ ਵੀ ਇਹ ਬੰਦੇ ਨੇ ਕੇਸ ਕੀਤਾ। ਉਹ ਉਹਨਾਂ 'ਤੇ ਨਹੀਂ ਕਿਹਾ ਇੰਨਾ ਜ਼ਿਆਦਾ, ਪਰ ਲੋਕ ਧਮਕੀਆਂ ਦੇਣ ਲੱਗ ਪਏ ਵੀ ਤੁਹਾਨੂੰ ਐਡੀ ਵੱਡੀ ਕੰਪਨੀ ਤੋਂ ਪੰਗਾ ਲੈ ਲਿਆ, ਤੁਹਾਨੂੰ ਜੇਲ੍ਹ ਹੋਜੂਗੀ, ਤੈਨੂੰ ਇੱਦਾਂ ਹੋਜੂਗਾ। ਅਤੇ ਉਹ ਫਿਰ ਜਦੋਂ ਲੋਕਾਂ ਵਿੱਚ ਗੱਲ ਉੜੀ ਤਾਂ ਫਿਰ ਘਰ ਵੀ ਪਹੁੰਚਣੀ ਸੀ, ਅਤੇ ਘਰੋਂ ਵੀ ਸ਼ੁਰੂਆਤ ਹੋ ਗਈ ਵੀ ਨਹੀਂ ਨਹੀਂ ਛੱਡ ਦਿਓ, ਜੇ ਤੈਨੂੰ ਜੇਲ੍ਹ ਹੋ ਗਈ ਤਾਂ ਐਵੇਂ ਤਲਾਕ ਦੇ ਦੇਣਾ, ਰਹਿ ਗਿਆ ਇਕੱਲਾ। ਫਿਰ ਬਸ ਇਕੱਲਾ ਰਹਿ ਗਿਆ। ਅਤੇ ਉਦੋਂ ਮੈਂ ਖਾਲਸੇ ਦਾ ਸਾਜਨਾ ਦੀ ਸੀ 300 ਸਾਲਾਂ, 99 ਪਹਿਲਾ ਨਗਰ ਕੀਰਤਨ ਹੋਇਆ ਸੀ ਉਦੋਂ ਐਡਮਿੰਟਨ 'ਚ, ਉੱਥੋਂ ਸ਼ੁਰੂ ਹੋਇਆ। ਅਤੇ ਉਹ ਫਿਰ ਮੈਂ ਤਾਂ ਕਿਹਾ ਵੀ ਨਹੀਂ, ਇੱਦਾਂ ਨਹੀਂ ਗੱਲ ਬਣਨੀ, ਇਹ ਹੁਣ ਜਿਹਦਾ ਧਰਮ ਆ ਉਹਨੇ ਹੀ ਕਹਿਣਾ ਪੈਣਾ। ਸੋ ਮੈਂ ਅਰਦਾਸ ਕੀਤੀ ਸਿੰਘ ਸਭਾ ਗੁਰਦੁਆਰੇ, ਮਹਾਰਾਜ ਨੇ ਸੁਣ ਲਈ। ਬਸ ਵੀ ਉਹ ਤਾਕਤ ਹੀ ਇੰਨੀ ਆ ਗਈ ਕਿ ਬਸ ਉਹ ਪਿੱਛੇ ਹਟਣ ਵਾਲੀ ਗੱਲ ਹੀ ਹੈ ਵੀ ਹੁਣ ਤਾਂ ਚਾਹੇ ਜੋ ਮਰਜ਼ੀ ਹੋ ਜਾਵੇ।
ਤੇ ਫਿਰ ਉਹ ਕੁਦਰਤੀ ਮੈਂ ਲੰਗਰ ਛੱਕ ਰਿਹਾ ਸੀ ਸਿੰਘ ਸਭਾ ਗੁਰਦੁਆਰੇ ਤੋਂ, ਬੰਦਾ ਮੇਰੇ ਕੋਲ ਆਇਆ ਕਹਿੰਦੇ ਤੁਹਾਨੂੰ ਪ੍ਰਧਾਨ ਸਾਹਿਬ ਨੇ ਬੁਲਾਇਆ, ਮੈਂ ਤਾਂ ਪਤਾ ਨਹੀਂ ਗੱਲ ਕਿਉਂ ਬੁਲਾਇਆ ਵੀ ਉਹ, ਫਿਰ ਮੈਨੂੰ ਕਹਿੰਦਾ ਵੀ ਤੂੰ ਸਾਨੂੰ ਪਤਾ ਲੱਗਾ ਤੂੰ ਇੱਦਾਂ ਕੇਸ ਕੀਤਾ, ਮੈਂ ਕਿਹਾ ਕੀਤਾ, ਕਹਿੰਦੇ ਵੀ ਇਹ ਧਰਮ ਦਾ ਕੰਮ ਆ, ਤੇਰੇ ਕੋਲ ਇਕੱਲੇ ਕੋਲ ਨਹੀਂ ਲੜ ਹੋਣਾ, ਹਾਂਜੀ ਅਸੀਂ ਤੇਰੇ ਨਾਲ ਕਰ, ਮੈਂ ਸ਼ੋਰਟਕੱਟ ਰੱਖੂੰਗਾ ਕੋਈ ਲੰਮਾ ਹੋ ਜਾਣਾ ਬਾਬਾ, ਬਾਕੀ ਹੋਰ ਗੱਲਾਂ ਕਰਨੀਆਂ। ਉਹ ਮੈਂ ਕਿਹਾ ਜੀ ਠੀਕ ਆ, ਫਿਰ ਇੰਗਲਿਸ਼ ਉੱਥੇ ਹਾਈ ਚਾਹੀਦੀ ਆ, ਠੀਕ ਆ ਮੇਰੀ ਮਾਸਟਰੀ ਵਾਲੀ ਇੰਗਲਿਸ਼ ਇੰਨੀ ਹਾਈ ਨਹੀਂ ਕਿਉਂਕਿ ਆਰਟਸ ਪੜ੍ਹੀ ਹੈ, ਹਾਂਜੀ ਯਾ ਤਾਂ ਇੰਗਲਿਸ਼ ਮੀਡੀਅਮ ਹੀ ਸੀਗਾ, ਪਰ ਉੱਥੇ ਬੋਲਦਾ ਹੀ ਕੋਈ ਨਹੀਂ, ਰੀਡਿੰਗ ਅਤੇ ਰਾਈਟਿੰਗ ਹੈਗੀ ਆ ਪਰ ਆਪਾਂ ਜੂਟ ਨਹੀਂ ਹੈਗੇ ਬੋਲਣ 'ਚ। ਅਤੇ ਫਿਰ ਉਹ ਆਪਣੇ ਜਸਵੀਰ ਸਿੰਘ ਹੈਗੇ ਇੱਥੇ ਆਪਣੇ ਫੈਡਰੇਸ਼ਨ ਦੇ ਪ੍ਰਧਾਨ ਸੀ ਉਦੋਂ, ਅਤੇ ਅਮਰਜੀਤ ਸਿੰਘ ਗਰੇਵਾਲ ਸਿੰਘ ਸਾਹਿਬ ਦੇ ਪ੍ਰਧਾਨ ਸੀ, ਉਹ ਕਹਿੰਦੇ ਵੀ ਫਿਕਰ ਨਾ ਕਰੀ ਵੀ ਇਹ ਧਰਮ ਦਾ ਕੰਮ, ਜਿੰਨਾ ਪੈਸਾ ਲੱਗੂਗਾ ਅਸੀਂ ਗੁਰੂ ਘਰ ਤੋਂ ਇਕੱਠਾ ਕਰਕੇ ਲਾ ਦਾਂਗੇ ਵੀ ਆਪਾਂ ਇਹ ਕਿਸੇ ਜਿੱਤਣਾ। ਵੀ ਪਹਿਲਾਂ ਇੱਕ ਬੰਦਾ ਖੜਾ ਕੀਤਾ ਸੀ ਤਾਂ ਉਹ ਜਦੋਂ ਉਹਨਾਂ ਧਮਕੀ ਦਿੱਤੀ ਤਾਂ ਉਹ ਡਰ ਕੇ ਦੌੜ ਗਿਆ ਵੈਨ ਕੋਲ, ਹਾਂਜੀ ਅਤੇ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਇੱਦਾਂ ਦੇ, ਮੈਂ ਜੋਬ ਕਰਦਾ ਮੈਂ ਰੋਟੀ ਪਾਣੀ ਚੱਲੀ ਜਾਂਦਾ, ਹਾਂ ਲੋੜ ਪਈ ਤਾਂ ਫਿਰ ਠੀਕ ਆ। ਉਹੀ ਗੱਲ ਹੋਈ ਜਦੋਂ ਹਿਮਰ ਰਾਏ ਦੇ ਉੱਥੇ ਮੀਟਿੰਗ ਹੁੰਦੀ ਸੀ, ਕਾਫੀ ਮੀਟਿੰਗਾਂ ਹੋਈਆਂ ਉਹਨਾਂ, ਦੋ ਸਾਲ ਚੱਲਦਾ ਰਿਹਾ ਕੇਸ, ਉਹ ਕਹਿੰਦੇ ਹਾਇਰ ਨਹੀਂ ਕਰਦੇ ਬਾਹਰ ਲਿਖ ਕੇ ਲਾਤਾ। ਫਿਰ ਇਹਨਾਂ ਇਨਵੈਸਟੀਗੇਸ਼ਨ ਕੀਤੀ ਹਿਮਰ ਨੇ, ਕਹਿੰਦੇ ਵੀ ਆਹ ਬੰਦੇ ਕਿੱਥੋਂ ਹਾਇਰ ਕੀਤੇ, ਅਤੇ ਚਲੋ ਕੀ ਤੇ ਜੀ ਆ ਗਿਆ ਉਹ। ਫਿਰ ਮੁੜ ਕੇ ਮੈਨੂੰ ਕਹਿੰਦੇ ਉਹੀ ਗੱਲ, ਕਹਿੰਦੇ ਤੂੰ $10 ਦੀ ਜੋਬ ਕਰਦਾ, ਇੱਕ ਕੋਟ ਦਾ ਇੱਕ ਤਰੀਕ ਦਾ $5,000 ਖਰਚਾ ਤੂੰ ਕਿੱਥੋਂ ਭਰ ਲਏਗਾ, ਤੂੰ ਜਦੋਂ ਨਾ ਧਰਮ ਦਾ ਕੰਮ ਹੋਵੇ ਤੁਸੀਂ ਸਰੈਂਡਰ ਕਰਤਾ ਨਾ ਆਪਣੇ ਆਪ ਨੂੰ, ਫਿਰ ਮਹਾਰਾਜ ਜਿੰਨਾ ਚਿਰ ਸਰੈਂਡਰ ਨਹੀਂ ਕਰਦੇ ਉਨਾ ਚਿਰ ਬਖਸ਼ਿਸ਼ ਨਹੀਂ ਹੋਣੀ, ਜਿੰਨਾ ਮਰਜ਼ੀ ਜ਼ੋਰ ਲਾਈ ਜਾਓ, ਜਿੰਨੇ ਮਰਜ਼ੀ ਪਾਠ ਕਰੀ ਜਾਓ, ਸਰੈਂਡਰ ਕਰਨਾ ਪੈਣਾ, ਅਰਪਣ ਕਰਨਾ ਪੈਣਾ ਆਪਣੇ ਆਪ ਨੂੰ, ਤਾਂ ਹੀ ਬਖਸ਼ਿਸ਼ ਹੋਣੀ ਹੈ, ਕਿਉਂਕਿ ਉਹਨੇ ਸਾਰਾ ਪਰਿਵਾਰ ਵਾਰਿਆ, ਸਿੱਖੀ ਉਹਦੀ ਸਾਡੀ ਨਹੀਂ ਹੈਗੀ, ਇਹ ਤਾਂ ਲੰਗਰ ਖਾ ਲਿਆ ਠੀਕ ਠਾਕ ਆ, ਸਵਾਦ ਹੈ ਕਿ ਨਹੀਂ ਸਵਾਦ ਆ, ਬਸ ਅਰਦਾਸਾਂ ਕਰ ਲਈਆਂ ਇੰਨੇ। ਹਾਂ ਚਲੋ ਮਹਾਰਾਜ ਦੀ ਬਖਸ਼ਿਸ਼ ਹੋ ਗਈ ਉਹ। ਮੈਂ ਕਿਹਾ ਵੀ ਹੁਣ ਚਲੋ ਪੰਜਾਬੀ 'ਚ ਕਹਿੰਦਾ ਮੈਂ ਵੀ ਮੈਂ ਗਰੀਬ ਹਾਂ ਪਰ ਮੇਰਾ ਧਰਮ ਬਹੁਤ ਅਮੀਰ ਆ, ਮੈਨੂੰ ਪਰਵਾਹ ਨਹੀਂ। ਜਦੋਂ ਮੈਂ ਇੱਦਾਂ ਕਿਹਾ ਉਹ ਮੈਨੇਜਰ ਡੋਲ ਗਿਆ ਵੀ ਇਹ ਕੀ ਬੋਲਦਾ, ਉਹ ਜਸਵੀਰ ਕਹਿੰਦਾ ਤੂੰ ਵਰਲਡਿੰਗ ਕਿੱਥੋਂ ਕੱਢ ਕੇ ਲਿਆਉਣਾ, ਮੈਂ ਕੋਈ ਪਤਾ ਨਹੀਂ ਮੈਨੂੰ। ਅਤੇ ਫਿਰ ਉਹ ਉਹਨਾਂ ਨੇ ਟੈਕਸੀ ਕੰਪਨੀ ਭੇਜਤਾ ਵੀ ਨਹੀਂ ਉਹ ਜਾਊਗਾ ਕੋਰਟ ਚਲੋ। ਅਤੇ ਬਾਅਦ ਵਿੱਚ ਫਿਰ ਆ ਗਿਆ ਜੀ ਕਲਰ, ਉਹਦਾ ਹੈਗੀ ਸੀ ਆਪਣੀ ਸਕਾਈ ਲਾਈਨ ਨੀਲੇ ਰੰਗ ਦੀ ਟੈਕਸੀ ਨਾ, ਉਹ ਕਹਿੰਦੇ ਵੀ ਸਕਾਈ ਲਾਈਨ ਵਾਲਿਆਂ ਨਾਲ ਸੀ ਬੀ ਸੀ ਨੂੰ ਇਹਨੇ ਗੱਲ ਕੀਤੀ, ਅਤੇ ਉਹ ਕਹਿੰਦੇ ਵੀ ਨੀਲਾ ਰੰਗ, ਮੈਨੂੰ ਕਹਿੰਦੇ ਇੱਕ ਰੰਗ ਚੂਜ਼ ਕਰ ਲਾ। ਮੈਂ ਕਿਹਾ ਨਹੀਂ ਨੀਲੇ ਰੰਗ, ਮਤਲਬ ਉਹ ਨੀਲੇ ਰੰਗ ਦੀ ਟੈਕਸੀ ਸੀ ਨਾ, ਹਾਂਜੀ ਹਾਂਜੀ, ਅਸੀਂ ਨੀਲਾ ਰੰਗ ਬੰਨੂਗੇ ਸਾਡੇ ਜਿਹੜੇ ਮੁੰਡੇ, ਓਕੇ ਓਕੇ ਪੱਕ ਬੰਨਣਗੇ ਨੀਲਾ ਰੰਗ ਬੰਨਣਗੇ। ਹਾਂਜੀ ਮੈਂ ਕਿਹਾ ਜੀ ਅੱਜ ਮੈਂ ਸਾਈਨ ਕਰਤੇ ਇਹ ਪੱਕ ਜਾਣਾ, ਮੈਂ ਕਿਹਾ ਨਹੀਂ ਐਨੀ ਕਲਰ, ਓਕੇ ਮੈਂ ਕਿਹਾ ਨਹੀਂ ਇੱਕ ਕਲਰ ਨਹੀਂ ਐਨੀ ਕਲਰ। ਫਿਰ ਉਹ ਕਹਿੰਦੇ ਵੀ ਇਹ ਦਾੜੀ ਕਿੱਦਾਂ, ਮੈਂ ਕਿਹਾ ਦਾੜੀ ਵੀ ਤੂੰ ਮੁੱਛਾਂ ਵੀ, ਕਹਿੰਦੇ ਇੱਕ ਨਹੀਂ, ਮੈਂ ਕਿਹਾ ਨੋ, ਮੁਸਲਮਾਨ ਜਿਹੜੇ ਭਰਾ ਆ ਉਹ ਮੁੱਛਾਂ ਕੱਟਦੇ ਦਾੜੀ ਰੱਖਦੇ ਆ, ਅਸੀਂ ਸਿੱਖ ਹਾਂ ਅਸੀਂ ਮੁੱਛਾਂ ਵੀ ਰੱਖਦੇ ਹਾਂ ਦਾੜੀ ਵੀ ਰੱਖਦੇ ਹਾਂ, ਅਤੇ ਮੁੱਛਾਂ ਵੀ ਦਾੜੀ ਵੀ ਬੰਨੀ ਵੀ ਅਤੇ ਖੁੱਲ੍ਹੀ ਵੀ, ਪੱਗ ਦੀ ਕੋਈ ਵੀ ਸ਼ੇਪ ਇੱਕ ਸ਼ੇਪ ਨਹੀਂ, ਮੈਂ ਸਾਰਾ ਕੁਝ ਜੀ ਉਹਨਾਂ ਨੂੰ ਜੀ ਇੱਕ ਰਸ 'ਚ ਬੰਨਤਾ। ਓਕੇ ਅਤੇ ਫਿਰ ਉਹ ਕਹਿੰਦੇ ਵੀ ਸੋਚਾਂ 'ਚ ਪੈ ਗਿਆ, ਫਿਰ ਉਹ ਭੇਜਤਾ ਕੰਪਨੀ ਨੂੰ ਅਤੇ ਫਿਰ ਉਹਨਾਂ ਨੇ ਐਕਸੈਪਟ ਕਰ ਲਿਆ। ਫਿਰ ਨਾਲੇ ਅਪੋਲੋਜੀ ਮੰਗੀ, ਫਿਰ ਮੈਨੂੰ ਕਹਿੰਦੇ ਰਾਈਟ ਵੇ ਆ ਜਾ, ਮੈਂ ਕਿਹਾ ਟ੍ਰੇਨਿੰਗ ਦੇ ਦਿਉ, ਕਹਿੰਦੇ ਨਹੀਂ ਟ੍ਰੇਨਿੰਗ ਦੀ ਲੋੜ ਹੀ ਨਹੀਂ, ਮੈਂ ਕਿਹਾ ਮੈਨੂੰ ਆਪ ਸਿੱਖਦਾ ਨਹੀਂ ਤੂੰ ਆ ਜਾ ਬਸ। ਤਾਂ ਸੋ ਇਸ ਕਰਕੇ ਅਸੀਂ ਇਸ ਕੰਟਰੀ 'ਚ ਆਏ ਹਾਂ ਅਤੇ ਆਪਣੀਆਂ ਰੂਟਸ ਨਾਲੋਂ ਦੂਰ ਨਾ ਹੋਵੋ, ਹਾਂਜੀ ਜੇ ਤੁਸੀਂ ਦੂਰ ਹੋ ਗਏ ਤਾਂ ਇੱਥੇ ਫਿਰ ਲੈਣ ਕੇ ਆਏ ਹਾਂ, ਡਾਲਰ ਕਮਾਉਣੇ ਆ, ਦਿਹਾੜੀਆਂ ਕਰਨੀਆਂ, ਡਾਲਟਾ ਸਾਫ਼ ਕਰਨੀਆਂ, ਝਾੜੂ ਮਾਰ ਲਿਆ, ਡੈਡ ਸੈੱਟ ਟੈਕਸੀ ਚਲਾ ਲਈ, ਟਰੱਕ ਚਲਾ ਲਿਆ, ਸਾਰੀ ਉਮਰ ਟੈਕਸੀ ਦਿੰਦੇ ਰਹੋ,
ਛੱਡਿਆ, ਛੱਡ ਕੇ ਕੀ ਚੱਲੇ ਆ, ਕੁਛ ਵੀ ਨਹੀਂ, ਹੁਣ ਦਾੜੀ ਮੇਰੀ ਵੀ ਚਿੱਟੀ ਹੋ ਗਈ। ਨਹੀਂ ਇਹੀ ਅਸੀਂ ਅੰਕਲ ਪਿੱਛੇ ਇੱਕ ਹੁਣ ਜਿਵੇਂ ਪੋਡਕਾਸਟ ਕੀਤਾ ਵੀ ਹੈ ਇਹ ਕਾਰਨ ਕਰਕੇ, ਕਿਉਂਕਿ ਹੁਣ ਜਿੰਨੇ ਵੀ ਸਾਨੂੰ ਦੇਖਦੇ ਆ ਹੁਣ ਸਾਰੇ, ਜੇ ਤੁਸੀਂ ਕਿੰਨੇ ਵੀ ਪੋਡਕਾਸਟ ਦੇਖੋਗੇ ਅੰਕਲ ਜਿਵੇਂ ਹੁਣ ਹੈਗੇ ਆ ਮਜੋਰਟੀ ਜਿੰਨੇ ਵੀ ਹੈਗੇ ਨਾ ਇੰਗਲਿਸ਼ ਕਰਦੇ ਆ, ਹੁਣ ਕਾਰਨ ਕੀ ਆ ਵੀ ਲੋਕਾਂ ਨੂੰ ਜੇ ਸ਼ਰਮ ਆਉਂਦੀ ਆ ਜਾਂ ਉਹ ਸੋਚਦੇ ਆ ਵੀ ਸਾਨੂੰ ਕੋਈ ਦੇਖੂਗਾ ਨਹੀਂ ਗਾ, ਆ ਲੋਕ ਸੋਚਣਗੇ ਵੀ ਕੀ। ਹੁਣ ਇੱਕ ਤੌਰ 'ਤੇ ਜੇ ਹੁਣ ਆਪਾਂ ਐਂ ਸੋਚ ਹੀ ਰੱਖਾਂਗੇ ਤਾਂ ਆਪਣਾ ਕਲਚਰ ਜਿਵੇਂ ਸਟ੍ਰਾਈਵ ਨਹੀਂ ਕਰੂਗਾ। ਹੁਣ ਤੁਸੀਂ ਪਹਿਲਾਂ ਕੋਈ ਵੀ ਹੋਰ ਦੇਖ ਲਓ ਵੀ ਲੋਕ ਐਂ ਪਿੱਛੇ ਨਹੀਂ ਡਰਦੇ ਵੀ ਆਪਣੀ ਬੋਲੀ ਬੋਲਣ 'ਚ, ਆਪਣੀ ਐਂ ਨਹੀਂ ਕਹਿ ਸਕਦੇ ਵੀ ਸਾਰੀ ਆ, ਪਰ ਆਪਣੀ ਹਜੇ ਕਲਚਰ 'ਚ ਹੈਗਾ ਲੋਕ ਹੈਜੀਟੇਟ ਕਰਦੇ ਆ ਵੀ ਜਿਹੜਾ ਹੁਣ ਕਹਿੰਦੇ ਉਹ ਕੰਟੈਂਟ ਬਣਾਉਣਾ ਆ ਇੱਥੇ ਜਦੋਂ ਸੋਸ਼ਲ ਮੀਡੀਆ 'ਚ ਵੀ ਆ ਰਹੇ। ਹੁਣ ਅਗਰ ਕੋਈ ਉਹ ਕੋਈ ਹੋਊਗਾ ਜਵਾਬ ਕਹਿੰਦਾ ਹਾਂ ਵੀ ਮੈਂ ਕਰਨਾ ਚਾਹੁੰਦਾ, ਮਜੋਰਟੀ ਸਾਰੇ ਕਰਦੇ ਆ ਇੰਗਲਿਸ਼ ਬੋਲਦੇ। ਹੁਣ ਮੁੱਖ ਨਾਲ ਮੈਂ ਗੱਲ ਕਰਦਾ ਸੀ, ਹੁਣ ਮੈਂ ਕਿਹਾ ਇੱਕ ਮੈਨੂੰ ਪ੍ਰੋਬਲਮ ਕੀ ਆਉਂਦੀ ਆ ਅੱਜ ਕੱਲ੍ਹ ਮੈਂ ਦੇਖਦਾ ਹਾਂ ਜਵਾਕਾਂ ਦੇ ਵਿੱਚ ਘਰ ਵੀ ਵਿੱਚ ਨਾ ਹੋਊਗਾ ਪੰਜਾਬੀ ਬੋਲਦੇ ਆ ਘਰਾਂ 'ਚ। ਅੱਜ ਮੈਂ ਤੁਹਾਨੂੰ ਦੱਸਦਾ ਸੀਗਾ ਮੇਰੀ ਇੱਕ ਨੀਸ ਆ ਉਹ ਵੀ ਹੁਣ ਜਿਵੇਂ ਸਾਰਾ ਕੁਛ ਇੰਗਲਿਸ਼ ਜਵਾਬ ਦਿੰਦੀ ਆ, ਇੰਗਲਿਸ਼ ਗੱਲ ਕਰਦੀ ਆ ਅਤੇ ਪੰਜਾਬੀ ਤਾਂ ਰਹੀ ਨਹੀਂ। ਜੇ ਹੁਣ ਆਪਾਂ ਨਹੀਂ ਉਹ ਜਵਾਕਾਂ ਨੂੰ ਹੁਣ ਨਹੀਂ ਸਿਖਾਵਾਂਗੇ ਤਾਂ ਰਹੂਗਾ ਕੀ ਪਿੱਛੇ ਆਪਣੇ ਕੌਮ ਦਾ ਰਹੇ। ਬੇਟਾ ਵੇਖ ਇਹ 'ਚ ਇੱਕ ਪ੍ਰੋਬਲਮ ਨਹੀਂ ਹੈਗੀ, ਪ੍ਰੋਬਲਮ ਕਈ ਆ। ਹੁਣ ਪਹਿਲਾਂ ਚਾਚਾ ਜੀ ਚਾਚੀ ਜੀ, ਤਾਇਆ ਜੀ ਤਾਏ ਜੀ, ਨਾਨਾ ਜੀ ਨਾਨੀ ਜੀ, ਦਾਦਾ ਜੀ ਦਾਦੀ, ਇਹ ਹੁੰਦੇ ਸੀ ਨਾ ਵਰਡ ਹਾਂਜੀ ਜਿਹੜੇ ਮੈਂ ਸਿੱਖੇ ਆ। ਅੱਜ ਕੱਲ੍ਹ ਕੀ ਆ, ਨਾਨੂ ਦਾਦੂ, ਅਸੀਂ ਹਿੰਦੀ ਵੜ ਜਾਂਦੇ ਵਿੱਚ, ਬਈ ਵਾਲੀ ਬੋਲੀ ਬੋਲੀ ਜਾਂਦੇ ਹਾਂ, ਫਿਰ ਸਾਡੀ ਕਿੱਥੇ ਰਹੇਗੀ ਕੱਲ੍ਹ ਨੂੰ, ਤੁਸੀਂ ਮਤਲਬ ਕਿ ਸਾਰਾ ਕੁਛ ਚੇਂਜ ਕਰ ਦਿਓਗੇ। ਹੁਣ ਮੈਂ ਆ ਮਤਲਬ ਕਿ ਸਾਡੇ ਭਤੀਜੀ ਦਾ ਬੇਟਾ ਆ, ਹਾਂਜੀ ਉਹ ਕਹਿੰਦਾ ਆ ਕੇ, ਮੈਂ ਕਿਹਾ ਬੋਲਦੇ ਨਹੀਂ, ਮੈਂ ਕਿਹਾ ਬਾਕੀਆਂ ਨੂੰ ਜੋ ਮਰਜ਼ੀ ਕਹਿ, ਮੈਨੂੰ ਨਾਨਾ ਜੀ ਕਹਿਣਾ, ਮੈਨੂੰ ਅੰਗਰੇਜ਼ੀ ਗੁਰੂ ਜੀ ਨਾ ਲਿਆ। ਨਹੀਂ ਉਹ ਦਾਦੂ ਹਿੰਦੀ 'ਚ, ਉਹਨੇ ਮੂਵੀਆਂ ਜੋ ਕੈਚ ਕੀਤਾ ਨਾ, ਓਕੇ ਮਾਵਾਂ ਕੈਚ ਕਰਦੀਆਂ, ਫਿਰ ਗਾਂਹ ਫਿਰ ਉਹ ਬਣਦੀਆਂ ਥੋੜ੍ਹੀਆਂ ਜਿਹੀਆਂ ਫੈਸ਼ਨੇਬਲ, ਹਾਂ ਵੀ ਅਸੀਂ ਪਤਾ ਨਹੀਂ ਕੀ ਅਸਮਾਨ 'ਤੇ ਪਹੁੰਚ ਜਾਣਾ ਇੱਦਾਂ ਕਹਿ ਕੇ। ਮੈਂ ਕਹਿੰਦੀ ਮੈਨੂੰ ਨਾਨਾ ਜੀ ਕਹਿਣਾ, ਹੁਣ ਮੈਂ ਅਮੈਰੀਕਾ ਜਾਣਾ ਉੱਥੇ ਭਤੀਜੇ ਦਾ ਲੜਕਾ, ਨਾ ਮੈਨੂੰ ਦਾਦਾ ਜੀ ਕਹਿਣਾ, ਜੀ ਕਹਿਣਾ ਨਾਲ, ਹੁਣ ਜੀ ਲਫ਼ਜ਼ ਪੰਜਾਬੀ 'ਚ ਆ, ਅੰਗਰੇਜ਼ੀ ਜੀ ਕਹੋਗੇ ਕਿੱਦਾਂ ਕਹੋਗੇ ਜੀ ਨੂੰ, ਅੰਗਰੇਜ਼ੀ ਹੈ ਹੀ ਕੋਈ ਵਰਡ ਹੀ ਹੈ ਨਹੀਂ, ਅੰਕਲ ਜੀ ਦਾ ਨਹੀਂ ਕਹਿ ਲੱਗੇ ਕੋਈ, ਠੀਕ ਹੈ ਨਾ। ਇਸ ਕਰਕੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਆਪਣੇ ਆਪ, ਇਹ ਪੇਰੈਂਟਸ ਦਾ ਕਸੂਰ ਆ, ਬੱਚਿਆਂ ਦਾ ਕਸੂਰ ਨਹੀਂ 100%। ਹੁਣ ਜਿੰਨੀ ਮੈਂ ਸਟਰਗਲ ਕੀਤੀ ਆ, ਜੇ ਮੈਂ ਸਟੋਰੀਆਂ ਸੁਣਾਉਣ ਲੱਗ ਪਾਂ ਤਾਂ ਮੇਰਾ ਦੋ ਦਿਨ ਬੈਠੇ ਰਹੋ ਇੱਥੇ। ਪਰ ਔਖਾ ਵੀ ਹੈਗਾ ਨਾ, ਜਦੋਂ ਹੁਣ ਤੁਸੀਂ ਇੱਥੇ ਆਏ ਆ, ਹੈ ਨਾ, ਅਸੀਂ ਕਿੰਨੀ ਤੁਸੀਂ ਬੜੀ ਕੋਸ਼ਿਸ਼ ਕੀਤੀ ਸੀ ਪੰਜਾਬੀ ਬੋਲਣੀ ਘਰ ਵਿੱਚ, ਪਰ ਇਹ ਗੱਲ ਹੈ ਕਿ ਜਿੱਥੇ ਤੁਸੀਂ ਰਹਿੰਦੇ ਆ ਉਹ ਹਿਸਾਬ ਨਾਲ ਉੱਥੇ ਚੱਲ। ਹਾਂ ਨਹੀਂ ਉਹਦੇ ਵਿੱਚ ਕਾਰਨ, ਪਰ ਨਹੀਂ ਮੈਂ ਇਕੱਲੇ ਨੇ ਲੜਾਈ ਲੜੀ, ਇੱਕ ਬੰਨੇ 5 ਮੈਂਬਰ 6 ਮੈਂਬਰ ਮੈਂ ਇਕੱਲਾ ਇੱਕ ਪਾਸੇ, ਠੀਕ ਹੈ ਨਾ। ਜੇ ਤੁਹਾਡੇ ਰੈਲੇਟਿਵ ਜਾਂ ਹੋਰ ਕੋਈ ਉਹ ਆ ਕੇ ਘਰੇ ਆ ਕੇ ਤੁਹਾਡੇ ਅੰਗਰੇਜ਼ੀ ਬੋਲਦੇ ਬੱਚਿਆਂ ਨੂੰ, ਅੱਛਾ ਉਹ ਕੀ ਕਰਦੇ ਆ, ਜਿਹੜਾ ਨਵਾਂ ਬੰਦਾ ਆਉਂਦਾ ਨਾ ਉਹ ਕਹਿੰਦਾ ਜੀ ਮੈਂ ਅੰਗਰੇਜ਼ੀ ਬੋਲੀ ਇੰਪਰੂਵ ਹੋਜੂ, ਅੱਛਾ ਤੇਰੀ ਇੰਪਰੂਵ ਹੋਜੂ ਤਾਂ ਉਹਨਾਂ ਦਾ ਬੇੜਾ ਗਰਕਾਲੀ ਕਰ ਰਿਹਾ, ਉਹ ਜਿਹੜੇ ਗਰੋ ਅਪ ਹੋ ਰਹੇ ਆ ਉਹ ਕਿੱਥੇ ਜਾਣਗੇ ਵੀ, ਤੇਰੀ ਤਾਂ ਇੰਪਰੂਵ ਹੋ ਗਈ, ਤੂੰ ਇੰਪਰੂਵ ਕਰਨੀ ਬਾਹਰ ਜਾ ਕੇ ਸਿੱਖੀ ਜਾ। ਯਾ ਇੱਕ ਪ੍ਰੋਬਲਮ ਪਤਾ ਕਿ ਮੈਂ ਦੇਖਿਆ ਕੀ ਕਿੱਥੇ ਆਉਂਦੀ ਆ, ਹੁਣ ਸਮਝ ਲਓ ਹੁਣ ਆਪਣੀ ਜਿਵੇਂ ਫੈਮਿਲੀ ਡਾਇਨਾਮਿਕਸ ਚੇਂਜ ਹੋਈ ਜਾਂਦੇ ਆ, ਚਲੋ ਵੀ ਹੁਣ ਕਲਚਰ ਚੇਂਜ ਹੋਈ ਜਾਂਦੇ ਆ, ਉਵੇਂ ਆਪਾਂ ਨੂੰ ਵੀ ਚੇਂਜ ਹੋਣਾ ਪੈਣਾ। ਪਰ ਆਈ ਥਿੰਕ ਵਨ ਥਿੰਗ ਜਿਹੜਾ ਆਈ ਥਿੰਕ ਅਲਾਓ ਨਹੀਂ ਕਰਦੀ, ਕਈ ਹੁਣ ਆਪਣੇ ਚਲੋ ਵਿਆਹ ਹੁੰਦੇ ਆ ਰਾਈਟ, ਕਈ ਕਹਿੰਦੇ ਆ ਵੀ ਅਸੀਂ ਤੁਹਾਡੇ ਪੇਰੈਂਟਸ ਨਾਲ ਨਹੀਂ ਰਹਿਣਾ, ਚਲੋ ਬਈ ਜੋ ਤੁਹਾਡੀ ਕਿਸਮਤ ਹੈਗਾ ਜੋ ਉਹ ਹੈਗਾ ਆ, ਪਰ ਉਹ ਅੰਕਲ ਪਤਾ ਕੀ ਸ਼ਿਕਸ਼ਾ ਉੱਥੇ ਪਿੱਛੇ ਰਹਿ ਜਾਂਦੀ ਆ, ਜੋ ਤੁਹਾਡੇ ਜਵਾਕ ਹੁੰਦੇ ਆ ਤੁਹਾਡੇ ਉਹ ਗ੍ਰੈਂਡ ਪੇਰੈਂਟਸ ਜਿਹੜੇ ਤੁਹਾਡੇ ਨਾਲ ਰਹਿੰਦੇ 24/7, ਜੋ ਉਹ ਤੁਹਾਨੂੰ ਵੈਲਿਊ ਸਿਖਾਉਂਦੇ ਆ ਬਈ ਕਿਵੇਂ ਪੰਜਾਬੀ ਬੋਲਣੀ ਆ ਇੱਕ ਤਾਂ, ਕਿਉਂਕਿ ਤੁਹਾਡੇ ਗ੍ਰੈਂਡ ਪੇਰੈਂਟਸ ਅੰਗਰੇਜ਼ੀ ਤਾਂ ਨਹੀਂ ਬੋਲਣ ਲੱਗੇ ਜਵਾਕਾਂ ਨਾਲ ਰਾਈਟ, ਹੁਣ ਉਹ ਤੁਹਾਡੇ ਕੋਲ ਇਨਵਾਇਰਮੈਂਟ ਹੈ ਨਹੀਂ ਘਰੇ ਅਤੇ ਉਹਨਾਂ ਦੀ ਸ਼ਿਕਸ਼ਾ ਹੈ ਨਹੀਂ ਜੇ ਤੁਸੀਂ ਜਵਾਕਾਂ ਨੂੰ ਸਿਖਾਉਂਦੇ ਜਿਹੜੇ ਯੰਗ ਏਜ ਆ, ਉਦੋਂ ਤੂੰ ਜਿਵੇਂ ਤੁਸੀਂ ਕਿਹਾ ਜਦੋਂ ਹੁਣ ਨਿੱਕੇ ਜਵਾਕ ਆ ਉਹਨਾਂ ਨੂੰ ਸਹੀ ਅਤੇ ਗਲਤ ਤੋਂ ਕੋਈ ਪਤਾ ਨਹੀਂ ਗਾ, ਜੋ ਆਪਾਂ ਸਿਖਾਵਾਂਗੇ ਜਿਵੇਂ ਆਪਾਂ ਉਹਨੂੰ ਪਾਲਾਂਗੇ ਉਹ ਬੰਦਾ ਗਿੱਜ ਜਾਂਦਾ ਉਵੇਂ। ਸੋ ਜੋ ਸੁਣ ਲੱਗਦਾ ਅੰਕਲ ਵੀ ਹੁਣ ਇਸ ਜ਼ਮਾਨੇ ਦੇ ਵਿੱਚ ਲੋਕ ਵੀ
ਜਿਹੜੇ ਉਹ ਸੈਪਰੇਟ ਰਹਿਣਾ ਚਾਹੁੰਦੇ ਪੇਰੈਂਟਸ ਤੋਂ, ਉਹਦਾ ਵੀ ਫਰਕ ਪੈ ਜਾਂਦਾ ਵੀ ਜਿਵੇਂ ਘਰ ਜਿਵੇਂ ਤੁਸੀਂ ਰੇਜ਼ ਕਰਦੇ ਆ ਕਿ ਬੰਦੇ ਤੇ ਬੰਦੇ ਤੁਹਾਨੂੰ ਲੱਗਦਾ ਹੈਗਾ ਆ? ਨਹੀਂ, ਉਹਦੇ 'ਚ ਬੱਚੇ ਨੂੰ ਗਰੋਅ ਅਪ ਇਸ ਹਿਸਾਬ ਨਾਲ ਕਰੋ, ਕਿਉਂਕਿ ਇੱਥੇ ਹੁਣ ਮਲਟੀਕਲਚਰ ਕੰਟਰੀ, ਇੱਥੇ ਆਪਾਂ ਸਾਰੇ ਤਰ੍ਹਾਂ ਦੇ ਲੋਕ ਆ ਆਪਣੇ ਕਮਿਊਨਿਟੀਆਂ ਦੇ ਹੈਗੇ ਨਾ। ਹਾਂਜੀ, ਆਪਾਂ ਬੱਚੇ ਨੂੰ ਜੇ ਕਹੋ ਨਾ ਇੰਡੀਆ ਵਾਂਗੂ ਉੱਦਾਂ ਨਹੀਂ ਗਰੋਅ ਅਪ ਹੋਣਾ। ਇੱਥੇ ਬੱਚੇ ਨੂੰ ਹੁਣ ਬੱਚਾ ਬਾਹਰ ਇੰਗਲਿਸ਼ ਸਿੱਖਦਾ, ਘਰੇ ਆ ਕੇ ਇਕਦਮ ਉਹਨੂੰ ਪੰਜਾਬੀ 'ਚ ਕਨਵਰਟ ਕਰਦੇ ਹਾਂ, ਹੈ ਨਾ। ਸਾਨੂੰ ਸਮੱਸਿਆ ਆਉਂਦੀ ਸੀ ਉਹ, ਮੈਨੂੰ ਕਹਿਣਾ ਤੁਸੀਂ ਘਰੇ ਪੰਜਾਬੀ ਬੋਲਦੇ ਆ, ਕਿਉਂਕਿ ਟੀਚਰ ਨੂੰ ਐਕਸਟਰਾ ਐਫਰਟ ਕਰਨੀ ਪੈਂਦੀ ਸੀ। ਉਹ ਮੈਂ ਕਹਿਣਾ ਵੀ ਤੁਸੀਂ ਘਰੇ ਪੰਜਾਬੀ ਬੋਲਦੇ, ਇਸ ਕਰਕੇ ਤੁਹਾਡੇ ਚਿਲਡਰਨ ਜਿਹੜੇ ਪਿੱਛੇ ਆ। ਮੈਂ ਕਿਹਾ ਵੀ ਮੈਂ ਸੁਣਿਆ, ਉੱਥੇ ਸੁਣਿਆ ਨਹੀਂ ਮੈਂ। ਹਾਂਜੀ ਹਾਂ, ਜੇ ਮੈਂ ਘਰੇ ਅੰਗਰੇਜ਼ੀ ਬੋਲਣੀ ਸ਼ੁਰੂ ਕਰਤੀ, ਇਹਨਾਂ ਦੀ ਪੰਜਾਬੀ ਗਈ। ਉਹ ਘਰੇ ਹੀ ਮਤਲਬ ਕਿ ਜਿਵੇਂ ਦਾਦਾ ਦਾਦੀ ਆ ਜਾਂ ਹੋਰ ਕੋਈ ਆ, ਅਤੇ ਉਹ ਤਾਂ ਪੱਕਾ ਆਪਦੀ ਬੋਲੋ। ਮਤਲਬ ਕਿ ਜੇ ਬੱਚਾ ਫਰਜ਼ ਕਰੋ ਤੁਹਾਨੂੰ ਇੰਗਲਿਸ਼ ਮਤਲਬ ਕਿ ਜਵਾਬ ਦਿੰਦਾ, ਬੋਲੇ ਨਾ ਚੁੱਪ ਕਰ ਜਾਓ, ਉਹਨੇ ਕਹਿਣਾ ਹਾਂ ਮੈਂ ਪੁੱਛਿਆ ਸੀ ਕੁਛ, ਹਾਂ ਪੰਜਾਬੀ ਬੋਲ, ਮੈਨੂੰ ਆਉਂਦੀ ਨਹੀਂ। ਉਹ ਗੱਲ ਸਹੀ ਆ। ਅੱਛਾ, ਦੂਜਾ ਹੋਰ ਗੱਲ, ਅੱਛਾ ਉਹਦੇ ਵਿੱਚ ਜਿਹੜੀ ਸਾਡਾ ਹੁੰਦਾ ਵਾ ਆਪਣੇ ਘਰ 'ਚ ਝਗੜੇ ਹੁੰਦੇ, ਉਹਦਾ ਇੱਦਾਂ ਹੁੰਦਾ ਜੇ ਫਰਜ਼ ਕਰੋ ਡੈਡੀ ਮਾੜਾ ਜਾ ਸਖਤ ਆ, ਤਾਂ ਮੰਮੀ ਨੇ ਕਹਿਣਾ ਨਾ 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 ਮੇਰਾ ਪੁੱਤ ਆ, ਇਹਨੂੰ ਕਿਉਂ ਇੱਦਾਂ ਕਿਹਾ? ਅੱਛਾ, ਜੇ ਮਾਂ ਸਖਤ ਆ ਤਾਂ ਪਿਓ ਦੂਜੇ ਪਾਸੇ ਜਾਂਦਾ, ਉਹ ਬੱਚਾ ਕਿੱਧਰ ਜਾਵੇ ਵੀ? ਉਹਨੂੰ ਪਿਆਰ ਨਾ ਸਮਝਾਓ। ਹਾਂ, ਝਿੜਕਾਂ ਵੀ ਪੈਂਦਾ, ਪਹਿਲਾਂ ਹੁੰਦਾ ਸੀ ਰੰਬਾ ਅਤੇ ਨਿਆਣਾ ਇਹ ਚੰਡੇ ਕੰਮ ਦਿੰਦੇ ਆ, ਪਰ ਉਹ ਜ਼ਮਾਨਾ ਹੁਣ ਹੈ ਨਹੀਂ। ਇਹਦੇ 'ਚ ਬੱਚੇ ਨੂੰ ਚਪੇੜ ਨਹੀਂ ਮਾਰ ਸਕਦੇ। ਮੈਂ ਮੇਰਾ ਦੋਕਾ ਹੀ ਆ, ਮੈਂ ਦੋਕਾ ਸ਼ੇਰ ਵਰਗਾ, ਮੈਂ ਕਿਹਾ ਚਪੇੜ ਨਹੀਂ ਮਾਰੀ ਦੋਕਾ ਇੱਦਾਂ ਦਾ। ਜਦੋਂ ਹੁਣ ਉਹਦੇ ਨਹੀਂ ਹੈਗਾ, ਉਹਦੇ ਨੂੰ ਜਦੋਂ ਉਹਦੇ ਨੂੰ ਜਦੋਂ ਅਸੀਂ ਉੱਧਰ ਜਾਂਦੇ ਹਾਂ ਉਦੋਂ ਨੂੰ ਪਤਾ ਲੱਗ ਜਾਂਦਾ ਹੈ ਨਾ ਗਲਤੀ ਹੋ ਜਾਂਦੀ ਹੈ, ਤੇ ਸਾਡੇ ਨੂੰ ਵੇਖਣ ਲੱਗ ਪੈਂਦਾ ਹੈ ਹੁਣ ਪਤਾ ਗਲਤੀ ਹੈ, ਤੇ ਬਾਅਦ ਵਿੱਚ ਮਾਫੀ ਮੰਗ ਲੈ। ਅਸੀਂ ਕੋਲ ਬੈਠੇ ਨਾ, ਗਲਤੀ ਨਹੀਂ ਕਰੂਗਾ, ਜਦੋਂ ਮੰਮੀ ਡੈਡੀ ਕਰੂਗਾ, ਹੁਣ ਪਤਾ ਨਾ ਕਹਿਣਾ ਕੁਛ ਨਹੀਂ, ਜਵਾਕ ਨੂੰ ਪਤਾ। ਹਾਂ, ਜਵਾਕ ਨੂੰ ਪਤਾ ਕਿਹੜਾ ਕਿਹੜਾ ਸਖਤ ਆ ਤੇ ਕਿਹੜਾ ਮੈਨੂੰ ਲੋਲੀਪੋਪ ਦਿੰਦਾ ਆ। ਹਾਂ, ਤੇ ਬੱਚਾ ਤੇ ਇੱਕ ਕਹਾਵਤ ਹੁੰਦੀ ਸੀ ਪੁਰਾਣੀ, ਬੱਚਾ ਤੇ ਅੰਬ ਦਾ ਬੂਟਾ, ਇਹ ਪਾਲਣੇ ਬਹੁਤ ਸੌਖੇ ਆ। ਅੰਬ ਦਾ ਬੂਟਾ ਵੀ ਛੇਤੀ ਹੁੰਦਾ ਨਹੀਂ। ਹਾਂਜੀ, ਨਹੀਂ ਹੁੰਦਾ। ਹਾਂ, ਇਹ ਪੁਰਾਣੀ ਕਹਾਵਤ ਹੁੰਦੀ ਸੀ ਜੀ। ਅਤੇ ਸੋ ਉਹ ਜਿਹੜੀਆਂ ਪੁਰਾਣੀਆਂ ਸਟੋਰੀਆਂ ਕਹਾਣੀਆਂ ਸਾਨੂੰ ਰੱਖਣੀਆਂ ਪੈਣੀਆਂ, ਕਲਚਰ ਵੀ ਰੱਖਣਾ ਪੈਣਾ। ਹੁਣ ਜੇ ਚੀਨੇ ਆ, ਚੀਨੇ ਕਦੀ ਆਪਦੀ ਇੰਗਲਿਸ਼ ਬੋਲਦੇ ਨਹੀਂ? ਬੋਲਦੇ ਨਹੀਂ, ਕਦੀ ਵੀ ਨਹੀਂ ਬੋਲਦੇ। ਆ ਮੈਂ ਚੀਨਿਆਂ 'ਤੇ ਜਾਂਦਾ, ਮਸਾਜ ਦਾ ਹੈਗਾ ਉਹਨਾਂ ਦਾ ਡਾਕਟਰ ਹਜ਼ਾਰੇ ਉੱਤੇ 7-8 ਡਾਕਟਰ ਆ, ਤਾਂ ਉਹ ਕਦੀ ਨਹੀਂ ਆਪਸ 'ਚ ਕਦੀ ਉਹ ਇੰਗਲਿਸ਼ 'ਚ ਬੋਲੀ ਉਹਨਾਂ, ਕਦੀ ਵੀ ਨਹੀਂ। ਯਾਰ, ਜਦੋਂ ਦੁਨੀਆਂ 'ਚ ਵੀ ਦੇਖੋ, ਲਾਈਕ ਹੁਣ ਮੈਂਡਰਿਨ ਆ, ਉਹ ਆਈ ਥਿੰਕ ਇਸ ਸੈਕਿੰਡ ਮੋਸਟ ਬੋਲਦੇ ਆ, ਪਹਿਲਾਂ ਅੰਗਰੇਜ਼ੀ ਆ ਫਿਰ ਮੈਂਡਰਿਨ ਆ, ਨੰਬਰ ਦੂਜੇ 'ਤੇ ਆ। ਤੁਸੀਂ ਲਾ ਲਓ ਹਿਸਾਬ, ਹੁਣ ਇਕੱਲਾ ਉੱਥੇ ਕਿੰਨੀ ਆਬਾਦੀ ਆ, ਹੁਣ ਇੰਡੀਆ ਦੀ ਆਬਾਦੀ ਕਿੰਨੀ ਆ, ਪਰ ਆਏ ਆ, ਪਰ ਇੰਡੀਆ ਦਾ ਆਏ ਆ ਵੀ ਉੱਥੇ ਆਪਣੇ ਡਿਫਰੈਂਟ ਕਲਚਰ ਵੀ ਹੈਗਾ, ਕੋਈ ਗੁਜਰਾਤੀ ਆ, ਕੋਈ ਮਰਾਠੀ ਆ, ਕੋਈ ਪੰਜਾਬੀ ਆ, ਕੋਈ ਹਿੰਦੂ ਆ, ਸਾਰੇ ਉਹਦਾ ਡਿਫਰੈਂਟ ਡਾਇਵਰਸਿਟੀ ਹੋ ਜਾਂਦੀ ਆ। ਪਰ ਸਟਿਲ ਜਿਵੇਂ ਤੁਸੀਂ ਕਿਹਾ, ਹੁਣ ਜਿਵੇਂ ਚੀਨੀਆਂ ਦਾ ਜਾਂ ਕਿਸੇ ਦਾ ਵੀ ਆ, ਕਿਉਂਕਿ ਕਲਚਰ ਆ, ਉਹ ਆਪਣੇ ਕਲਚਰ ਪ੍ਰਿਜ਼ਰਵ ਕਰਦੇ ਆ, ਪ੍ਰਿਜ਼ਰਵ ਜਿਵੇਂ ਆਪਣੇ ਉਹ ਪ੍ਰੋਟੈਕਟ ਕਰਦੇ ਆ ਵੀ ਆਪਾਂ ਅੱਗੇ ਵਧਾਉਣਾ, ਆਪਣੇ ਜਵਾਕਾਂ ਨੂੰ ਵੀ ਦੇਣਾ। ਜਿਵੇਂ ਉਹਨਾਂ ਦੀ ਅੰਕਲ ਜੇ ਸਿੱਖਿਆ ਵੀ ਦੇਖੋਗੇ ਨਾ ਜਵਾਕਾਂ ਦੀ, ਨਿੱਕਿਆਂ ਦੀ, ਸੇਮ ਅੰਕੋ, ਜਿਵੇਂ ਉਹ ਪੂਰੇ ਡਿਸਿਪਲਿਨ ਆ, ਉਹਨਾਂ ਨੂੰ ਪਤਾ ਆ ਕੀ ਗਲਤ, ਜਿਵੇਂ ਉਹ ਕਈ ਗਲਤ ਆਏ ਜੇ ਕਰ ਵੀ ਦੇਣਗੇ ਉਹਨੂੰ ਪਤਾ ਆ, ਔਰ ਉਹਨਾਂ ਦੀ ਰਿਸਪੈਕਟ ਉਹਨਾਂ ਦੀ ਜੇ ਦੇਖੋਗੇ ਜਵਾਕਾਂ ਦੀ ਕਿੰਨੀ ਜ਼ਿਆਦਾ ਆ ਦੂਜੇ ਕਲਚਰਾਂ ਨਾਲੋਂ। ਅਸਲ ਵਿੱਚ ਇਹ ਅੰਮ੍ਰਿਤ ਇਹ ਇੱਕ ਚੀਜ਼ ਨਹੀਂ ਹੈਗੀ, ਇਹ ਕਈ 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 ਪਹਿਲੂ ਆ ਇਹਦੇ ਵਿੱਚ। ਸਭ ਤੋਂ ਪਹਿਲਾਂ ਜੇ ਸਟਾਰਟਿੰਗ ਜਿੱਦਾਂ ਆਪਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਨਾ, ਹਾਂਜੀ, ਹੁਣ ਜੇ ਮੈਂ ਗੁੱਸਾ ਕਰਨਗੇ ਕੁਛ ਲੋਕ ਜਿਹੜੇ ਇਸ ਕੰਮ 'ਚ ਹੈਗੇ ਆ, ਸਭ ਤੋਂ ਜ਼ਿਆਦਾ ਠੇਕੇ ਕਿਹਦੇ ਕੋਲ ਆ? ਪੰਜਾਬੀਆਂ ਕੋਲ। ਸਭ ਤੋਂ ਜ਼ਿਆਦਾ ਕੈਨਾਬਿਸ ਕਿਹਦੇ ਕੋਲ ਆ? ਪੰਜਾਬੀਆਂ ਕੋਲ। ਆ ਮੀਡੀਆ ਦੇ ਕਾਰਨ ਕਿਹਦੇ ਕੋਲ ਆ? ਸਾਰੇ ਪੰਜਾਬ। ਅੱਛਾ, ਹੁਣ ਜਿਹੜੇ ਖਾਣ ਪੀਣ ਵਾਲੇ ਆ, ਉਹ ਹਰ ਇੱਕ 'ਚ ਬਾਹਰ ਖੁੱਲੀ ਆ, ਘਰ ਬਾਹਰ ਜਾਣ ਦੀ ਲੋੜ ਹੀ ਨਹੀਂ, ਘਰੇ ਬਾਹਰ ਆ, ਘਰੇ ਬਾਹਰ, ਠੀਕ ਹੈ ਨਾ। ਸ਼ਾਮਾਂ ਨੂੰ, ਸ਼ਾਮਾਂ ਨੂੰ ਤਾਂ ਬੱਚੇ ਨੂੰ ਸਿਖਾਉਣ ਦਾ ਟਾਈਮ ਹੁੰਦਾ, ਤਾਂ ਬਾਪੂ ਬੋਤਲ ਲੈ ਕੇ ਬੈਠਾ ਹੁੰਦਾ। ਸੀ ਅੰਕਲ, ਇਹ ਮੈਂ ਗੱਲ ਮੈਂ ਜ਼ਰੂਰ ਮੈਂ ਟੋਪਿਕ ਮੈਂ ਛੇੜਨਾ ਚਾਹੁੰਦਾ ਸੀ, ਕਿਉਂਕਿ ਕਿਉਂ ਅੰਕਲ, ਮੈਂ ਇੱਕ ਮੈਂ ਬਹੁਤ ਦੇਖੀ ਘਰਾਂ ਦੇ ਵਿੱਚ। ਹੁਣ ਤੁਸੀਂ ਕਿਹਾ
ਜਵਾਕ ਸਕੂਲੋਂ ਆਉਂਦੇ ਆ ਜਾਂ ਤੁਸੀਂ ਕੰਮਾਂ ਤੋਂ ਆਉਂਦੇ ਸ਼ਾਮੀ, ਪਹਿਲੀ ਗੱਲ ਕੀ ਕਰਦੇ ਆ ਆਪਣੇ ਜੋ ਆਪਣੇ ਹੈਗੇ ਆ ਫਾਦਰਸ ਨਾ, ਕੁਛ ਵੀ ਕੀ ਕਰਦੇ ਆ, ਚਲੋ ਦੋ ਤਿੰਨ ਪੈਗ ਲਾ ਲਈਏ, ਜੋ ਤੁਹਾਡੇ ਵਕਤ ਹੋਣਾ ਚਾਹੀਦਾ ਤੁਸੀਂ ਆਪਣੇ ਜਵਾਕਾਂ ਨਾਲ ਮਿਲ ਜੋਲ ਕਰਨਾ, ਵੀ ਤੁਹਾਡਾ ਦਿਨ ਕਿਵੇਂ ਸੀ, ਕੀ ਹੋਇਆ ਤੁਹਾਡਾ ਨਾਲ, ਕੀ ਨਹੀਂ ਹੋਇਆ, ਤੁਸੀਂ ਮਿਲ ਜੋਲ ਕਰੋ। ਬਸ ਜਦ ਤੁਸੀਂ ਘਰ ਆਉਣਾ ਤੁਸੀਂ ਪੀ ਲੈਣੀ, ਨਾ ਤੁਹਾਨੂੰ ਸੁਰਤਾ ਵੀ ਕੀ ਹੋ ਰਿਹਾ ਕੀ ਨਹੀਂ, ਤੁਸੀਂ ਕਹਿਣਾ ਬਈ 8 ਵਜੇ 9 ਵਜੇ ਮੈਂ ਸੌਣ ਲੱਗਿਆ ਬਸ। ਹੁਣ ਇਹ ਤੁਸੀਂ ਜੇ ਸੋਚਿਆ ਜਾਵੇ ਜਵਾਕ, ਹੁਣ ਤੁਸੀਂ ਦੇਖ ਜਵਾਕ ਤੁਹਾਨੂੰ ਦੇਖ ਰਿਹਾ ਯੰਗ ਏਜ ਤੋਂ 11 ਸਾਲਾਂ 10 ਕੋਈ ਵੀ ਆ ਸ਼ੁਰੂ ਤੋਂ ਹੀ, ਹੁਣ ਉਹ ਕਹੂਗਾ ਲੈ ਬਈ ਮੈਂ ਕਿਤੇ ਜਾ ਹੀ ਨਾ, ਮੈਂ ਕੋਈ ਕਨੈਕਸ਼ਨ ਹੈ ਹੀ ਨਹੀਂ, ਮੇਰੇ ਪਿਤਾ ਜੀ ਦਾ ਕੋਈ ਕਨੈਕਸ਼ਨ ਨਹੀਂ ਗੀ। ਕਦੀ ਕਦੀ ਕਿਸੇ ਮਾਂ ਪਿਓ ਨੇ ਬੈਕ ਪੈਕ ਚੈੱਕ ਕੀਤਾ, ਜਿਹੜੇ ਮਾਂ ਪਿਓ ਬੈਕ ਪੈਕ ਚੈੱਕ ਕਰਦੇ ਨਾ ਪਤਾ ਹੁੰਦਾ ਬੈਕ ਪੈਕ 'ਚ ਕੀ ਆ, ਉਹਦਾ ਸਕੂਲ ਦਾ ਜਿਹੜਾ ਬੁੱਕ ਆ ਉਹ ਚੈੱਕ ਕੀਤੀ, ਇਹਨੇ ਹੋਮਵਰਕ ਕੀਤਾ ਕਿ ਨਹੀਂ ਕੀਤਾ, ਜਿਹੜਾ ਸਮਾਨ ਸਕੂਲ ਭੇਜਿਆ ਕਿੰਨਾ ਕੁ ਵਿੱਚੋਂ ਲੋਸਟ ਕੀਤਾ, ਫੂਡ ਭੇਜਿਆ ਕਿੰਨਾ ਖਾਧਾ ਕਿੰਨਾ ਰਹਿ ਗਿਆ। ਸਾਡੀਆਂ ਸਾਡੀ ਤਾਂ ਸੋਚਣੀ ਮਹੱਲ ਖੜੇ ਕਰਨ ਦੀ ਆ, ਬੜੇ ਬੜੇ ਟਰੱਕ ਮਰਸੀਡੀਆਂ, ਬਸ ਇਹ ਸੋਚ ਆਈ ਕਿੱਥੋਂ ਆ ਅੰਕਲ? ਜੇ ਤੂੰ ਹੁਣ ਤੁਸੀਂ ਆਪਾਂ ਪਿੱਛੋਂ ਦੇਖੀ ਜਾਵੇ, ਜਿਵੇਂ ਹੁਣ ਆਪਣਾ ਆਪਣਾ ਧਰਮ ਆ ਪਿੱਛੋਂ ਦੇਖਿਆ ਜਾਵੇ, ਹੁਣ ਜੇ ਆਪਣਾ ਇੱਕ ਤੌਰ 'ਤੇ ਕਹਿ ਲਈਏ ਹੁਣ ਆਪਾਂ ਕਾਸਟ ਸਿਸਟਮ ਵੀ ਦੇਖਦੇ ਹਾਂ, ਜੱਟਾਂ ਦੇ ਚੂੜਾ ਆ ਚਮਾਰ ਆ ਤੁਸੀਂ ਮਾਝਵੀ ਆ ਕੋਈ ਵੀ ਆ ਰਾਈਟ, ਹੁਣ ਆ ਅੰਕਲ ਆਪਣੀ ਗੁਰਬਾਣੀ 'ਚ ਲਿਖਿਆ ਹੋਇਆ ਉੱਤੇ ਆ ਕੋਈ ਥੱਲੇ ਆ ਕੋਈ ਜੱਟ ਆ, ਅਤੇ ਆਪਾਂ ਟ੍ਰਡੀਸ਼ਨ ਬਣਾਇਆ ਹੋਇਆ ਵੀ ਇਹ ਲੋਕ ਥੱਲੇ ਆ, ਵਿਆਹ ਕਰਾਉਣਾ ਜੇ ਜੱਟ ਨਾਲ ਆ, ਤੁਸੀਂ ਮਾਝਵੀ ਆ, ਤੁਸੀਂ ਇਹ ਆ ਵੋ ਆ, ਇਹ ਅੰਕਲ ਸੋਚ ਆਈ ਕਿੱਥੋਂ ਆ? ਜੇ ਹੁਣ ਆਪਣੇ ਗੁਰਬਾਣੀ 'ਚ ਫੋਲੋ ਕਰਦੇ ਫਿਰ ਤਾਂ ਇਹ ਕੋਈ ਗੱਲਾਂ ਆਉਂਦੀਆਂ ਨਹੀਂ ਮੂਹਰੇ। ਅਸਲ ਵਿੱਚ ਨਾ ਥੋੜ੍ਹਾ ਜਿਹਾ ਸ਼ੁਰੂ ਤੋਂ ਹੀ ਉਹ ਥੋੜ੍ਹਾ ਸਟੈਂਡਰਡ ਦਾ ਫਰਕ ਪੈਂਦਾ, ਜਦੋਂ ਅੰਮ੍ਰਿਤ ਛਕ ਲਿਆ ਨਾ ਫਿਰ ਉਹ 'ਚ ਕੋਈ ਦੂਜ ਨਹੀਂ ਹੈਗੀ, ਹਾਂਜੀ ਫਿਰ ਤਾਂ ਉਹ ਸਾਰਾ ਇੱਕ ਹੀ, ਕਿਉਂਕਿ ਅੰਮ੍ਰਿਤ ਜੋ ਛਕਾਇਆ ਜਾਂਦਾ ਇੱਕੋ ਬੱਟੇ ਛਕਾਇਆ ਜਾਂਦਾ, ਇੱਕੋ ਪੰਗਤ ਹੈ, ਸੰਗਤ ਅਤੇ ਪੰਗਤ ਹੈ, ਇਹ ਦੋ ਚੀਜ਼ਾਂ ਆ। ਅੱਜ ਕੱਲ੍ਹ ਹੁਣ ਕੁਰਸੀਆਂ ਕਿਹਾ ਪਤਾ ਨਹੀਂ ਕੀ ਬਣਨਾ, ਚਲੋ ਫਿਰ ਲੇਟਰ ਔਨ ਕਰਦੇ ਹਾਂ, ਮੈਂ ਕਿਹਾ ਲੰਮਾ ਹੋ ਜਾਣਾ ਚੱਕਰ ਨਾ, ਮੇਰੀ 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 ਖੜਕਦੀ ਕਿਉਂ ਆ? ਮੈਂ ਕੋਈ ਸੰਤ ਭਗਤ ਨਹੀਂ ਹੈਗਾ, ਨਾ ਕੋਈ ਮੈਂ ਇਨਸਾਨ ਆ, ਭਗਵਾਨ ਨਹੀਂ ਹੈਗਾ। ਉਹ ਗੱਲਾਂ ਕਈ ਵੀ ਮਹਾਰਾਜ ਕਹਿੰਦੇ ਕਰਤਾ ਆਪੇ ਮੂੰਹੋਂ ਕਢਾਏ, ਉਹ ਰੱਬ ਆਪੇ ਕਈ ਵੀ ਕਢਾ ਲੈਂਦਾ ਮੂੰਹ ਤੋਂ। ਹਾਂ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਰੱਬ ਵਾਲੇ ਪਾਸੇ ਲੱਗ ਕੇ, ਉਹ ਚੀਜ਼ਾਂ ਜਿਹੜੀਆਂ ਉਹ ਭਗਤੀ 'ਚੋਂ ਮਿਲਣੀਆਂ, ਗੁਰਬਾਣੀ 'ਚੋਂ ਮਿਲਣੀਆਂ। ਜੇ ਪੰਜਾਬੀ ਨੇ ਗੁਰਬਾਣੀ ਕਿੱਦਾਂ ਪੜੋਗੇ? ਸਹੀ ਗੱਲ ਆ, ਉਹ ਲੈ ਹੀ ਨਹੀਂ ਬਣਨੀ ਅੰਗਰੇਜ਼ੀ 'ਚ ਬੋਲੀ ਜਾ, ਉਹ ਤੁਹਾਡੀ ਜਿਹੜੀ ਨਾ ਫੀਲਿੰਗ ਆ, ਫੀਲਿੰਗ ਆ ਉਹ ਨਹੀਂ ਬਣਨੀ। ਨਹੀਂ ਸਹੀ ਗੱਲ ਅੰਕ, ਮੈਨੂੰ ਵੀ ਕਈ ਵਾਰੀ ਹੁਣ ਆਪ ਸ਼ਰਮ ਆਉਂਦੀ ਹੈ, ਮੈਂ ਕਈ ਵਾਰੀ ਹੁਣ ਅਸੀਂ ਪੰਜਾਬੀ ਪੜ੍ਹੇ ਹੋਏ ਇੰਡੀ ਆ 10 6ਵੀਂ ਤੱਕ, ਹੁਣ ਮੈਂ ਜੇ ਪੰਜਾਬੀ ਪੜ੍ਹਦਾ ਮੈਂ ਪੜ੍ਹ ਲੈਂਦਾ, ਇਹ ਵੀ 6 ਤੱਕ ਹੀ ਪੜਿਆ, ਗੁਰਗੀਤ ਵੀ 6 ਤੱਕ ਪੜ੍ਹੀ, ਜਿਵੇਂ ਮੈਂ ਪੜ੍ਹ ਲੈਣਾ, ਪਰ ਹੁਣ ਅੰਕਲ ਅਕਸ਼ਰ ਜੋੜਨੇ ਪੈ ਜਾਂਦੇ ਕਿਉਂਕਿ ਹੁਣ ਅਸੀਂ ਪੜ੍ਹਦੇ ਹੀ ਨਹੀਂ, ਮੇਰੀ ਗਲਤੀ ਆ। ਹੁਣ ਅੰਕ ਮੈਨੂੰ ਆਪ ਮੈਨੂੰ ਸ਼ਰਮ ਆਉਂਦੀ ਆ ਵੀ ਮੈਂ ਤਾਂ ਭੁੱਲੀ ਜਾਂਦਾ ਆ, ਮੈਨੂੰ ਤਾਂ ਮੈਂ ਇੱਥੇ ਊ ਆ ਕਰੀ ਜਾਂਦਾ, ਮੈਂ ਜੋੜੀ ਜਾਂਦਾ ਇੱਥੇ ਅਕਸ਼ਰ, ਰਾਈ ਮੈਨੂੰ ਆਪ ਸ਼ਰਮ ਆਉਂਦੀ ਆ ਵੀ ਤੈਨੂੰ ਪਤਾ ਹੋਣਾ ਚਾਹੀਦਾ ਅੱਗੇ ਕਿਵੇਂ ਸਿਖਾਏਗਾ ਜਵਾਕ ਨੂੰ। ਟਰਾਈ ਨਹੀਂ ਨਾ ਕਰਦੇ ਹੁਣ ਗੁਰਕੀਤ ਆ, ਉਹ ਕਰੇ ਉਹ, ਹੁਣ ਕਹਿੰਦੀ ਸੀ ਇੱਕ ਬਾਰ ਲਿਖਿਆ ਉਹਨੇ ਪੰਜਾਬ, ਮੈਂ ਕਿਹਾ ਤੂੰ ਗਲਤ ਲਿਖਿਆ, ਸਪੈਲਿੰਗ ਗਲਤ ਆ, PUNJAB ਹੁੰਦਾ, PAN ਪਾਇਆ। ਅੱਛਾ ਫਿਰ ਕਹਿੰਦੀ ਮੈਨੂੰ 5 ਦਰਿਆਵਾਂ ਦੇ ਨਾਂ ਚਾਹੀਦੇ ਆ, ਫਿਰ ਮੈਂ ਲਿਖਾਏ ਸਾਰੇ ਉਹਨੂੰ, ਉਹ ਪੰਜਾਬੀ 'ਚ ਲਿਖੇ ਸਾਰੇ, ਉਹ ਮੇਰਾ 3 ਦਿਨ ਹੋ ਗਿਆ ਲੱਗੀ ਨੂੰ, ਕੱਲ੍ਹ ਪੂਰੇ ਕੀਤੇ ਉਹਨੇ, ਅਤੇ ਸਪੈਲਿੰਗ ਕਰੇ ਜਿੰਨੀਆਂ ਕਰੇ ਦਾਲਾਂ ਪਈਆਂ ਸਾਰੀਆਂ ਪੰਜਾਬੀ 'ਚ ਲਿਖੀਆਂ ਉਹਨੇ। ਹਾਂਜੀ ਹਾਂ, ਮੈਂ ਲਿਖਦਾ ਮੈਂ ਤੂੰ ਆਪ ਲਿਖ। ਹੁਣ ਬੁੱਕ ਮੰਗਾਈ ਉਹਨੇ ਕੋਈ ਆਪਣੀ ਨਾਂ ਭੁੱਲ ਗਿਆ ਮੈਨੂੰ, ਔਨਲਾਈਨ ਔਡਰ ਕੀਤੀ ਆ, ਉਹ ਕਵਿਤਾਵਾਂ ਗਜ਼ਲਾਂ ਉਹਦੇ ਵਿੱਚ ਸਾਰਾ ਕੁਝ, ਅਤੇ ਉਹ ਮੈਂ ਕਿਹਾ ਵੀ ਮੈਨੂੰ ਪਹਿਲਾਂ ਨਾ ਮੈਨੂੰ ਸਿਖਾਉਣ ਦੇ, ਬਾਅਦ 'ਚ ਤੂੰ ਪੜ੍ਹੀ ਨਹੀਂ, ਗਲਤ ਪੜ੍ਹਿਆ ਤੇਰੇ ਦਿਮਾਗ 'ਚ ਪੱਕ ਜਾਣਾ ਵਾ। ਹਾਂਜੀ, ਹੁਣ ਕਈਆਂ ਨੂੰ ਮਤਲਬ ਕਿ ਝਿਜਾ ਹੋਇਆ ਅੜਾੜਾ ਹੋਇਆ, ਉਹਨੂੰ ਅੜਾੜਾ ਨਹੀਂ ਕਹਿਣਾ ਹੁੰਦਾ, ਜਦੋਂ ਮੈਂ ਪੜ੍ਹਦਾ ਮੈਂ ਸ਼ੀਸ਼ਾ ਨਹੀਂ ਕਹਿਣਾ ਹੁੰਦਾ, ਮੈਂ ਸ਼ਸ਼ਾ ਹੀ ਗਈ, ਠੀਕ ਹੈ ਨਾ? ਇਹ ਸਾਨੂੰ ਪ੍ਰੈਕਟਿਸ ਕਰਨੀ ਪੈਣੀ, ਪ੍ਰੈਕਟਿਸ ਦੀ ਲੋੜ ਆ। ਬਾਕੀ ਇਹ ਨਿੱਕੇ ਬੱਚੇ ਵਾਸਤੇ ਹੁੰਦਾ, ਜਿੱਦਾਂ ਤੁਸੀਂ ਹੁਣ ਵਿਆਹ ਦੇ ਕਾਬਲ ਆ, ਜੇ ਪ੍ਰੈਕਟਿਸ ਕਰੋਗੇ ਸਾਰਾ ਕੁਝ ਹੋ ਜਾਊਗਾ, ਵਿੱਚੋਂ ਟਾਈਮ ਪੁਛਾ ਕੇ 1 ਘੰਟਾ ਕੱਢੋ। ਹਾਂ, ਜਿਹੜਾ ਬੰਦਾ ਐਕਸਪਰਟ ਨੂੰ ਲਾ ਕੇ ਬਿਠਾ ਲਓ, ਹੁਣ ਟੀਵੀ 'ਤੇ ਵੀ ਆਉਂਦਾ ਗਲਤ ਲਿਖਿਆ ਹੁੰਦਾ, ਉਹ ਬੁੱਕ ਵੀ ਮੈਂ ਥੋੜ੍ਹੀ ਪੜ੍ਹੀ ਸੀ, ਥੋੜ੍ਹੀਆਂ ਲੈਣਾ ਤਾਂ ਵਿੱਚੋਂ ਗਲਤ ਲਿਖਿਆ ਉਹਨੇ,
ਮੈਂ ਕਿਹਾ ਮੈਂ ਠੀਕ ਕਰਕੇ ਤੁਹਾਨੂੰ ਦਊਂਗਾ ਕਿਉਂਕਿ ਸਾਰੇ ਐਕਸਪਰਟ ਜਿਹੜੀ ਪੰਜਾਬੀ ਦੀ ਗ੍ਰਾਮਰ ਸਭ ਤੋਂ ਔਖੀ ਆ ਨਹੀਂ ਬਹੁਤ ਔਖੀ ਆ ਇਹ ਸਭ ਤੋਂ ਔਖੀ ਆ ਮੈਂ ਸਾਰੀ ਉਮਰ ਪੰਜਾਬੀ ਪੜ੍ਹੀ ਆ ਪਰ ਮੈਂ ਅਜੇ ਪੂਰਾ ਗ੍ਰਾਮਰ ਮੈਨੂੰ ਵੀ ਨਹੀਂ ਆਉਂਦੀ ਜੋ ਸੰਸਕ੍ਰਿਤ ਆਪਣੀ ਗੁਰਮੁਖੀ ਆ ਹੁਣ ਗੁਰਮੁਖੀ ਜਿਹੜੀ ਆ ਉਹ ਉਹ ਜਿਹੜੀ ਉਹ ਮਤਲਬ ਕਿ ਹੁਣ ਜੇ ਅਸੀਂ ਕਹੀਏ ਵੀ ਇੱਕ ਦਿਨ ਸਿੱਖ ਲਈਏ ਨਹੀਂ ਨਹੀਂ ਅੱਛਾ 1469 ਤੋਂ ਗੁਰੂ ਨਾਨਕ ਪਾਤਸ਼ਾਹ 1469 'ਚ ਬਰਥ ਹੋਇਆ ਉਹਨਾਂ ਦਾ ਜਨਮ ਹੋਇਆ ਨਾ ਅਤੇ 1708 ਤੱਕ ਕਿੰਨਾ 239 ਸਾਲ ਹੁਣ ਤੁਰਕੀ ਬਾਣੀ ਆ ਉਹ ਕਿਸੇ ਬੰਦੇ ਦੀ ਚਾਰੀ ਥੋੜ੍ਹੀ ਆ ਉਹ ਤਾਂ ਪਰਮਾਤਮਾ ਦੀ ਜੋ ਮੈਸੇਜ ਆਇਆ ਉਹ ਚਾਰਿਆ ਉਹਨਾਂ ਨੇ ਅੱਛਾ 239 ਸਾਲ ਲੱਗੇ ਅਤੇ ਸਾਡੀ ਉਮਰ ਕਿੰਨੀ ਆ 60-70 ਸਾਲ 70 ਸਾਲ ਤੋਂ ਪੂਰੀ ਕਰ ਲਵਾਂਗੇ ਵੀ ਫਿਰ ਉਹਦੀਆਂ ਜਿਹੜੀਆਂ ਜਿੰਨੀ ਵੀ ਗੁਰਮੁਖੀ ਆ ਉਹ ਮਤਲਬ ਕਿ ਪੜ੍ਹਨੀ ਮੁਸ਼ਕਲ ਆ ਇੰਨੀ ਨਹੀਂ ਸੰਥਿਆ ਲੈਣੀ ਪੈਂਦੀ ਆ ਤਾਂ ਸਹੀ ਪੜ੍ਹ ਹੁੰਦੀ ਆ ਗੱਲ ਮੈਂ ਮੁੱਖ ਨੂੰ ਪੁੱਛਣਾ ਚਾਹੁੰਦਾ ਯੂ ਨੋ ਜਿਵੇਂ ਹੁਣ ਤੁਸੀਂ ਆਪ ਆਪਣੇ ਫਾਦਰ ਨੂੰ ਦੇਖਿਆ ਰਾਈਟ ਹਰ ਦਾ ਚੇਂਜ ਤੇਰਾ ਪਰਸਪੈਕਟਿਵ ਜਿਵੇਂ ਲਾਈਫ 'ਤੇ ਆ ਰਾਈਟ ਵੀ ਮੈਂ ਕਿਵੇਂ ਅੱਗੇ ਵਧਣਾ ਮੈਂ ਕਿਵੇਂ ਕੇਰੀ ਕਰਨਾ ਆਪਣੇ ਆਪ ਨੂੰ ਤੁਹਾਡੇ ਫਾਦਰ ਫਿਗਰ ਦੀ ਰੋਲ ਤੂੰ ਆਪ ਜਿਵੇਂ ਤਿੰਨ ਦੇ ਤੇਰੇ ਰੋਲ ਮਾਡਲ ਨਹੀਂ ਰਾਈਟ ਤੇਰੇ ਤੁਹਾਡੇ ਫਾਦਰ ਸੋ ਤੇਰੀ ਮੈਂਟੈਲਿਟੀ ਕਿਵੇਂ ਚੇਂਜ ਹੋਈ ਦ ਵੇ ਯੂਰ ਫਾਦਰ ਖੇਡ ਯੂ ਨੋ ਖੇਡ ਹਿਮਸੈਲਫ ਹਾਂ ਹੁਣ ਜਿੱਦਾਂ ਛੋਟੇ ਹੁੰਦੇ ਸੀ ਉਹ ਛੋਟਾ ਆਉਂਦਾ ਸੀ ਰਾਈਟ ਔਖਾ ਸੀ ਜਿੱਦਾਂ ਸਾਡੀ ਫੈਮਲੀ ਸਿਚੁਏਸ਼ਨ ਸੀ ਹੋਰ ਤਰ੍ਹਾਂ ਸੀ ਹੈ ਨਾ ਹਾਂਜੀ ਜ਼ਿਆਦਾ ਡਿਟੇਲ ਨਹੀਂ ਆਇਆ ਹੋਈ ਪਰ ਜਿੱਦਾਂ ਉਹ ਸਿਚੁਏਸ਼ਨ ਹੈਗੀ ਸੀ ਜਿੱਦਾਂ ਮੇਰਾ ਹੈਗਾ ਸੀ ਜ਼ਿਆਦਾ ਸਪੋਰਟਸ ਵਿੱਚ ਰਾਈਟ ਸੋ ਉਹੀ ਤਾਂ ਗੱਲ ਹੈ ਨਾ ਜਦੋਂ ਹੁਣ ਜਿਹੜੇ ਇਮੋਸ਼ਨਲ ਬਾਰੇ ਗੱਲ ਕਰਦੇ ਹਾਂ ਉਹ ਅਸੀਂ ਸ਼ੁਰੂ ਤੋਂ ਅਸੀਂ ਕਦੀ ਸਿੱਖਿਆ ਨਹੀਂ ਕਿੱਦਾਂ ਉਹਨੂੰ ਐਕਸਪਲੇਨ ਕਿੱਦਾਂ ਕਰੀਦਾ ਜਦੋਂ ਮੈਂ ਡੈਡੀ ਨਾਲ ਹੁਣ ਪਾਪੂ ਨਾਲ ਮੈਂ ਕਦੀ ਮੈਂ ਗੱਲ ਨਹੀਂ ਕੀਤੀ ਜਦੋਂ ਛੋਟੇ ਹੁੰਦੇ ਸੀ ਹੁਣ ਸ਼ੁਰੂ ਕੀਤਾ ਜੀ ਜਦੋਂ ਰਾਤ ਨੂੰ ਗੱਲ ਕਰਦੇ ਹਾਂ ਬੋਕਸਿੰਗ ਵੇਖਦੇ UFC ਵੇਖਦੇ ਹਾਂ ਅਤੇ ਮੈਂ ਰੋਜ਼ ਨਾ ਕੁਛ ਕੋਈ ਟੋਪਿਕ ਹੁੰਦਾ ਡਿਸਕਸ ਕਰਦਾ ਪਾਪੂ ਨਾਲ ਹੈ ਨਾ ਅਤੇ ਉਹ ਅਸੀਂ ਉਹਨਾਂ ਹੁਣ ਕੰਫਰਟੇਬਲ ਹੈਗੇ ਹਾਂ ਰਾਈਟ ਜਦੋਂ ਹੁਣ ਪਹਿਲਾਂ ਹੁੰਦਾ ਸੀ ਜਦੋਂ ਅਸੀਂ ਉਹ ਸਿਚੁਏਸ਼ਨ ਹੈਗਾ ਨਹੀਂ ਸੀਦਾ ਕਿ ਸੋਚਣੀ ਨਿੱਕੀ ਸੀ ਹੈ ਨਾ ਜਾਂ ਨਿੱਕਾ ਸੀ ਅਤੇ ਮੇਰਾ ਅਸੀਂ ਜ਼ਿਆਦਾ ਹੈਗਾ ਸੀ ਸਪੋਰਟਸ ਵਿੱਚ ਜਾਣ ਲਈ ਹੁਣ ਡੈਡੀ ਸੀ ਹੁਣ ਉਹ ਕੰਮ ਕਰਦੇ ਸੀ ਨਾਲ ਛੱਡ ਕੇ ਹੁੰਦੇ ਸੀ ਮੈਨੂੰ ਸਪੋਰਟਸ 'ਤੇ ਕਾਫੀ ਟਫ ਸੀ ਹੈ ਨਾ ਜਿੱਦਾਂ ਸਿਚੁਏਸ਼ਨ ਸੀ ਇਹ 4 ਸਾਲ ਦਾ ਸੀ ਜਦੋਂ ਮੈਂ ਇਹਨੂੰ ਸੌਕਰ 'ਚ ਪਾ ਤਾ ਉਂਗਲੀ ਫੜ ਕੇ ਤੁਰੇ ਫਿਰਨਾ ਕੋਈ ਦੀ ਮੈਂ ਕਿਹਾ ਮੁੱਖ ਚੱਲ ਤੂੰ ਬਾਲ ਨੂੰ ਪਿਆਰ ਮਾਰ ਨਹੀਂ ਮੈਂ ਕੋਈ ਗੱਲ ਨਹੀਂ ਕਿਦਾਂ ਚੱਲੂਗਾ ਹੁਣ ਅੱਜ ਨਹੀਂ ਨਹੀਂ ਵਧੀਆ ਟਾਈਮ ਲੱਗਦਾ ਮਤਲਬ ਕਿ ਕਾਰ ਮੇਨ ਥਿੰਗ ਮੇਨ ਰੋਲ ਤੇ ਪੇਰੈਂਟਸ ਹੀ ਆ ਹੁਣ ਜਿਹੜੇ ਹੁਣ ਅਸੀਂ ਕਾਰਨ ਤੇ ਹੈ ਨਾ ਸਭ ਤੋਂ ਵੱਡੀ ਚੀਜ਼ ਇੱਕ ਤਾਂ ਸਾਡੇ ਲੋਕ ਸੱਚ ਬੋਲ ਕੇ ਰਾਜੀ ਨਹੀਂ ਪਤਾ ਨਹੀਂ ਸ਼ਰਮ ਆਉਂਦੀ ਇਹਨਾਂ ਨੂੰ ਚਾਹੇ ਉਹ ਕਿਰਪਾਨ ਵੀ ਪਾਈ ਆ ਕਕਾਰ ਪੂਰੇ ਪਾਏ ਆ ਗੁਰਸਿੱਖ ਆ ਪਲ ਉਹ ਵੀ ਸੱਚ ਬੋਲ ਕੇ ਰਾਜੀ ਨਹੀਂ ਝੂਠ ਤੋਂ ਲੱਗ ਨਹੀਂ ਝੂਠ ਨਹੀਂ ਸੱਚ ਤੋਂ ਲੱਗ ਮੈਂ ਬੋਲਦਾ ਸੱਚ ਕੌੜਾ ਹੁੰਦਾ ਨਾ ਜਿੱਦਾਂ ਮੈਂ ਬੋਲਦਾ ਮੇਰੀ ਫ੍ਰੈਂਡਸ਼ਿਪ ਨਹੀਂ ਹੈਗੀ ਨਹੀਂ ਸਹੀ ਗੱਲ ਉਹ ਲਾਈਕ ਬਹੁਤ ਕੌੜਾ ਹੁੰਦਾ ਬਹੁਤ ਔਖਾ ਆ ਬੋਲਣਾ ਔਖਾ ਸੁਣਨਾ ਹੋਰ ਔਖਾ ਆ ਅੱਛਾ ਜੇ ਤੁਸੀਂ ਸੱਚ ਕਹਿਣਾ ਤਾਂ ਸੱਚ ਸੁਣਨਾ ਵੀ ਬਰਦਾਸ਼ਤ ਕਰੋ ਨਹੀਂ ਡਰਦੇ ਆ ਨਾ ਸਮਝਦੇ ਆ ਨਾ ਬੇਇੱਜ਼ਤੀ ਹੋ ਨਹੀਂ ਕੋਈ ਨਹੀਂ ਨਹੀਂ ਬੇਇੱਜ਼ਤੀ ਨਹੀਂ ਉਹ ਕਿਉਂਕਿ ਉਹਦੇ 'ਚ ਕੁਛ ਨਾ ਕੁਛ ਉਹਦੇ ਵਿੱਚ ਮਤਲਬ ਕਿ ਉਹਦੇ 'ਚ ਵੀਕਨੈਸ ਹੁੰਦੀ ਆ ਕਮਜ਼ੋਰੀ ਹੁੰਦੀ ਬੰਦੇ 'ਚ ਇਮੋਸ਼ਨਲ ਸਾਨੂੰ ਗੁੱਸਾ ਬਹੁਤ ਛੇਤੀ ਆਉਂਦਾ ਸਾਡੇ ਕੋਲ ਸਹਿਣਸ਼ੀਲਤਾ ਹੈ ਨਹੀਂ ਮੈਨੂੰ ਵੀ ਆਉਂਦਾ ਪਰ ਮੈਂ ਜਿੱਥੇ ਸਹੀ ਗੱਲ ਸਹੀ ਨੂੰ ਸਹੀ ਕਹੂੰਗਾ ਗਲਤ ਨੂੰ ਗਲਤ ਹੁਣ ਹੁਣ ਕਾਰਨ ਤਾਂ ਇਹ ਹੈ ਨਾ ਵੀ ਦੂਰ ਆਪਦੀ ਧੀ ਨੂੰ ਆਪਦੇ ਪੁੱਤ ਨੂੰ ਹਰ ਕੋਈ ਧੀ ਪੁੱਤ ਕਹੇਗਾ ਤਾਂ ਮਤਲਬ ਕਿ ਆ ਬੱਚੇ ਹਰ ਇੱਕ ਨੂੰ ਪਿਆਰੇ ਹੁੰਦੇ ਆ ਦੂਸਰੀ ਧੀ ਨੂੰ ਧੀ ਕਰਕੇ ਦੇਖੋ ਨਾ ਫਿਰ ਪਤਾ ਲੱਗੂ ਕੀ ਹੁੰਦੀ ਆ ਦੂਜੇ ਦੀਆਂ ਗੱਲਾਂ ਕਰੀ ਜਾਂਦੇ ਆਪਦੇ ਨੂੰ ਛਪਾਈ ਜਾਂਦੇ ਨਹੀਂ ਸਹੀ ਗੱਲ ਆ ਨਹੀਂ ਬਹੁਤ ਵਧੀਆ ਮੈਂ ਹੁਣ ਜਿਵੇਂ ਤੁਸੀਂ ਹੁਣ ਗੱਲ ਕੀਤੀ ਆ ਤਾਂ ਇੱਕ ਗੱਲ ਮੈਂ ਸਾਰੇ ਆਡੀਅੰਸ ਨੂੰ ਕਹਿਣਾ ਚਾਹੁੰਦਾ ਜੋ ਵੀ ਇਹ ਦੇਖਦੇ ਆ ਭਲਾ ਇੱਕ ਲੋਕ ਹੋਏ ਦੋ ਹੋਏ 10 ਹੋਏ ਜਿੰਨੇ ਵੀ ਹੋਏ ਜਿਹੜੇ ਵੀ ਪੇਰੈਂਟਸ ਆ ਨਾ ਆਪਣੇ ਜਿਹੜੇ ਜਵਾਕਾਂ 'ਚ ਲਾਈਫ ਥੋੜ੍ਹਾ ਹੋਰ ਇਨਵੋਲਵਮੈਂਟ ਕੋਸ਼ਿਸ਼ ਕਰੋ ਆਪਣੇ ਜਵਾਕਾਂ ਨਾਲ ਜਿਵੇਂ ਤੁਸੀਂ ਬਹਿ ਕੇ ਗੱਲਾਂ ਕਰੋ ਜਦੋਂ ਸ਼ਾਮ ਦਾ ਟਾਈਮ ਹੁੰਦਾ ਆ ਉਹ ਤੁਹਾਡਾ ਮੇਨ ਟਾਈਮ ਆਪਣੇ ਜਵਾਕਾਂ ਨਾਲ ਕਨੈਕਟ ਹੋਣ ਜੇ ਤੁਸੀਂ ਹੁਣ ਸਮਝ ਲਓ ਕੋਈ ਵੀ ਆ ਮੈਂ ਆਏ ਨਹੀਂ ਕਹਿੰਦਾ ਵੀ ਸਾਰੇ ਹੀ ਬੰਦੇ ਆਏ ਹਾਂ ਪਰ ਮੈਂ ਕਾਫੀ ਚਿਰ ਦੇਖਿਆ ਵੀ ਜੋ ਫਾਦਰ ਹੋਰ ਰੋਲ ਪਲੇਅ ਕਰਦੇ ਨਾ ਆਪਣੀ ਫੈਮਲੀ ਦੇ ਵਿੱਚ ਸ਼ਾਮੀ ਅੰਕਲ ਪੀ ਕੇ ਨਾ ਉਹਨਾਂ ਨੂੰ ਪਤਾ ਆ ਇੰਪੈਕਟ ਕੀ ਕਰਦਾ ਜਵਾਕਾਂ ਦੇ ਮੈਂਟਲ ਹੈਲਥ 'ਤੇ ਕਿਉਂਕਿ ਕਿਉਂ ਇੱਕ ਤਾਂ ਹੋ ਜਾਂਦਾ ਡਰ ਅੰਕਲ
ਡਰ ਕਾਹਦੇ ਵੱਲੋਂ ਵੀ ਮੈਂ ਹੁਣ ਜੇ ਕੁਛ ਗਲਤ ਕਹਿ ਤਾ ਜਾਂ ਇਹਨੂੰ ਉਹਨੇ ਮੇਰੇ ਭੜਕ ਜਾਣਾ ਵੀ ਮੈਂ ਡਰਦਾ ਹਾਂ, ਉਹ ਜਾ ਕੇ ਆਪ ਵਿਚਾਰੇ ਰੂਮਾਂ ਜਾ ਕੇ ਸੌ ਜਾਂਦੇ ਆ, ਇੱਕ 7 ਵਜੇ ਰੂਮ ਲਾ ਕੇ ਬਹਿ ਜਾਂਦੇ ਆ, ਕਿਉਂਕਿ ਉਹਨੂੰ ਪਤਾ ਆ ਵੀ ਹੁਣ ਡੈਡੀ ਨੇ ਪੀ ਲਈ ਆ, ਉੱਤੇ ਜਾ ਕੇ ਬਹਿ ਜਾਓ, ਡੋਰ ਬੰਦ ਕਰ ਲਓ, ਕੰਨ 'ਚ ਹੈੱਡਫੋਨ ਲਾ ਲਓ ਅਤੇ ਬਸ ਮੈਨੂੰ ਨਾ ਛੇੜੇ। ਪਰ ਹੁਣ ਕਿਉਂਕਿ ਅੰਕਲ ਇਹ ਇਨਵਾਇਰਮੈਂਟ ਇੰਨਾ ਨੈਗੇਟਿਵ ਆ ਨਾ ਆਪਣੀ ਕਮਿਊਨਿਟੀ 'ਚ, ਜਵਾਕਾਂ 'ਚ ਇੰਨਾ ਮੈਂਟਲੀ ਇੰਪੈਕਟ ਕਰਦਾ ਆ, ਉਹ ਜਵਾਕ ਆਪਣੇ ਡੈਡੀ ਦੇ ਮੂਹਰੇ ਐਕਸਪ੍ਰੈਸ ਨਹੀਂ ਕਰ ਸਕਦਾ ਉਹ ਕੀ ਫੀਲ ਕਰਦਾ। ਹੁਣ ਤੁਸੀਂ ਸੋਚੋ ਅੰਕਲ ਉਹ ਜਵਾਕ ਕਿਵੇਂ ਅੱਗੇ ਵਧੂਗਾ ਜੇ ਤੁਹਾਡਾ ਰੋਲ ਮਾਡਲ ਤੁਸੀਂ ਹੁਣ ਜੇ ਮੁਕਸ ਉਹਨੂੰ ਦੇਖਦਾ ਆ, ਮੇਰਾ ਡੈਡੀ ਮੇਰਾ ਰੋਲ ਮਾਡਲ ਆ, ਮੈਂ ਉਹਨਾਂ ਵਰਗਾ ਬਣਨਾ ਚਾਹੁੰਦਾ ਇੱਕ ਦਿਨ, ਜੇ ਤੁਹਾਡੇ ਕੋਲ ਉਹ ਪ੍ਰੈਜ਼ੈਂਟ ਨਹੀਂ ਹੈ ਜਿਵੇਂ ਯੰਗ ਏਜ 'ਤੇ, ਫਿਰ ਤੁਸੀਂ ਕਿਵੇਂ ਵਧੂਗੇ? ਇਹ ਉਹਦੇ 'ਚ ਨਾ ਪਹਿਲੀ ਗੱਲ ਤਾਂ ਸਾਨੂੰ ਮੰਗਣਾ ਨਹੀਂ ਆਉਂਦਾ। ਮੈਂ ਸ਼ੁਰੂਆਤ ਜਿੱਥੋਂ ਕਰਦਾ, ਮੈਂ ਵੀ ਸੁਣ ਕੇ ਕਥਾਵਾਚਕ ਜ਼ਿਆਦਾ ਸੰਤ ਸਿੰਘ ਮਸਕੀਨ ਜਾਂ ਹੋਰ ਕਥਾਵਾਚਕ ਉਹਨਾਂ ਨੂੰ ਸੁਣ ਕੇ, ਕਿਉਂਕਿ ਉਹਨਾਂ ਕੋਲ ਖੋਜ ਕੀਤੀ ਹੁੰਦੀ ਉਹਨਾਂ ਨੇ, ਉਹਨਾਂ ਦਾ ਕੰਮ ਹੀ ਮਤਲਬ ਕਿ ਉਹ ਦਿਮਾਗ ਲਾਉਂਦੇ ਆ, ਭਗਤੀ ਕਰਦੇ, ਭਗਤੀ ਨਾਲ ਦਿਮਾਗ ਤੁਹਾਡਾ ਸ਼ਾਰਪ ਹੁੰਦਾ। ਹਾਂਜੀ ਠੀਕ ਹੈ ਨਾ। ਜਿੱਥੇ ਮੈਂ ਹੁਣ ਥੋੜ੍ਹਾ ਜਿਹਾ ਕਰਦਾ, ਜਿੱਥੇ ਨਾ ਸਾਇੰਸ ਖਤਮ ਹੁੰਦੀ ਆ ਉੱਥੇ ਭਗਤੀ ਸ਼ੁਰੂ ਹੁੰਦੀ ਆ। ਇਹ ਦੇਖ ਲਓ, ਲੋਕ ਮੰਨਣ ਨਾ ਮੰਨਣ, ਉਹ ਪਰ ਉਹ ਇਹ ਗੁਪਤ ਰੱਖਦੇ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਇਹ ਗੁਪਤ ਹੁੰਦੀਆਂ, ਇਹ ਟੀ ਵੀ 'ਤੇ ਜਾਂ ਰੇਡੀਓ 'ਤੇ ਨਹੀਂ ਬੋਲੀਆਂ ਜਾਂਦੀਆਂ। ਆਪਦਾ ਘਰਦਿਆ ਗ੍ਰਸਤੀ, ਭਗਤੀ ਅਤੇ ਪੈਸਾ, ਇਹ ਤਿੰਨ ਚੀਜ਼ਾਂ ਗੁਪਤ ਰੱਖਣੀਆਂ ਚਾਹੀਦੀਆਂ। ਅੱਜ ਕੱਲ੍ਹ ਸਾਰਾ ਕੁਛ ਹੀ ਓਪਨ ਕਰਤਾ ਤਾਂ ਰਿਸਪੈਕਟ ਕਿੱਥੇ ਰਹਿ ਗਈ? ਨਾ ਭੈਣ ਦੀ ਰਿਸਪੈਕਟ, ਨਾ ਮਾਂ ਦੀ, ਨਾ ਧੀ ਦੀ, ਹੈ ਹੀ ਕੋਈ ਨਹੀਂ। ਸ਼ਰਮ ਹੁੰਦੀ ਸੀ ਅੱਗੇ ਸਿਰ 'ਤੇ ਚੁੰਨੀ ਹੁੰਦੀ ਸੀ, ਅੱਜ ਕੀ ਆ ਬੋਧੀਆਂ ਕਰਾਈ ਫਿਰਦੀਆਂ ਸਾਰੀਆਂ ਕੁੜੀਆਂ, ਹੈ ਕੋਈ ਸ਼ਰਮ ਹਜ਼ਾ? ਫੈਸ਼ਨ ਸ਼ੋਅ ਫਿਰ ਰਿਸਪੈਕਟ ਨਾ ਰਹਿ ਗਈ। ਹੁਣ ਜਦੋਂ ਜਿਹੜੀ ਚੀਜ਼ ਪੜ੍ਹਦੇ 'ਚ ਹੋਣੀ ਚਾਹੀਦੀ ਹੈ ਤੁਸੀਂ ਖੋਲ੍ਹ ਦਿੱਤਾ, ਖਤਮ ਹੋ ਗਿਆ। ਪਹਿਲਾਂ ਜੁਆਇੰਟ ਫੈਮਿਲੀਆਂ ਸੀ ਨਾ, ਹਰ ਇੱਕ ਬੰਦਾ ਸੁਖੀ ਸੀ, ਇੱਕ ਬੰਦਾ ਕਮਾਉਂਦਾ ਸਾਰਾ ਡੱਬਰ ਖਾਂਦਾ ਸੀ, ਹੁਣ ਸਾਰੇ ਕਮਾਉਂਦੇ ਤਾਂ ਨਹੀਂ ਪੂਰਾ ਹੁੰਦਾ। ਹੁਣ ਬਾਪੂ ਦਾ ਟਰੱਕ ਚੱਲਦਾ ਹਾਈਵੇ 'ਤੇ, 15 ਦਿਨਾਂ ਦਾ ਬਾਪ ਮੁੜਨਾ, ਮੁੰਡੇ ਨੂੰ ਨਹੀਂ ਪਤਾ ਅੰਕਲ ਆ ਕੇ ਡੈਡੀ ਆ। ਸਹੀ ਗੱਲ ਆ, ਠੀਕ ਹੈ ਨਾ। ਹਾਂਜੀ, ਹੁਣ ਜੇ ਦਾਦਾ ਦਾਦੀ ਕੋਈ ਛੱਡਤਾ ਤਾਂ ਉਹ ਦਾਦਾ ਦਾਦੀ ਉਹਦੇ ਬਾਅਦ ਸਾਰਾ ਕੁਝ ਨਾ, ਪੈਸੇ ਇਕੱਠੇ ਕਰ ਲਓ, ਕਿੱਥੇ ਲੈ ਕੇ ਜਾਣੇ ਆ, ਕੀ ਛੱਡ ਕੇ ਚੱਲੇ ਦੁਨੀਆਂ ਦਾ? ਮੇਰੀ ਵੀ ਦਾੜੀ ਚਿੱਟੀ ਹੋ ਗਈ, ਮੈਂ 10 ਸਾਲ ਜਿੰਨਾ, 20 ਦਿਨਾਂ, ਕਿੰਨਾ ਦਿਨਾਂ, ਆਪਾਂ ਕੱਲ੍ਹ ਨੂੰ ਮਰ ਜਾਈਏ। ਉਹ ਚੰਗੀ ਚੀਜ਼ ਛੱਡ ਕੇ ਜਾਓ ਨਾ, ਦੁਨੀਆਂ ਵੀ ਤੁਹਾਨੂੰ ਕਵੀ ਹਾਂ ਕੋਈ ਫਲਾਨਾ ਬੰਦਾ ਹੈ ਸੀ, ਪਰ ਸਿੱਖਾਂ ਕੋਲ ਤਾਂ ਜਿੰਨਾ ਖਜ਼ਾਨਾ ਹੈਗਾ ਉਹ ਸਾਡੀ ਮੂਰਖਤਾ ਹੀ ਅਸੀਂ ਨਹੀਂ ਸਾਂਭ ਰਹੇ। ਅਸੀਂ ਸਾਨੂੰ ਮੰਗਣਾ ਕਿੱਦਾਂ ਨਹੀਂ ਆਉਂਦਾ? ਅਸੀਂ ਮੰਗਦੇ ਹਾਂ ਪੁੱਤਰ, ਪੁੱਤਰ ਮੰਗ ਲਿਆ, ਚਲੋ ਮੰਗਣਾ ਤਾਂ ਹੈ ਨਹੀਂ ਮਹਾਰਾਜ, ਜਾਣੀ ਜਾਣਾ ਕਿਹਨੂੰ ਕਿਹਦੇ ਘਰੇ ਭੇਜਣਾ, ਕਿਹਦੇ ਨਹੀਂ ਭੇਜਣਾ, ਉਹ ਪਹਿਲਾਂ ਲਿਖਿਆ ਸਾਰਾ। ਅੱਛਾ, ਉਹ ਜਸਵੀਰ ਸਿੰਘ ਹੁੰਦੇ ਸੀ ਖਾਲਸਾ ਖੰਨੇ ਵਾਲੇ, ਉਹ ਕਹਿੰਦੇ ਹੁੰਦੇ ਸੀ ਨਹੀਂ ਜਦੋਂ ਮੰਗਣਾ ਗੁਰਸਿੱਖ ਪੁੱਤਰ ਮੰਗੋ। ਜਦੋਂ ਗੁਰਸਿੱਖੀ ਆ ਗਈ ਨਾ ਘਰ 'ਚ, ਗੁਰਸਿੱਖ ਗਲਤ ਕੰਮ ਨਹੀਂ ਕਰਦਾ, ਜੇ ਗੁਰਸਿੱਖੀ ਘਰ 'ਚ ਆ ਗਈ ਤਾਂ ਬਸ ਫਿਰ ਨਹੀਂ ਕੁਛ ਕਹਿਣ ਦੀ ਲੋੜ, ਆਪਣੇ ਆਪ ਚੱਲੀ ਜਾਣਾ। ਹਾਂਜੀ, ਇਹ ਵੀ ਅੰਕਲ ਬਾਬਾ ਤੁਸੀਂ ਸਹੀ ਗੱਲ ਕਹੀ ਹੈ, ਇੰਨੀ ਮਾੜੀ ਸੋਚ ਆਪਣੇ ਕਲਚਰ ਦੇ ਵਿੱਚ ਵੀ ਆਪਾਂ ਜਾ ਕੇ, ਬਈ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਬਈ ਤੁਸੀਂ, ਬਈ ਤੁਸੀਂ ਇੱਕ ਪੁੱਤ ਮੰਗਦੇ ਆ ਇੱਕ ਤੌਰ 'ਤੇ, ਬਈ ਤੁਸੀਂ ਸੋਚ ਤੁਹਾਡੀ ਇੰਨੀ ਗਿਰੀ ਹੋਈ ਆ ਬਈ ਇੱਕ ਕੁੜੀ 'ਤੇ ਅਤੇ ਇੱਕ ਮੁੰਡੇ 'ਚ ਫਰਕ ਕੀ ਆ, ਇੱਕ ਸਰੂਪ ਆਉਂਦਾ ਇੱਕ ਆਉਂਦਾ ਆ, ਜੋ ਤੁਸੀਂ ਉਹ 'ਚ ਤੁਸੀਂ ਸ਼ਿਕਸ਼ਾ ਭਰੂਗੇ, ਜੋ ਤੁਹਾਡੇ ਮਨ 'ਚ ਹੈਗਾ ਉਹ ਉਹ 'ਚ ਜਾਊਗਾ, ਮੁੰਡਾ ਜਾਂ ਕੁੜੀ ਹੋਵੇ ਕੋਈ ਵੀ ਹੋਵੇ, ਰਾਈਟ। ਪਰ ਪਤਾ ਨਹੀਂ ਇਹ ਕਾਹਤੋਂ ਆਪਾਂ ਇੱਕ ਇੱਕ ਕਲਚਰ 'ਚ ਐਂ ਸੋਚਦੇ ਵੀ ਮੁੰਡਾ ਹੋਣਾ ਚਾਹੀਦਾ। ਮੈਂ ਆਖੋ ਤੁਸੀਂ ਕਿੰਨੇ ਆਪ ਦੇਖੇ ਹੋਣੇ ਕੇਸ ਉਹਨਾਂ ਦੇ, ਮੈਂ ਆਪ ਦੇਖਿਆ, ਇੱਕ ਕੁੜੀ ਹੋਈ ਕਹਿੰਦੇ ਚਲੋ ਇੱਕ, ਫਿਰ ਦੂਜੀ ਹੋਈ, ਫਿਰ ਤੀਜੀ ਹੋਈ, ਫਿਰ ਕਹਿੰਦੇ ਨਹੀਂ ਸੀ ਮੁੰਡਾ ਲੈਣੇ, ਫਿਰ ਚੌਥਾ ਹੋਇਆ, ਚਲੋ ਪੰਜਵਾਂ ਹੋਇਆ। ਮੈਂ ਬਹੁਤ ਵਾਰੀ ਦੇਖਿਆ, ਚਲੋ ਮੈਂ ਮੰਨਦਾ ਤੁਸੀਂ ਆਪਣਾ ਜਿਹੜਾ ਤੁਹਾਡਾ ਬਲੱਡ ਲਾਈਨ ਆ, ਤੁਸੀਂ ਕਹਿ ਲਓ ਬਲੱਡ ਲਾਈਨ ਨੂੰ ਪੰਜਾਬੀ ਕੈਰੀ ਔਨ ਕਰਨਾ ਚਾਹੁੰਦੇ, ਤੁਸੀਂ ਕੈਰੀ ਔਨ ਕਰਨਾ ਚਾਹੁੰਦੇ, ਚਲੋ ਉਹ ਮੰਨਦਾ ਆ ਮੈਂ। ਪਰ ਜੇ ਤੁਸੀਂ ਗੱਲਾਂ ਹੀ ਇਹ ਜੀ ਕਰਦੇ ਨਹੀਂ ਬਈ ਸਾਡੀ ਫੈਮਿਲੀ ਤਾਂ ਰਹੀ ਹੋਈ ਨਹੀਂ। ਅੱਛਾ, ਫਿਰ ਉਹਦੇ ਵਾਸਤੇ ਇਮੋਸ਼ਨ ਕਿੰਨੇ ਕਰਾਉਂਦੇ ਆ, ਦੱਸਿਓ ਪਹਿਲਾਂ ਕਿੰਨੇ ਜ਼ਿਆਦਾ ਉਹ ਗਰਭਪਾਤ ਕਰਾਉਂਦੇ ਆ। ਅੱਛਾ, ਜੇ ਕੱਲ੍ਹ ਫਰਕ ਮੁੰਡਾ ਹੋ ਗਿਆ,
ਜੇ ਚੋਰ ਨਿਕਲਿਆ ਕੀ ਕਰੋਗੇ? ਕੀ ਕਰੋਗੇ ਯਾਰ, ਸਾਰਾ ਹੀ ਖਾਜੂ, ਜਿੰਨਾ ਕਮਾਇਆ ਸਾਰੀ ਉਮਰ ਦਾ। ਸੋ ਜੋ ਵੀ ਬੱਚਾ ਹੋਵੇ, ਤੰਦਰੁਸਤ ਹੋਵੇ, ਮਤਲਬ ਕਿ ਆਗਿਆਕਾਰੀ ਹੋਵੇ, ਚਾਹੇ ਮੁੰਡਾ ਕੁੜੀ। ਮੈਂ ਦੱਸਦਾ, ਗੁਰਕੀਤ ਜਦੋਂ ਬੋਲ ਰਹੀ, ਮੈਂ ਮੀਟ ਕੰਪਨੀ 'ਚ ਕੰਮ ਕਰਦਾ ਸੀ। ਹਾਂਜੀ, ਇਹ ਹੁਣ ਤਾਂ ਚੱਕੀ ਫਿਰਦੇ ਨਾ ਬਥੇਰੇ, ਲੋਹੜੀ 'ਚ ਚੱਕੀ ਫਿਰਦੇ। ਮੈਂ ਉਦੋਂ ਦੀ ਗੱਲ ਕਰਦਾ 1998 ਦੀ, ਉਦੋਂ ਲੋਕਾਂ 'ਚ ਥੋੜ੍ਹਾ ਕਰੇਜ਼ ਹੋਰ ਤਰ੍ਹਾਂ ਦਾ ਸੀਗਾ। ਤੋ ਮੈਂ ਨਾ, ਮੈਂ ਕਿਹਾ ਚਲੋ ਮੁੰਡੇ ਦੇ ਲੱਡੂ ਹੁੰਦੇ ਆ, ਚੱਲ ਮੈਂ ਕੁੜੀ ਵਾਸਤੇ ਬਰਫੀ ਲੈ ਕੇ ਜਾਂਦਾ। ਮੈਂ ਇੱਕ ਛੁੱਟੀ ਕੀਤੀ ਅਤੇ ਮੈਂ ਜਾਣ ਲੱਗਾ ਨਾ ਉੱਥੇ, ਪੰਜਾਬੀ ਕਾਫੀ ਆ ਅਤੇ ਲੇਡੀਜ਼ ਵੀ, ਬੰਦੇ ਵੀ ਸਾਰੇ। ਅਤੇ ਉਹ ਮੈਂ ਹੁਣ, ਜਦਕਿ ਬਰਫੀ ਮਹਿੰਗੀ ਆ, ਲੱਡੂ ਸਸਤੇ ਆ, ਮੈਂ 7-8 ਕਿਲੋ ਬਰਫੀ ਲੈ ਗਿਆ। ਉੱਥੇ ਉਹਨਾਂ ਜਦੋਂ ਲੰਚ ਟਾਈਮ ਹੁੰਦਾ ਤਾਂ ਉਹ ਲਿਖ ਕੇ ਲਾਉਂਦੇ ਵੀ ਦਿਸ ਪਰਸਨ ਹੈ ਵੀ ਬੇਬੀ ਗਰਲ ਔਰ ਬੋਏ। ਉਹ ਲਿਖ ਕੇ ਲਾ ਤਾ ਅਤੇ ਉਹ ਨਾਲੇ ਬਰਫੀ ਚੱਕੀ ਜਾਣ, ਪੀਸ ਨਾਲੇ ਕਹਿ ਜਾਣ, ਯਾਰ ਲੋਕ ਤਾਂ ਲੱਡੂ ਨਹੀਂ ਖਾਂਦੇ ਮੁੰਡੇ, ਤੂੰ ਬਰਫੀ ਚੱਕ ਲਿਆ। ਉਹ ਮੈਨੂੰ ਗੁੱਸਾ, ਮੇਰਾ ਸੁਭਾਅ ਉੱਦਾਂ ਦਾ, ਮੈਂ ਕਿਹਾ ਵੀ ਕੁੜੀ ਮੇਰੇ ਤੇਰੇ ਢੱਡ ਦੁਖਦਾ, ਖਾਣੀ ਖਾ ਮੈਂ ਖਾਣੀ ਖਾ ਲੈ ਦਫਾ। ਉਹ ਸਿੱਧਾ ਹੀ ਪੰਜਾਬੀ 'ਚ ਗਿਆ, ਉਹਨੂੰ ਚੁੱਪ ਕਰਕੇ ਪੀਸ ਚੱਕ ਲਿਆ। ਇਹ ਲੋਕ ਨਾ ਪਿਆਰ ਵਾਲੇ ਨਹੀਂ ਹੈਗੇ, ਜੰਮੇ ਹੀ ਸਿੱਖਾਂ ਦੇ ਘਰੇ ਆ, ਆਦਤਾਂ ਸਾਡੀਆਂ ਕਿੱਦਾਂ ਦੀਆਂ ਸਿੱਖੀ ਇਹ ਸਿਖਾਉਂਦੀ ਆ, ਜਮਾਂ ਵੀ ਨਹੀਂ। ਹੁਣ ਬਾਕੀ ਚੀਜ਼ਾਂ ਲਾ ਲਓ, ਹੋਰ ਵੀ ਜੋ ਹੈਗਾ, ਮਤਲਬ ਕਿ ਸਭ ਤੋਂ ਅੰਮ੍ਰਿਤ ਵੇਲਾ ਆ। ਅੰਮ੍ਰਿਤ ਵੇਲੇ ਤਾਂ ਉਹੀ ਰੱਬ ਦਾ ਨਾਲ ਹੋਊਗਾ ਜਿਹਦਾ ਲਗਨ ਆ, ਜੀ ਸ਼ਰਧਾ ਹੀ ਹੈ ਨਹੀਂ। ਹੁਣ ਹੁਣ ਸਭ ਤੋਂ ਵੱਡੀ ਗੱਲ, ਸਿੰਘ ਦੀ ਜਿਹੜੀ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੋਬਿੰਦ ਰਾਏ ਸੀ ਪਹਿਲਾਂ ਨਾਂ ਉਹਨਾਂ ਦਾ, ਅੰਮ੍ਰਿਤ ਖਾਲਸਾ ਪੰਥ ਸਾਜਣ ਤੋਂ ਪਹਿਲਾਂ ਗੋਬਿੰਦ ਰਾਏ ਸੀ। ਅੱਛਾ, ਗੋਬਿੰਦ ਸਿੰਘ ਕਦੋਂ ਬਣੇ? ਪਹਿਲਾਂ ਅੰਮ੍ਰਿਤ ਪੰਜਾਂ ਪਿਆਰਿਆਂ ਨੂੰ ਛਕਾਇਆ, ਫਿਰ ਆਪ ਛਕਿਆ, ਠੀਕ ਹੈ ਨਾ। ਉਹ ਕਹਿੰਦੇ ਜਿਹੜੀ ਤੁਹਾਡੀ ਕੋਈ ਚੀਜ਼ ਮੇਰੇ ਕੋਲ ਨਹੀਂ ਹੈਗੀ, ਆਪੇ ਦੇ ਕੇ ਆਪੇ ਉਮਰ ਦੀ ਬਖਸ਼ਿਆ। ਵਾਹ ਪ੍ਰਗਟਿਓ ਮਰ ਦਾ ਗਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਠੀਕ ਹੈ ਨਾ। ਅੱਛਾ, ਉਹ ਗੋਬਿੰਦ ਸਿੰਘ ਬਣੇ ਅੰਮ੍ਰਿਤ ਛਕਣ ਤੋਂ ਬਾਅਦ ਬਣੇ ਨਾ, ਗੁਰੂ ਤੋਂ ਪਹਿਲਾਂ ਹੈਗੇ ਸੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਦਸਵੀਂ ਪਾਤਸ਼ਾਹ। ਅੱਛਾ, ਗੁਰੂ ਤੋਂ ਪਹਿਲਾਂ ਸੀ ਗੁਰੂ। ਅੱਛਾ, ਸਿੰਘ ਉਦੋਂ ਲੱਗਾ, ਅਸੀਂ ਜੰਮਦੇ ਸਿੰਘ ਹਾਂ, ਇੱਕ ਤੋਂ ਅੰਮ੍ਰਿਤ ਛੱਕ ਗਿਆ ਵੀ। ਹਾਂਜੀ ਯਾਰ, ਯੂਨੋ ਅੱਜ ਕੱਲ੍ਹ ਮੈਂ ਦੇਖਿਆ ਯਾਰ, ਇੱਕ ਮੈਨੂੰ ਪਤਾ ਕੀ ਮਾੜੀ ਲੱਗਦੀ ਆ ਚੀਜ਼ ਅੱਜ ਕੱਲ੍ਹ। ਹੁਣ ਜਿਵੇਂ ਜਵਾਕ ਹੈਗੇ ਆ, ਇੱਕ ਦੂਜੇ ਨੂੰ ਜਿਵੇਂ ਪੱਗ ਬੰਨੀ, ਉਹ ਸਿੰਘ ਕਹਿ ਦਿੰਦੇ ਆ ਵੀ ਉਹ ਸਿੰਘ ਜਾਂਦਾ ਆ। ਮੈਂ ਕਿਹਾ ਤੁਹਾਨੂੰ ਮਤਲਬ ਪਤਾ ਵੀ ਸਿੰਘ ਦਾ ਮਤਲਬ ਕੀ ਆ? ਜਦੋਂ ਇਹ ਮੈਨੂੰ ਤਾਂ ਦਖਲ ਤਾਂ ਲੱਗਦਾ ਕਿ ਵੀ ਮੈਨੂੰ ਸਾਨੂੰ ਸਿਖਾਇਆ ਵੀ ਸਿੰਘ ਦਾ ਮਤਲਬ ਹੈ ਕੀ ਆ, ਕੀ ਉਹਨੂੰ ਜਿਵੇਂ ਸਿੰਘ ਬਣਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ, ਵੀ ਕਿਹੜੀ ਤੁਹਾਡੇ ਕੋਲ ਜਿਵੇਂ ਮਨ ਤਮੰਨਿਆ ਹੋਣੀ ਚਾਹੀਦੀ, ਕਿਵੇਂ ਤੁਸੀਂ ਆਪਣੇ ਆਪ ਨੂੰ ਕੇਰੀ ਕਰਦੇ ਆ? ਅੱਜ ਕੱਲ੍ਹ ਜਣ ਆਖਣਾ ਸਿੰਘ ਸਿੰਘ, ਬੜੇ ਤੁਹਾਨੂੰ ਮਤਲਬ ਹੀ ਨਹੀਂ ਪਤਾ ਇੱਕ ਦੂਜੇ ਦੀ, ਕਹੀ ਜਾਂਦੇ ਆ ਉਹ ਦੂਜੇ ਸ਼ਾਮ ਲੱਗੇ ਟੱਲੀ ਹੋਵੇ ਨਾ ਸਿੰਘ ਕਹੀ ਜਾਂਦੇ ਆ। ਨਹੀਂ, ਉਹਦੇ ਵਿੱਚ ਪਤਾ ਕੀ ਕਾਰਨ ਕੀ ਆ? ਕਾਰਨ ਪਤਾ ਕੀ ਆ? ਹੁਣ ਮੈਂ ਵੀ ਇੱਕ ਕਾਰ ਪੂਰੇ ਨਹੀਂ ਪਾਏ ਹੋਏ। ਹਾਂਜੀ, ਮੈਂ ਬਹੁਤ ਵਾਰੀ ਬਿਮਾਰ ਹੋਇਆ, ਬਹੁਤ ਵਾਰੀ ਮੈਨੂੰ ਲਾਉਣੇ ਪਏ, ਕਿੰਨੀ ਵਾਰੀ ਸਰਜਰੀ ਹੋਈਆਂ, ਕਿੰਨੀ ਵਾਰੀ ਮੈਂ ਬਹੁਤ ਕਈ ਵਾਰ ਤੋਂ ਵਾਰ ਵਾਰ ਤਾਂ ਇਹ ਨਹੀਂ ਨਾ ਹੁੰਦੀ। ਅੰਮ੍ਰਿਤ ਤਾਂ ਇੱਕ ਵਾਰੀ ਛਕਣਾ ਚਾਹੀਦਾ। ਸਾਡੇ ਪਿਤਾ, ਮੇਰੇ ਪਿਤਾ ਜੀ ਕਹਿੰਦੇ ਹੁੰਦੇ ਸੀ ਵੀ ਅੰਮ੍ਰਿਤ ਇੱਕ ਵਾਰੀ ਹੁੰਦਾ, ਅੰਮ੍ਰਿਤ ਨਹੀਂ ਟੁੱਟਦਾ, ਬੰਦਾ ਹੀ ਟੁੱਟਦਾ, ਬੰਦਾ ਟੁੱਟਦਾ ਯਾਰ, ਆਪ ਹੀ ਟੁੱਟੇ। ਅੰਮ੍ਰਿਤ ਕੋਈ ਟੁੱਟਣ ਵਾਲੀ ਚੀਜ਼ ਹੈ ਨਾ? ਉਹ ਤਾਂ ਇੱਕ ਵਾਰੀ ਅੰਦਰ ਗਿਆ ਬਸ। ਉਹ ਆਪ ਹੀ ਬੰਦਾ ਟੁੱਟਿਆ ਫਿਰਦਾ, ਉਹਦੀਆਂ ਆਪਦੀਆਂ ਕਮਜ਼ੋਰੀਆਂ ਵਾ। ਹਾਂ, ਅਤੇ ਬਾਕੀ ਜੇ ਹੁਣ ਕਕਾਰ ਉੱਪਰ ਦੀ ਪਾਏ ਹੁਣ ਤਾਂ ਪਤਾ ਦੂਰੋਂ ਲੱਗਦਾ ਵੀ ਖਾਲਸਾ ਆ ਰਿਹਾ। ਹੁਣ ਖਾਲਸਾ ਬਹੁਤ, ਖਾਲਸੇ ਦੇ ਮੀਨਿੰਗ ਹੀ ਨਹੀਂ ਪਤਾ। ਹਰ ਇੱਕ ਨੂੰ ਖਾਲਸਾ ਕਹਿ ਦੇਣਾ, ਮਤਲਬ ਕਿ ਹਾਂ ਖਾਲਸੇ ਦਾ ਅਸਲੀ ਸਰੂਪ ਜਿਹੜਾ ਉਹ ਤਾਂ ਜਿਹੜਾ ਨਿਹੰਗ ਬਾਣਾ ਨਾ, ਮੇਰਾ ਖਿਆਲ ਮਹਾਰਾਜ ਨੇ ਉਹ ਸਾਜੇ ਸੀ, ਅਸੀਂ ਗਾਂ ਚੇਂਜ ਕਰ ਲਿਆ। ਮੈਂ ਵੀ ਹੁਣ ਪੱਲੀ ਪੱਗ ਬੰਨਦਾ ਜਾਂ ਗੋਲ ਪੱਗ ਬੰਨ ਲਈ ਜਾਂ ਵਟ ਐਵਰ, ਕਕਾਰ ਤੇ ਉੱਪਰ ਦੀ ਪਾਇਆ ਹੋਵੇ ਤਾਂ ਪਤਾ ਲੱਗਦਾ ਗੁਰਸਿੱਖ ਦਾ ਪਲਾ ਦਿਖਾ ਬੁਲਾ ਕੇ ਰਾਜੀ ਨੀ, ਕੋਈ ਟੱਕਰ ਵੀ ਬੁਲਾਉਂਦਾ ਨੀ। ਸਹੀ ਗੱਲ ਨਹੀਂ, ਪਰ ਡੈਡੀ ਕੋਈ ਲੋਕ ਹੈਗੇ ਆ ਜਦੋਂ ਮੈਂ ਪੱਗ ਬੰਨਦਾ ਆ, ਅੰਮ੍ਰਿਤ ਵੱਖਰੀ ਸਟਾਈਲ ਹੈ, ਤੁਹਾਡੀ ਆਪਦੀ ਸਟਾਈਲ ਹੈ ਨਾ, ਕੋਈ ਕੋਈ ਮੁੰਡੇ ਹੈਗੇ ਹੁਣ ਬੜੀ ਸ਼ਰਮ ਆਉਂਦੀ ਜਿਹੜਾ ਪੱਗ ਬੰਨੀ ਤੇ ਉਹ ਸ਼ਰਮ ਆਉਂਦੀ ਯਾਰ, ਹਾਂ ਇਹਦਾ ਕੋਈ ਕੁੜੀ ਪਸੰਦ ਨਹੀਂ ਕਰਨੀ ਮੈਨੂੰ। ਨਹੀਂ ਨਹੀਂ, ਕੋਈ ਇਦਾਂ ਚੀਜ਼ਾਂ ਨਾ, ਕੋਈ ਪਰੇਸ਼ਾਨ ਨਹੀਂ। ਉਹ ਜਿਹੜੀਆਂ ਚੀਜ਼ਾਂ ਨਾ, ਉਹ ਵੇਖੋ, ਇਹ ਜਿਹੜੀਆਂ ਚੀਜ਼ਾਂ ਜੋ ਤੁਹਾਡੀ ਕਿਸਮਤ ਮਾਰਾਂ ਲਿਖਿਆ ਤੇ ਸੰਜੋਗ ਲਿਖਿਆ ਮਿਲ ਜਾਣਾ, ਅਸੀਂ ਕਦੋਂ ਮਾਰ ਖਾਣੇ ਜੋ ਲਾਲਚ ਚ ਪਏ ਨੇ? ਜਿੱਦਾਂ ਮੈਂ ਲਾਲਚ ਚ ਪਿਆ ਸੀ ਕੈਨੇਡਾ ਆਉਣ ਦੀ ਖਾਤਰ, ਕੀ ਖੱਟਿਆ?
21 ਸਾਲ ਧੱਕੇ ਖਾਧੇ, ਖੀ 'ਤੇ ਕੀ ਹੋਇਆ ਤਲਾਕ। ਮੈਂ ਕੋਈ ਸ਼ਰਾਬਾਂ ਪੀਂਦਾ ਸੀ, ਨਸ਼ੇ ਕਰਦਾ ਸੀ, ਮੈਂ ਸਾਰੀ ਉਮਰ ਭਗਤੀ ਕੀਤੀ। ਸਾਰੀ ਉਮਰ ਨੰਗੀ ਦਾੜੀ ਚਿੱਟੀ ਹੋ ਗਈ, ਅਜੇ ਸਿੱਖੀ ਜਾਣਾ? ਸਿੱਖਣ ਦੀ ਉਮਰ ਬਚਪਨ ਦੀ ਹੁੰਦੀ ਆ। ਉਹ ਤੇ ਮੈਂ ਉੜਤਾ ਹੀ ਆ, ਮੈਂ ਜੱਟਾਂ ਦੇ ਘਰ ਜੰਮ ਪਿਆ ਜੀ, ਮੈਂ ਸਿੱਖਾਂ ਜੰਮ ਪਿਆ, ਸਿੱਖਾਂ ਦੇ ਘਰ ਜੰਮਣ ਸਿਰ ਤੇ ਕਮ ਸੇ ਕਮ ਜੂੜਾ ਤੇ ਪੱਗ। ਹਾਂ, ਫਿਰ ਸਿੱਖ ਆ। ਜਿਹੜਾ ਖਾਲਸਾ ਆ, ਖਾਲਸਾ ਕੀ ਆ? ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹ ਮੈਂ ਗੋਰਿਆਂ ਨੂੰ ਦਿੰਦਾ ਨਾ, ਜਦੋਂ ਐਕਸਪਲੇਨ ਕਰਕੇ, ਇਹਦੇ ਬਾਅਦ ਮੀਨਿੰਗ ਖਾਲਸਾ, ਖਾਲਸਾ ਦਾ ਮਿਲਟਰੀ ਆਫ ਗੋਡ। ਜਿਹੜੀ ਮਿਲਟਰੀ ਆਫ ਗੋਡ ਆ, ਉਹ ਲੋਕਾਂ ਤੋਂ ਡਰਦੀ ਫਿਰੂਗੀ? ਹਰ ਇੱਕ ਦੀ ਰੱਖਿਆ ਵਾਸਤੇ ਬਣਾਇਆ ਮਾਰਿਆ ਨੇ, ਜਿੱਥੇ ਕਿਤੇ ਅਤਿਆਚਾਰ ਹੋਇਆ, ਕ੍ਰਾਈਮ ਹੋ ਰਿਹਾ, ਜਾਂ ਕਿਸੇ ਨਾਲ ਕੋਈ ਨਜਾਇਜ਼ ਧੱਕਾਸ਼ਾਹੀ ਹੋ ਰਿਹਾ, ਖਾਲਸਾ ਉਹਦੇ ਵਾਸਤੇ ਬਣਾਇਆ। ਆਪਣੀ ਨਹੀਂ ਅੰਕਲ, ਆਪਣੀ ਬਲੱਡ ਲਾਈਨ ਵੀ ਕਿਉਂ, ਖਾਲਸਾ ਕਿੱਥੋਂ? ਹੁਣ ਜੇ ਤੁਸੀਂ ਸੋਚਿਆ ਜਾਵੇ ਵਰਲਡ ਵਾਰ 1 ਤੋਂ ਰੱਖ ਲਓ, ਹਾਂ, ਜੇ ਤੁਸੀਂ ਦੇਖਿਆ ਵੀ ਜਾਏ, ਜੋ ਆਪਣੀ ਜਦੋਂ ਫੌਜ ਸੀਗੀ, ਜੋ ਬ੍ਰਿਟਿਸ਼ ਦੀ ਸੀ, ਕਿਸੇ ਦੀ ਵੀ ਸੀ, ਜੇ ਤੁਸੀਂ ਦੇਖੋਗੇ ਫਰੰਟ ਲਾਈਨ 'ਤੇ ਕੌਣ ਸੀਗੇ, ਪੰਜਾਬੀ ਸਿੱਖ ਜਿਹੜੇ ਪੱਗਾਂ ਬੰਨ੍ਹੇ ਹੋਈਆਂ ਸੀ, ਤੁਸੀਂ ਰੱਖ ਲਓ ਪੰਜਾਬ ਦੀ ਪਾਪੂਲੇਸ਼ਨ, ਜੇ ਪੰਜਾਬ 'ਚ ਦੇਖਿਆ ਜਾਏ, ਇੰਡੀਆ ਦੇ ਸਾਰੇ ਨਾਲੋਂ ਕੰਪੇਅਰ ਕੀਤਾ, ਕਿੰਨੀ ਪਾਪੂਲੇਸ਼ਨ ਸੀ, ਰਾਈਟ? ਕੁਛ ਵੀ ਨਹੀਂ ਗੇ, ਇੰਨੇ ਨਹੀਂ ਗੇ। ਜੇ ਤੁਸੀਂ ਸੋਚਿਆ ਜਾਏ, ਜੇ 10% 20% ਉਹ ਆਰਮੀ ਦੇ ਸਾਰੇ ਪੰਜਾਬੀ ਨੇ, ਉਹ ਤੁਹਾਨੂੰ ਸ਼ੋਅ ਕੇਸ ਕਰਦਾ ਵੀ ਜਿਹੜੀ ਆਪਣੀ ਬਲੱਡ ਲਾਈਨ ਆ, ਆਪਣੇ ਵੋਰੀਅਰ ਤੋਂ ਆਉਂਦੀਆਂ, ਮਗਰੋਂ ਆਪਣੇ ਆਉਂਦੀਆਂ ਪਿੱਛੇ ਵੀ ਗਲਤ ਲਈ ਲੜਨਾ ਆ, ਜੋ ਲੋਕ ਗਲਤ ਕਰਦੇ ਆ ਜਾਂ ਕੋਈ ਕੁਛ ਵੀ ਕਰਦੇ ਆ। ਹੁਣ ਜੇ ਤੁਸੀਂ ਰੱਖ ਲਓ ਜਦੋਂ ਆਪਣੇ ਮੁਗਲਾਂ ਨਾਲ ਵਾਰ ਹੁੰਦੇ ਸੀਗੇ, ਉਹ ਕਿੰਨੀਆਂ ਕੁਰਬਾਨੀਆਂ ਹੋਈਆਂ, ਨਾ ਕਿਸੇ ਨੂੰ ਪਤਾ ਅੰਕਲ ਕਿ ਵੀ ਕਿਹੜੀ ਲੜਾਈ ਲੜੇ, ਕਿਹੜੀ ਜੰਗ ਲੜੇ ਆ, ਕਾਹਤੋਂ ਲੜੇ ਆ ਵੀ ਆਪਣੇ, ਕਿਉਂਕਿ ਕਿਉਂ ਅੱਜ ਮੈਂ ਤੁਸੀਂ ਹੋਏ, ਮੁੱਖ ਹੋਇਆ, ਫਰੈਂਡ ਹੋਇਆ, ਕੋਈ ਵੀ, ਅਸੀਂ ਅੱਜ ਪੱਗਾਂ ਬੰਨ੍ਹ ਕੇ ਸਟਰੀਟ 'ਤੇ ਹੋਏ, ਕਿਤੇ ਵੀ ਹੋਏ, ਟੈਕਸੀ ਕੈਬ ਚਲਾਇਆ, ਅੰਕਲ ਅਸੀਂ ਪ੍ਰਾਊਡ ਫੀਲ ਕਰੇ ਵੀ ਅਸੀਂ ਸਿੱਖ ਹਾਂ। ਨਹੀਂ, ਉਹਦੇ ਵਿੱਚ ਵੇਖੋ ਕਈ ਚੀਜ਼ਾਂ ਹੈਗੀਆਂ, ਹੁਣ ਚਲੋ ਨਾਲ ਦੀ ਨਾਲ ਆਪਾਂ ਥੋੜ੍ਹਾ ਐਡ ਕਰ ਲਈਏ। ਹੁਣ ਜੇ ਪੱਗ ਬੰਨ੍ਹ ਕੇ ਮੈਂ ਬਾਹਰ 'ਚ ਜਾਊਂਗਾ, ਪੱਗ ਲੈਣੀ ਹੈ ਨਾ, ਹਾਂਜੀ, ਜੇ ਕੰਜਰਖਾਨਾ ਕਰੋਗੇ ਤਾਂ ਪੱਗ ਦੱਸੂਗੀ, ਫਿਰ ਕਹਿੰਦੇ ਮੇਰੀ ਪੱਗ ਲਾਤੀ ਤਾਂ ਲੈਣ ਕੇ ਗਿਆ ਸੀ ਉੱਥੇ, ਲੈਣ ਗਿਆ। ਨਹੀਂ ਆ, ਕਈ ਵੀ ਇਹ ਗੱਲ ਸਹੀ ਆ, ਕਿਉਂਕਿ ਹੁਣ ਮੈਂ ਆਖ ਨਹੀਂ ਸਮਾਂ ਸੱਚ ਦੱਸਦਾ, ਹੁਣ ਮੈਂ ਮੰਮੀ ਨਾਲ ਵੀ ਦੱਸਿਆ, ਮੈਂ ਪੇਰੈਂਟਸ ਵੀ ਦੱਸਿਆ, ਰਾਈਟ ਬਈ ਮੈਂ ਪੀਤੀ ਆ, ਮੈਂ ਪਿੱਛੇ ਵੀ, ਹੁਣ ਆਖੋ ਮੈਨੂੰ ਆਪ ਹੁੰਦਾ ਅੰਦਰੋਂ ਬਈ ਯਾਰ ਮੈਂ ਬੜਾ ਗਲਤ ਕੰਮ ਕਰੀ ਜਾਂਦਾ, ਬਈ ਮੈਂ ਪੱਗ ਬੰਨੀ ਆ ਅਤੇ ਮੈਂ ਸ਼ਰਾਬ ਪੀਂਦਾ, ਮੈਂ ਇਹ ਕਰਦਾ, ਵੀ ਕਿੰਨੀ ਗਲਤ ਗੱਲ ਆ। ਜੇ ਹੁਣ ਮੈਂ ਆਪ, ਜੇ ਮੈਨੂੰ ਸੋਚ ਨਾ ਆਵੇ, ਮੈਂ ਅੱਗੇ ਵੀ ਕਿਵੇਂ ਵਧਾਊਂਗਾ? ਵੀ ਜੇ ਮੈਨੂੰ ਆਪ ਸੋਚ ਅੱਜ ਨਾ ਆਵੇ, ਮੈਂ ਅੱਗੇ ਕਿਵੇਂ ਸਿਖਾਊਂਗਾ ਦੂਜੇ ਲੋਕਾਂ ਨੂੰ? ਕਹਿੰਦੇ ਯਾਰ ਤੂੰ ਤਾਂ ਉੱਥੇ, ਪਰਸੋਂ ਤਾਂ ਉੱਥੇ ਸੀ ਅਤੇ ਹੁਣ ਅੱਜ ਕਹਿਣ ਲੱਗ ਗਿਆ ਬੜਾ ਤੈਨੂੰ ਆ ਗਿਆ, ਰਾਈਟ? ਨਹੀਂ ਹੁੰਦਾ ਯਾਰ, ਰਹੇ ਆ ਕਸੋ, ਮੈਨੂੰ ਆਪ ਤਮੰਨਿਆ ਮੇਰੇ ਮਨ 'ਚ ਆਈ ਬਈ ਆਪਾਂ ਤਾਂ ਵੀ ਹੱਥ ਲਾਇਆ ਮੁੜ ਕੇ ਨਾ ਇਹਨੂੰ ਹੱਥ ਲਾਉਣਾ, ਕਿਉਂਕਿ ਮੈਂ ਜੇ ਵਧਣਾ ਚਾਹੁੰਦਾ ਵੀ ਸਹੀ ਪਾਥ 'ਤੇ ਮੈਂ ਜਾਣਾ ਚਾਹੁੰਦਾ, ਜੇ ਮੈਂ ਪੱਗ ਬੰਨੀ ਸਿਰ 'ਤੇ, ਜੇ ਮੈਂ ਦੂਜੇ ਪੁੱਠੇ ਕੰਮ ਕਰਨਾ ਚਾਹੁੰਦਾ ਮੈਂ ਇਹ ਨਹੀਂ ਰੱਖਣਾ ਸੀ, ਮੈਂ ਕੇਸ ਨਹੀਂ ਰੱਖਣੀ। ਨਹੀਂ, ਉਹਦੇ ਵਿੱਚ ਵੇਖੋ ਇਤਰਾਅ ਚੜਾਅ ਬਹੁਤ ਆਉਂਦੇ। ਜੇ ਮੈਂ ਆਪਦੀਆਂ ਸਟੋਰੀਆਂ ਦੱਸਣ ਲੱਗਾ, ਹੁਣ ਮੈਂ ਟੈਕਸੀ ਚਲਾਉਂਦੇ ਨੂੰ 25 ਸਾਲ ਹੋ ਚੱਲੇ, 99 'ਚ ਮੈਂ ਕੇਸ ਕੀਤਾ ਸੀ, ਕਿਉਂਕਿ ਫਿਰ 2001 ਵਿੱਚ ਉਹ ਫਾਈਨਲ ਹੋ ਗਿਆ, ਉਦੋਂ ਬਾਅਦ ਫਿਰ ਚੱਲ ਸੌ ਚੱਲੀ ਆ, ਵੇਲਾ ਕਿੰਨੇ 23 ਸਾਲ ਹੋ ਗਏ, ਅਤੇ 2 ਸਾਲ ਚਲੋ ਜੈਲ ਉਤਰਾਈ, ਬਾਅਦ 'ਚ ਮੈਂ ਕੋਆਪ 'ਚ ਆ ਗਿਆ, ਚਲੋ ਫਰੈਂਡ ਸੀ ਇੱਧਰ, ਚਲੋ ਵਟ ਐਵਰ। ਉਹਦੇ ਵਿੱਚ ਮੈਨੂੰ ਐਵਰੀਡੇ ਟਰਬਲ ਆਉਂਦੀ ਆ, ਮਤਲਬ ਕਿ ਸਾਡੀ ਆਈਡੈਂਟੀ ਇੱਦਾਂ ਦੀ, ਹਰ ਇੱਕ ਦੀ ਨਿਗਾਹ 'ਚ ਚੁੱਭਦੀ ਆ, ਹਾਂਜੀ, ਹਰ ਇੱਕ ਦੀ ਨਿਗਾਹ ਚੁੱਭਦੀ ਆ। ਹੁਣ ਜਦੋਂ 2001 ਵਿੱਚ ਅਮੈਰੀਕਾ 'ਤੇ ਅਟੈਕ ਹੋਇਆ, ਅਟੈਕ ਉੱਥੇ ਹੋਇਆ, ਬੰਦੇ ਸਾਡੇ ਮਾਰਨੇ ਸ਼ੁਰੂ ਕਰਤੇ, ਮੈਂ ਟੈਕਸੀ ਉਦੋਂ ਜੈਲੋ ਕੈਬ ਚਲਾ ਰਿਹਾ ਸੀਗਾ, ਤੋ ਮੈਂ ਟ੍ਰਿਪ ਲੈ ਕੇ ਗਿਆ, ਤੋ ਨਿਆਣੇ ਡਰ ਜਾਂ, ਲਦੇਨ ਆ ਗਿਆ, ਲਦੇਨ ਆ ਗਿਆ, ਲਦੇਨ ਆ ਗਿਆ। ਉਹ ਫਿਰ ਮੈਂ ਉੱਤਰ ਕੇ ਕਹਿਣਾ ਵੀ ਮੈਂ ਲਦੇਨ ਨਹੀਂ ਹੈਗਾ, ਮੇਰਾ ਸਿੱਖ ਧਰਮ ਬਿਲੋਂਗ ਕਰਦਾ। ਅਤੇ ਫਿਰ ਉਹ ਨਿਆਣੇ ਤਾਂ ਡਰਦੇ ਸੀ, ਕੰਬਦੇ ਸੀ, ਖਰੇ ਵੀ ਲਦੇਨ ਹੀ ਆ,
ਪਰ ਅੰਕਲ ਇਹੀ ਆ ਨਾ, ਪਰ ਗੱਲ ਇਹ ਪੋਲੀਟੀਕਲ 'ਤੇ ਆ ਜਾਂਦੀ ਥੋੜ੍ਹੀ ਜੀ। ਇੱਕ ਤਾਂ ਚਲੋ ਹੁਣ ਨਾ ਜੋ ਇਹ ਸਿਖਾਉਂਦੇ ਨਾ ਸਕੂਲਾਂ ਦੇ ਵਿੱਚ, ਇਹ ਸਿਖਾਉਂਦੇ ਆ ਅੱਜ ਕੱਲ੍ਹ ਥੋੜ੍ਹੀ, ਉਦੋਂ ਵੀ ਜਿਵੇਂ ਉਦੋਂ ਸਿੱਖੋ ਜ਼ਿਆਦਾ ਸੀ, ਹੁਣ ਚਲੋ ਹੁਣ ਥੋੜ੍ਹੇ ਪ੍ਰੋਗਰੈਸਿਵ ਹੋ ਗਿਆ ਵੀ ਹੁਣ ਦਿਖਾਉਂਦੇ ਨਹੀਂ। ਪਹਿਲਾਂ ਅੰਕਲ ਆਏ ਸੀਗਾ, ਹੁਣ ਤੁਸੀਂ ਪੱਗ ਬੰਨੀ ਆ, ਕੋਈ ਵੀ ਆ ਸਾਰੇ ਮਾੜੇ ਆ, ਉਹਨਾਂ ਦਾ ਵਿਸ਼ਵਾਸ ਨਾ ਕਰੋ। ਸਕੂਲਾਂ 'ਚ ਖਾਉਣ ਲੱਗ ਗਏ ਪੁੱਠਾ, ਬਈ ਦੀ ਪੱਗਾਂ ਤੋਂ ਬੰਦੇ ਉਹ ਲੋਕਾਂ ਨੂੰ ਬੁਲੀ ਕਰਨ ਲੱਗ ਗਏ ਆ, ਪੱਗਾਂ ਲਾਤੀਆਂ, ਕਿਸੇ ਦੇ ਕੇਸ ਵੱਧਤੇ, ਬਹੁਤ ਕੁਛ। ਹੁਣ ਅੰਕਲ ਇਹ ਵਾਪਸ ਆ ਜਾਂਦੀ ਆ ਗੱਲ ਪੋਲੀਟੀਕਲ ਪਾਸੇ, ਜਿਵੇਂ ਹੁਣ ਜਵਾਕਾਂ ਨੂੰ ਹੁਣ ਕੋਈ ਜੰਮਦਾ ਤਾਂ ਹੈ ਨੀਗਾ ਵੀ ਹਾਂ ਵੀ ਇਹ ਹੇਟ ਕਰਨ ਨੂੰ ਜੰਮਿਆ, ਉਹ ਹੇਟ ਕਿੱਥੋਂ ਆਉਂਦੀ ਆ ਜੋ ਸਿਖਾਉਂਦੇ ਆ। ਹੁਣ ਜਿਵੇਂ ਤੁਸੀਂ ਇੱਕ ਤੌਰ 'ਤੇ ਕਹਿ ਲਓ, ਹੁਣ ਮੈਂ ਮੁੱਖ ਨਾਲ ਸੀ ਪਿਛਲੇ ਵਾਰੀ ਗੱਲ ਕਰਦੀ ਸੀ, ਹੁਣ ਜਿਹੜਾ ਇਜ਼ਰੀਅਲ ਅਤੇ ਪੈਲਸਤਾਨ ਚੱਲਦਾ ਰਾਈਟ, ਗੱਲ ਕਿੱਥੇ ਅੜਦੀ ਆ, ਇੱਕ ਦੂਜੇ ਲੋਕਾਂ ਨੂੰ ਇੱਕ ਦੂਜੇ ਨਾਲ ਭੜਕਾਈ ਜਾਂਦੇ ਆ, ਉਹ ਇਜ਼ਰੇਲ ਮਾੜੇ ਆ, ਉਹ ਪੈਲਸਤੀਨੀਅਨ ਮਾੜੇ ਆ। ਬਈ ਤੁਸੀਂ ਆਏ ਨਾ ਦੇਖੋ, ਤੁਸੀਂ ਦੇਖੋ ਵੀ ਉਹ ਬੰਦਾ ਕੌਣ ਆ, ਉਹ ਕੀ ਚੱਲਦਾ ਉਹਨਾਂ ਦੇ ਕੀ ਨਹੀਂ। ਜੇ ਤੁਸੀਂ ਆਏ ਦੇਖੀਏ ਉਹ ਪੈਲਸਤੀਨੀਅਨ ਆ, ਇਹ ਐਵੇਂ ਆ, ਜਾਂ ਇਹ ਸਿੱਖ ਆ, ਜਾਂ ਹਿੰਦੂ ਆ, ਜੇ ਆਪਾਂ ਇਹ ਇੱਕ ਤੌਰ 'ਤੇ ਦੇਖਣ ਲੱਗ ਗਏ, ਅੰਕ ਫਿਰ ਤਾਂ ਕੋਈ ਨਹੀਂ ਰਹੂਗਾ, ਮਾਰ ਮਾਰੀਏ ਹੋਈ ਜਾਣਾ। ਵੇਖੋ ਹਰ ਇੱਕ ਜਗ੍ਹਾ 'ਤੇ, ਜਿੱਦਾਂ ਹੁਣ ਮੇਰੀ ਜੋਬ ਆ, ਮੇਰੇ ਕੋਲ ਹਰ ਇੱਕ ਤਰ੍ਹਾਂ ਦੇ ਲੋਕ ਆਉਂਦੇ ਆ, ਜੇ ਮੈਂ ਉੱਥੇ ਸਟੋਰੀਆਂ ਦੱਸਣ ਲੱਗਾ ਤਾਂ ਭਾਵੇਂ ਸਾਰਿਆਂ 'ਤੇ ਇੱਥੇ ਬੈਠੇ ਰਹੋ। ਹੁਣ ਮੈਨੂੰ ਕਹਿਣਗੇ ਕਿ ਇੱਕ ਵਾਰੀ ਹੋਇਆ, ਉਹ ਮੁੰਡਾ ਕੁੜੀ ਸ਼ਰਾਬ ਪੀਤੀ ਸੀ ਉਹਨਾਂ ਨੇ, ਅਤੇ ਉਹ ਕਹਿੰਦਾ ਵੀ ਘੜੀ ਮੁੜੀ ਬੋਲੇ ਵੀ ਅਸੀਂ ਟੈਕਸੀ ਦੇ ਬਿਜ਼ਨਸ ਵਿੱਚ ਇਸ ਟੌਪਿਕ 'ਤੇ ਗੱਲ ਨਹੀਂ ਕਰ ਸਕਦੇ, ਕੰਬਾਈ ਲਾ ਜਿਹੜਾ ਹੈਗਾ ਪੋਲੀਟਿਕਸ ਅਤੇ ਰਿਲੀਜਨ ਅਤੇ ਦੂਜਾ ਆਪਣੇ ਸੈਕਸ ਬਾਰੇ, ਹਾਂਜੀ ਨਹੀਂ ਪੋਲਸੀ ਆਏ ਕੋ ਚੇਂਜ ਕਰਨਾ, ਮੈਂ ਚੇਂਜ ਹੋਰ ਟੌਪਿਕ ਵੀ ਤੂੰ ਇਹ ਗੱਲ ਨਾ ਕਰ, ਮੈਂ ਨਹੀਂ ਗੱਲ ਕਰਨੀ, ਕਿਉਂਕਿ ਇਹਨਾਂ ਚੀਜ਼ਾਂ ਦੀ ਲੜਾਈ ਹੁੰਦੀ ਆ। ਹੁਣ ਰਾਜਨੀਤਿਕ ਆ, ਹੁਣ ਇਹ ਆਪਣੇ, ਚਲੋ ਮੈਂ ਥੋੜ੍ਹਾ ਪਿੱਛੋਂ ਐਕਸਪਲੇਨ ਕਰਦਾ, ਉਹ ਜਦੋਂ ਅਟੈਕ ਹੋਇਆ ਅਮੈਰੀਕਾ 'ਤੇ ਉਦੋਂ ਉਸ ਤੋਂ ਬਾਅਦ ਮੇਰੇ ਹੱਥ ਸ਼ਾਇਦ ਆਏ ਆਪਣੇ ਮਨਮੋਹਨ ਸਿੰਘ ਜੀ, ਆਪਣੇ ਪ੍ਰਧਾਨ ਮੰਤਰੀ ਇੰਡੀਆ ਦੇ, ਉਹਦੇ ਨਾਲ ਕਾਫ਼ੀ ਫਰਕ ਪਿਆ ਜਦੋਂ ਦੇਸ਼ਾਂ 'ਚ ਗਏ ਨਾ, ਫਿਰ ਪਤਾ ਲੱਗ ਗਿਆ ਲੋਕਾਂ ਨੂੰ ਇਹ ਸਿੱਖ ਇੱਦਾਂ ਦੇ ਆ। ਉਦੋਂ ਬਾਅਦ ਫਿਰ ਲੋਕਾਂ ਨੂੰ ਨੌਲੇਜ ਹੋ ਗਈ। ਕਾਰਨ ਤਾਂ ਇਹ ਵੀ ਸਕੂਲਾਂ ਵਿੱਚ ਵੀ ਦੱਸਿਆ ਨਹੀਂ ਜਾ ਰਿਹਾ, ਇੱਥੇ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕੀਤਾ ਜਾ ਰਿਹਾ, ਥੋੜ੍ਹਾ ਥੋੜ੍ਹਾ ਛੋਟੇ ਛੋਟੇ ਜਿਹੇ ਟੌਪਿਕ ਜੇ ਆ। ਅਤੇ ਮੇਨ ਥਿੰਗ ਤਾਂ ਉੱਥੇ ਹੀ ਗੱਲ ਆ ਗਈ ਨਾ, ਰੂਟ ਸਾਡੀਆਂ ਕੀ ਆ, ਮਤਲਬ ਕਿ ਅਸੀਂ ਕਰੋ ਕੀ ਸਿਖਾਇਆ। ਹੁਣ ਜੇ ਫਰਜ਼ ਕਰੋ, ਚਲੋ ਮੰਨ ਲਓ ਤੂੰ ਕਿਸੇ ਨੇ 10 ਘਰ ਲੈ ਲਿਆ, 20 ਲੈ ਲਿਆ, ਵੱਡਾ ਲੈ ਲਿਆ, ਛੋਟਾ ਲੈ ਲਿਆ, BMW ਸਾਡੀ ਤਾਂ ਗੱਲ ਸਿੱਖਾਂ ਦੀ ਥੱਲੇ ਹੈ ਨਹੀਂ, ਬੜੀਆਂ ਬੜੀਆਂ ਸਾਡੀਆਂ ਡਿਮਾਂਡਾਂ ਆ। ਅੱਛਾ ਉਹ ਚੀਜ਼ਾਂ ਜਿਹੜੇ ਪਦਾਰਥ ਆ ਉਹ ਤਾਂ ਮੁੱਕ ਜਾਣੇ ਆ, ਜਿਹੜੀ ਅਸਲੀ ਚੀਜ਼ ਆ ਉਹ ਤੁਸੀਂ ਦਿੱਤੀ ਨਹੀਂ ਬੱਚਿਆਂ ਨੂੰ। ਹਾਂ ਠੀਕ, ਆਪਦਾ ਚਾਦਰ ਦੇਖ ਕੇ ਪੈਰ ਪਸਾਰੋ, ਮੈਂ ਕੋਈ ਅਮੀਰ ਆ, ਪਰ ਮੈਂ ਜਿੰਨੀ ਮੈਂ ਮਿਹਨਤ ਕੀਤੀ 20-20 ਘੰਟੇ 22 ਘੰਟੇ ਕੰਮ ਕਰਕੇ, ਪਰ ਬੱਚਿਆਂ ਨੂੰ ਆ ਚਾਹੁਣ ਤੀ, ਹੁਣ ਮੇਰੀ ਜੈਕਟ ਉੱਥੇ ਪੈ ਦੇਖਾਂ ਪੱਟੀ ਹੋਊਗੀ, ਕਾਰ 'ਚ ਰੱਖ ਕੇ ਆਇਆ ਮੈਂ। ਆਪਦੀ ਨਹੀਂ ਖੁਸ਼ੀਆਂ, ਆਪਦੀਆਂ ਖੁਸ਼ੀਆਂ ਪਿਓ ਜਿਹੜਾ ਉਹ ਛਿੱਕੇ ਟੰਗ ਦਿੰਦਾ, ਜਿਹੜਾ ਸਹੀ ਪਿਓ ਖਵਾਉਂਦਾ, ਅਤੇ ਜਿਹਨੇ ਰਾਤ ਦਿਨ ਰੱਜੇ ਰਹਿਣਾ ਉਹ ਕਹਦਾ, ਉਹ ਤਾਂ ਆਪਦਾ ਢਿੱਡ ਭਰਦਾ ਉਹਨੂੰ ਦੂਜੇ ਨਾਲ ਕੀ ਲੱਗੇ। ਹਾਂ, ਉਹਦੇ ਵਿੱਚ ਜਿੱਦਾਂ ਹੁਣ ਜੰਗ ਏਜ ਜਿਹੜੀ 13 ਸਾਲ ਤੋਂ ਸ਼ੁਰੂ ਕਰ ਲਓ ਅਤੇ 22-23 ਸਾਲ ਤੱਕ ਇਹ ਜਿਹੜੀ ਸਾਰੀ ਉਮਰ ਆ ਇਹ ਵਿਗੜਨ ਵਾਲੀ ਆ। ਹੁਣ ਜਿੱਦਾਂ ਮੈਂ ਐਗਜ਼ਾਮਪਲ ਦਿੰਦਾ ਮੁੱਖੋ ਜਲਦੀ, ਇੱਕ ਵਾਰੀ ਇਹ ਚੱਲੇਗਾ ਕਹਿੰਦਾ ਮੈਂ ਜੀ ਪੈਂਟ ਲੈਣੀ ਆ। ਅੱਛਾ ਸਾਊਥਗੇਟ ਲੈ ਗਿਆ ਮੈਨੂੰ, ਪੈਂਟ ਕਿੰਨੇ ਦੀ? $595 ਦੀ। ਮੈਨੂੰ ਕਹਿੰਦਾ ਡੈਡੀ ਇਹ ਪੈਂਟ ਲਈ 500, ਨਾ ਪਤਾ ਨਹੀਂ ਕੀ ਸੀ ਲੈ ਗਿਆ। ਅਤੇ ਮੈਨੂੰ ਕਹਿੰਦਾ ਡੈਡੀ ਕਿੱਦਾਂ? ਮੈਂ ਕਿਹਾ ਵੀ ਬੱਸ ਸਟੋਰ ਤੋਂ ਬਾਹਰ ਹੋ ਜਾ ਤੂੰ, ਬਸ ਰੱਖ ਦੇ ਆਪਾਂ। ਨਹੀਂ, ਡੈਡੀ ਤੁਹਾਡੀ ਲਿਮਿਟ ਕਿੰਨੀ ਆ? ਮੈਂ ਕਿਹਾ ਮੇਰੀ ਲਿਮਿਟ $50। ਆਪਾਂ ਤਾਂ ਸਟੋਰ ਤੋਂ ਬਾਹਰ ਹੋਇਆ, ਉਸ ਤੋਂ ਬਾਅਦ ਮੈਂ ਕੁਛ ਨਹੀਂ ਕਹਿਣਾ ਤੈਨੂੰ, ਬਸ ਤੂੰ ਆ ਜਾ ਬਾਹਰ। ਚਾਦਰ ਦੇਖ ਕੇ ਪਿਆ ਬੱਚਾ, ਹੁਣ ਕੱਲ੍ਹ ਨੂੰ ਕਹਿੰਦਾ ਮੈਨੂੰ BMW ਲਈ ਚਾਹੀਦੀ। ਬੱਚਾ ਕੀਤਾ ਕੀ ਹੈ ਤੂੰ? ਪਹਿਲੇ BMW ਹੋ ਜਾ ਨਾ, ਜੇ ਬਾਪੂ ਕੋਲ ਪੈਸੇ ਚਾਰ ਹੈਗੇ ਆ, ਉਹ BMW ਕਰੂਗਾ ਕੀ? ਬੱਚੇ ਨੂੰ ਕਦੀ ਸਿਖਾਉਂਦੇ ਨੀ ਆ ਨਾ, ਵੈਲਿਊ ਕੀ ਆ ਪੈਸੇ ਦੀ। ਗੱਲ ਤਾਂ ਇਹੋ ਹੀ ਆ ਨਾ, ਜੇ 5 ਮੰਗੇ 10 ਦੇ ਤੇ ਉਹਨੂੰ ਕੀ ਪਤਾ ਵੈਲਿਊ ਕੀ ਆ, ਪੈਸੇ ਕਿੱਥੋਂ ਕਿੱਦਾਂ ਕਮਾਈ ਦਾ ਆ।
ਗੱਲ ਉਹ ਆ ਨਾ ਲਾਈਕ ਹੁਣ ਆ ਬੱਚੇ ਨੂੰ ਜਿਹੜੇ ਜਿਹੜੇ ਵੇਖ ਲਓ ਜਿਹੜੇ ਮਾਂ ਪਿਓ ਚ ਚਲੋ ਠੀਕ ਆ ਬਿਜ਼ਨਸ ਚੱਲਦਾ ਆ ਪੈਸੇ ਬਣਦੇ ਆ ਪਰ ਕਦੀ ਆਪ ਬੱਚੇ ਨੂੰ ਸਿਖਾਉਂਦੇ ਨਹੀਂ ਯਾਰ ਹਾਂ ਪੈਸੇ ਕਿੱਦਾਂ ਕਮਾਈ ਦਾ ਬਿਜ਼ਨਸ ਕਿੰਨਾ ਔਖਾ ਗਾ ਚਲਾਉਣ ਲਈ ਤੋ ਫਿਰ ਪਿਓ ਦੀ ਨਹੀਂ ਨਾ ਟੌਰ ਬਣਦੀ ਜੇ ਬੱਚੇ ਪੰਜ ਮੰਗੇ ਦਸ ਤੇ ਪਿਓ ਨੇ ਕਹਿਣਾ ਮੇਰੀ ਟੌਰ ਨਹੀਂ ਬਣਦੀ ਸਾਰਾ ਸਟੇਟਸ ਹੈ ਨਾ ਹਾਂ ਮੇਰੇ ਬੱਚਾ ਨਹੀਂ BMW ਨਹੀਂ ਲਈ ਤੋ ਉਹਦਾ ਰਿਜ਼ਲਟ ਕੀ ਨਿਕਲਦਾ ਉਹਦਾ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਸਾਹਮਣੇ ਹੀ ਆ ਕੀ ਦੇਖਦੇ ਆਪਣੀਆਂ ਨਿਊਜ਼ ਕਿੱਦੀ ਆਉਂਦੀਆਂ ਆ ਪਿੱਛੇ ਦੇ ਦੋ ਮਰੇ ਆ ਗੋਲੀ ਨਾਲ ਕੀ ਕੱਟਿਆ ਯਾ ਸ਼ੂਟਿੰਗ ਹੋਈ ਠੀਕ ਹੈ ਨਾ ਉਹਦਾ ਕਾਰਨ ਕੀ ਆ ਉਹਦੇ ਰੂਟਸ ਕੀ ਆ ਕਾਰਨ ਇਹ ਆ ਵੀ ਸਭ ਤੋਂ ਵੱਡੀ ਗੱਲ ਮੈਂ ਉੱਥੇ ਲੈ ਕੇ ਆਉਣਾ ਆਪਾਂ ਸਾਰੇ ਸਿੱਖ ਹਾਂ ਅਤੇ ਉਹਦੇ ਵਿੱਚ ਜੇ ਸਿੱਖ ਵੀ ਇੱਦਾਂ ਕਰਦੇ ਨਾ ਅਤੇ ਫਿਰ ਮੇਰੇ ਖਿਆਲ 'ਚ ਸਾਨੂੰ ਰਾਈਟ ਨਹੀਂ ਹੈਗਾ ਸਿੱਖਾਂ ਦੇ ਘਰ ਜਨਮ ਲੈਣ ਦਾ ਪਹਿਲਾਂ ਸਿੱਖ ਦੇ ਉਹਦੀ ਵੇਖੋ ਉਹਦੀਆਂ ਜੜ੍ਹਾਂ ਕਿੱਥੋਂ ਲੱਗੀਆਂ ਕੀ ਸੀ ਉਹਨਾਂ ਦਾ ਉਹਨਾਂ ਲੋਕਾਂ ਦਾ ਉਹ ਲੋਕ ਤਾਂ ਘੋੜਿਆਂ ਦੀਆਂ ਕਾਠੀਆਂ 'ਤੇ ਵੀ ਸੌਂ ਕੇ ਅਤੇ ਸ਼ੁਕਰ ਕਰਦੇ ਸੀ ਰੱਬ ਦਾ ਤਾਂ ਅਸੀਂ ਕੋਠੀਆਂ 'ਚ ਪਾਏ ਵੀ ਸਾਨੂੰ ਨੀਂਦ ਨਹੀਂ ਆਉਂਦੀ ਮੈਂਟਲੀ ਅਪਸੈਟ ਤੁਸੀਂ ਮੈਂਟਲੀ ਦੀ ਗੱਲ ਕਰਦੇ ਮੈਂਟਲੀ ਅਪਸੈਟ ਕਿਉਂ ਆ ਕੁਛ ਅਸੀਂ ਜਦੋਂ ਵੱਡੇ ਵੱਡੇ ਪੰਗੇ ਲੈਣੇ ਆ ਘਰ ਵਿੱਚ ਤੂੰ ਤੂੰ ਮੈਂ ਰਹਿਣੀ ਰਾਤ ਦਿਨ ਠੀਕ ਹੈ ਨਾ ਹਾਂਜੀ ਮਤਲਬ ਕਿ ਬੱਚਿਆਂ ਦਾ ਬੱਚੇ ਸੁੱਤੇ ਹੀ ਦੇਖਣੇ ਬੱਚਿਆਂ ਦਾ ਪਤਾ ਨਹੀਂ ਡੈਡੀ ਕਦੋਂ ਆਇਆ ਕਦੋਂ ਕੰਮ 'ਤੇ ਚਲੇ ਗਿਆ ਨਾ ਮਾਂ ਦਾ ਪਤਾ ਸਕੂਲੋਂ ਆਏ ਆ ਮਾਂ ਪਿਓ ਘਰੇ ਨਹੀਂ ਹੈਗੇ ਅੱਛਾ ਦੂਜੀ ਸਭ ਤੋਂ ਜਿਹੜੀ ਨਵਾਂ ਟ੍ਰੈਂਡ ਚੱਲਿਆ ਜੋ ਮੈਂ ਦੇਖ ਰਿਹਾ ਹੁਣ ਟੈਕਸੀ ਵਿੱਚ ਵੀ ਲਾ ਲਓ ਚਾਹੇ ਗੋਰੀਆਂ ਚਾਹੇ ਆਪਣੇ ਕੋਈ ਵੀ ਹੈ ਗੋਰੇ ਵਾਟਐਵਰ ਕੋਈ ਵੀ ਹੈਗਾ ਉਹ ਬੱਚਾ ਮਾੜਾ ਰੋਂਦਾ ਜੀ ਫੋਨ ਦੇ ਦਿਓ ਚਲੋ ਬੱਚਾ ਖੇਡੀ ਜਾਂਦਾ ਆਪਾਂ ਆਰਾਮ ਨਾਲ ਠੀਕ ਠਾਕ ਨਹੀਂ ਬਹੁਤ ਮਾੜੀ ਗੱਲ ਆ ਮਤੀ ਤੇ ਇੰਨਾ ਦੇਖੇ ਹੁਣ ਮੇਰੀ ਨੀਸ ਆ ਫੇਰ ਬਹੁਤੇ ਆ ਜਾਂਦਾ ਤੇ ਉਹ ਅੰਕਲ ਦੀ ਮੰਨੋ ਨਾ ਬਿਨਾਂ ਟੀਵੀ ਦੇਖੇ ਤੋਂ ਉਹ ਕਿਤੇ ਹਿਲਦੀ ਨਹੀਂ ਬੰਦ ਕਰਤਾ ਉਦੋਂ ਅੰਕਲ ਜੂਹ ਪਿੱਟਣ ਲੱਗਦੀ ਆ ਜੂਹ ਰੋਣ ਲੱਗਦੀ ਆ ਇੱਕ ਦਿਨ ਮੈਂ ਤਾਂ ਪੂਰੀਆਂ ਮੈਂ ਗਿਝ ਗਿਆ ਮੈਂ ਕਿਹਾ ਕੋਈ ਜਿੰਨਾ ਮਰਜ਼ੀ ਰੋਲਾ ਮੈਂ ਕਿਹਾ ਅੱਜ ਹੀ ਨਹੀਂ ਆਉਣ ਕਰਦੀ ਉਹ ਫਿਰ ਅੰਕਲ ਆਪੀ ਹੌਲੀ ਹੌਲੀ ਚੁੱਪ ਕਰ ਉਹਦੀ ਮਾਂ ਤਰਸ ਨਹੀਂ ਆਇਆ ਇਹ ਉਹ ਸੀਗੇ ਨਹੀਂ ਉੱਥੇ ਉਦੋਂ ਸੀਗੇ ਨਹੀਂ ਤਾਂ ਹੀ ਨਹੀਂ ਜੇ ਹੁੰਦੇ ਫਿਰ ਤਾਂ ਟੀਵੀ ਵਾਲਾ ਕਰ ਦੇਣਾ ਸੀ ਉਹਨਾਂ ਨੇ ਇੱਕ ਕਹਿੰਦਾ ਦੂਜਾ ਕਹਿੰਦਾ ਨਹੀਂ 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 ਇਦਾਂ ਨਹੀਂ ਕਹਿੰਦੇ ਕੋਈ ਨਾ ਲਾ ਦਿੰਦੇ ਕੋਈ ਬਸ ਉਹਦਾ ਟਾਈਮ ਰੱਖੋ ਵੀ ਇੰਨਾ ਟਾਈਮ ਆ ਕਰਨਾ ਕਾਰਨ ਬੱਚੇ ਦੀਆਂ ਹੁਣ ਆਪਾਂ ਤਿੰਨ ਬੋਡੀ 'ਚੋਂ ਤਿੰਨ ਜਗ੍ਹਾ ਤੋਂ ਐਨਰਜੀ ਵੇਸਟ ਹੁੰਦੀ ਹੈ ਅੱਖਾਂ ਉਹਨਾਂ ਦੇਖਦੇ ਹਾਂ ਹਾਂਜੀ ਹਾਂਜੀ ਅਤੇ ਮੂੰਹ ਨਾਲ ਬੋਲਦੇ ਹਾਂ ਖੈਰ ਮੈਂ ਵੀ ਬਹੁਤ ਬੋਲਦਾ ਹੁੰਦਾ ਨਿਕਲਣ ਦਿੰਦਾ ਅਤੇ ਨਹੀਂ ਨਹੀਂ ਮੈਂ ਤੂੰ ਦੇਖਦਾ ਕੰਨਾਂ ਨਾਲ ਸੁਣਦੇ ਹਾਂ ਹਾਂਜੀ ਅੱਛਾ ਜੋ ਆਪਾਂ ਸੁਣਦੇ ਹਾਂ ਕੰਨਾਂ ਰਾਤ ਦਿਨ ਲਾਈ ਰੱਖੋਗੇ ਟੁੱਟੀਆਂ ਅਤੇ ਜਦੋਂ ਤੁਸੀਂ ਬੁੱਢੇ ਹੋਣਾ ਆ ਤੁਹਾਡੇ ਕੰਨ ਗਏ ਠੀਕ ਹੈ ਨਾ ਅੱਖਾਂ 'ਚ ਮੁੱਖ 'ਚ ਨਿਕਾ ਹੁੰਦਾ ਟੀਵੀ ਦੇਖਦਾ ਹੁੰਦਾ ਸੀ ਇਹ ਛੋਟਾ ਮੈਨੂੰ ਯਾਦ ਨਹੀਂ ਹੈਗਾ ਮੈਂ ਦੱਸਦਾ ਇਹ ਅੱਖਾਂ ਇੱਦਾਂ ਚਮਕ ਰਹਿੰਦਾ ਜਿੱਦਾਂ ਜਿੱਦਾਂ ਅੱਛਾ ਉਹ ਡਾਕਟਰ ਨੂੰ ਦਿਖਾਇਆ ਕਹਿੰਦਾ ਵੀ ਇਹਦਾ ਟੀਵੀ ਬੰਦ ਕਰੋ ਬੇਇੱਜ਼ਤੀ ਕਰੀ ਜਾਂਦੇ ਇਹ ਰਿਐਲਿਟੀ ਆ ਤੇ ਉਹ ਜ਼ਰੂਰੀ ਆ ਦੱਸੋ ਸਾਰੇ ਡਾਕਟਰ ਕੀ ਵੱਡੇ ਕੰਮ ਕਰਦੇ ਸੀ ਬਾਅਦ ਵਿੱਚ ਉਹ ਫੇ ਟੀਵੀ ਦਾ ਘਟਾਤਾ ਤੋ ਉਹਨੇ ਨਾ ਠੀਕ ਠਾਕ ਹੋ ਗਿਆ ਵਧੀਆ ਨਹੀਂ ਬੇਚ ਨਹੀਂ ਪੁੱਤ ਹੁਣ ਜੇ ਮੈਂ ਕਹੂੰਗਾ ਮੈਂ ਆਪਦੀ ਗੱਲ ਵੀਕਨੈਸ ਨਹੀਂ ਦੱਸੂਗਾ ਤੋ ਲੋਕ ਕਿੱਦਾਂ ਸਿੱਖਣਗੇ ਹਾਂਜੀ ਤੁਸੀਂ ਆਪਦੀਆਂ ਵੀ ਕਮਜ਼ੋਰੀਆਂ ਲੁਕੋਈ ਜਾਂਦੇ ਆ ਅਮਰਤ ਕਹਿੰਦਾ ਸੀ ਤੁਸੀਂ ਵੀ ਕਹਿੰਦੇ ਸੀ ਜਦ ਬੱਚਾ ਰੋਲਾ ਪਾ ਫੋਨ ਦਿੰਦੇ ਬੱਚੇ ਨੂੰ ਬਾਹਰ ਕੱਢੋ ਉਹਨੂੰ ਸਪੋਰਟਸ ਵਿੱਚ ਪਾਓ ਇੰਨੀ ਜਿਹੜੀ ਐਨਰਜੀ ਹੈਗੀ ਆ ਉਹਨੂੰ ਸਪੋਰਟਸ ਵਿੱਚ ਉਹ ਸਿੱਖੋ ਇਹ ਕੁਛ ਪੁਰਾਣੇ ਜਿਹੜੀ ਜਨਰੇਸ਼ਨ ਸੀ ਜਦ ਤੋਂ 50-70-80 ਸਾਲ ਪਹਿਲੇ 7-7 ਫੁੱਟ ਸੀ ਸ਼੍ਰਿੰਕ ਹੋ ਕੇ ਕਿੱਥੇ ਆ ਗਏ ਸੀ ਆ ਕੇ ਤਾਂ 50 ਕਿਲੋ ਤੋਂ ਵੱਧ ਭਾਰ ਨਹੀਂ ਦਾ ਜਾਂ ਖਾਣੇ ਮੈਕਡੋਨਲ ਆ ਤੇ ਰਹਿਣਾ ਡਰਾਈਵ ਥਰੂ ਆ ਹਾਲ ਵੀ ਹੋਈ ਹੋਣੇ ਹੁਣ ਜਿੱਦਾਂ ਮੈਂ ਵੀ ਫੀਲ ਕਰਦਾ ਹੁੰਦਾ ਸ਼ਾਮਾਂ ਨੂੰ ਵੀ ਸਾਰਾ ਦਿਨ ਡਰਾਈਵ ਕਰਕੇ ਵੀ ਬੋਡੀ 'ਚ ਜਾਨ ਨਹੀਂ ਰਹਿੰਦੀ ਪਰ ਫਿਰ ਵੀ ਚਲੋ ਵਾਕ ਕਰੀਦਾ ਜਾਂ ਫਿਰ ਜਾਈਦਾ ਆਪਣੇ ਜਿੰਮ ਅਤੇ ਉਹਦੇ ਨਾਲ ਸਰੀਰ ਸੈੱਟ ਰਹਿੰਦਾ
ਜ਼ਰੂਰੀ ਆ। ਜੇ ਜੰਗ ਏਜ ਵਿੱਚ ਤੁਸੀਂ ਮਤਲਬ ਕਿ ਨਹੀਂ ਕੁਛ ਕੀਤਾ ਤਾਂ ਗਾਂ ਤਾਂ ਫਿਰ ਕੀ ਪਾਲ ਦੇਗਾ ਯਾਰ। ਮੈਂ ਜਿਵੇਂ ਮੈਂ ਸਟੋਰੀ ਮੈਂ ਪਿੱਛੇ ਸੋਚਦਾ ਇੰਡੀਆ, ਹੁਣ ਸਾਡਾ ਇੱਕ ਚਾਚਾ ਹੁੰਦਾ ਸੀ ਜਿੱਥੇ ਵੀ ਜਾਣਾ ਇੱਕ ਮਨ ਲੋਰਾ ਉਹਨੇ ਸਾਈਕਲ 'ਤੇ ਜਾਣਾ। ਭਲਾ ਅਸੀਂ ਸਾਡੇ ਇੱਕ ਸ਼ਹਿਰ ਪੈਂਦੇ ਕੁਰਾਲੀ ਪੈਂਦੇ, ਭਲਾ 10 ਕਿਲੋਮੀਟਰ ਹੋਏ ਅੰਕਲ 15 ਹੋਏ, ਜਿੱਥੇ ਮਰਜ਼ੀ ਹੋਵੇ ਅੰਕਲ ਸਾਈਕਲ ਹੀ ਲੈ ਕੇ ਜਾਣਾ ਵੀ ਮੰਨ ਲਓ ਬੰਦੇ ਦਾ। ਮੈਂ ਕਿਹਾ ਬੰਦਾ ਹੁਣ ਇੱਕ ਦਿਨ 'ਚ 100-100 ਕਿਲੋਮੀਟਰ ਆਰਾਮ ਨਾਲ ਸਾਈਕਲ ਠੀਕ ਆ ਅਸੀਂ ਘੁੰਮਦਾ ਫਿਰਦਾ, ਹੁਣ ਇੱਥੇ ਜੇ 100 ਕਿਲੋਮੀਟਰ ਕਿਸੇ ਨੂੰ ਪਹਿਤਾ ਉਹਨੂੰ ਹਾਰਟ ਅਟੈਕ ਆ ਜਾਣਾ। ਨਹੀਂ ਨਹੀਂ ਕਾਰਨ ਸਭ ਤੋਂ ਪਹਿਲਾਂ ਹੈਗੀ ਸਿਹਤ, ਸਿਹਤ ਹੈ ਨਾ ਸਭ ਤੋਂ ਪਹਿਲਾਂ, ਸਿਹਤ ਆ ਬਾਕੀ ਕੰਮ ਬਾਅਦ 'ਚ। ਹਾਂਜੀ ਜਿਹੜੇ 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 ਘਰ ਵਿੱਚ ਨਾ ਸਿੰਪਲ ਜੀ ਮੈਂ ਤੁਹਾਨੂੰ ਇੱਕ ਉਹਦਾ ਹੈਡਿੰਗ ਹੀ ਦੱਸ ਦਿੰਦਾ ਨਿਚੋੜ, ਜਿਹੜੇ ਘਰ ਵਿੱਚ ਤੰਦਰੁਸਤੀ ਇਤਫਾਕ ਆ, ਇਤਫਾਕ ਦਾ ਮਤਲਬ ਵੀ ਆਪਸ 'ਚ ਕਹਿਣਾ ਮੰਨਦੇ ਆ ਵੀ ਜੇ ਮੈਂ ਇੱਕ ਨੂੰ ਆਵਾਜ਼ ਮਾਰੀ ਤਾਂ ਹਾਂ ਸਾਰੇ ਹਾਜ਼ਰ ਹੈ ਨਾ, ਇੱਕ ਦੂਜੇ ਦਾ ਰਿਸਪੈਕਟ ਕਰਦੇ ਆ, ਉੱਥੇ ਕਿਸੇ ਦੀ ਲੋੜ ਨਹੀਂ, ਉੱਥੇ ਮਿਲੀਅਨ ਬਿਲੀਅਨ ਡਾਲਰ ਦੀ ਲੋੜ ਨਹੀਂ। ਅੱਛਾ ਅਸੀਂ ਕੀ ਕਹਿੰਦੇ ਸਾਡੇ ਸਾਡੇ ਹਰ ਇੱਕ ਦੇ ਮਨ ਵਿੱਚ ਆ ਵੀ ਜ਼ਿਆਦਾ ਪੈਸਾ ਉਹ ਖੁਸ਼ੀ ਮਿਲੂਗੀ, ਉੱਥੇ ਪਹੁੰਚਣ ਦੀ ਲੋੜ ਹੀ ਨਹੀਂ, ਜਿਹਦੇ ਕੋਲ ਜ਼ਿਆਦਾ ਪੈਸਾ ਉਹਨਾਂ ਨਾਲ ਗੱਲ ਕਰਕੇ ਦੇਖ ਲਓ ਹਾਂ ਵੀ ਸੁਖੀ ਹਾਂ ਤੂੰ, ਉੱਥੋਂ ਤੇ ਪਹੁੰਚਣਾ ਹੋ ਸਕਦਾ ਆਪਾਂ ਇਸ ਜਨਮ ਵਿੱਚ ਨਾ ਪਹੁੰਚ ਸਕੀਏ, ਹੋਰ ਕਿਸੇ ਜਮਨ ਜਾ ਕੇ ਆਪਾਂ ਉਸ ਜਿਹੜਾ ਆਪਣਾ ਟਾਰਗੇਟ ਉੱਥੇ ਜਾ ਸਕੀਏ, ਇੰਨੀ ਸਟਰਗਲ ਕਰਨ ਦੀ ਲੋੜ ਹੀ ਨਹੀਂ, ਜਿਹੜਾ ਹੁਣ ਮੇਰੀ ਆ ਉਹਨੂੰ ਗੱਲ ਕਰ ਲਓ ਹਾਂ ਸੁਖੀ ਹਾਂ ਤੂੰ, ਜੇ ਉਹ ਸੁਖੀ ਤੂੰ ਕਿੱਥੇ ਸੁਖੀ ਹੋ ਜਾਏਗਾ। ਸੋ ਮਾਇਆ ਜਿਹੜੀ ਹੈ ਇਹ ਮਤਲਬ ਕਿ ਵਰਤਣ ਵਾਸਤੇ ਆ, ਖੁਸ਼ੀਆਂ ਕਿਸੇ ਨਹੀਂ ਮਿਲਣੀਆਂ, ਮਤਲਬ ਕਿ ਮਹਾਰਾਜ ਕਹਿੰਦੇ ਜੇ ਸੁੱਖ ਤੂੰ ਚਾਹੇ ਸਦਾ ਸਰਨ ਆਰਾਮ ਕੀ ਰਹੇ, ਜੇ ਸੁੱਖ ਚਾਹੁੰਦਾ ਨਾ ਉਹਦੀ ਸ਼ਰਨ ਵਿੱਚ ਆ ਜਾ, ਸ਼ਰਨ ਵਿੱਚ ਤਾਂ ਆਵਾਂਗੇ ਜੇ ਗੁਰਬਾਣੀ ਪੜ੍ਹਾਂਗੇ ਸੁਣਾਂਗੇ। ਹੁਣ ਸਿੱਖ ਧਰਮ ਕੋਲ ਤਾਂ ਬਹੁਤ ਕੁਝ ਹੈਗਾ, ਜਿੰਨਾ ਹਿਸਟਰੀ ਹੈ ਕਿਸੇ ਕੋਲ ਹੈ ਹੀ ਨਹੀਂ, ਹੋਰ ਕਿਸੇ ਸਾਰੇ ਧਰਮਾਂ ਦਾ ਨਿਚੋੜ ਆ, ਨਿਚੋੜ ਆ ਯਾਰ, ਠੀਕ ਹੈ ਨਾ। ਹੁਣ ਮੈਂ ਇੱਕ ਮੁਸਲਮਾਨ ਵੀਰ ਸੀ, ਮੈਨੂੰ ਕਹਿੰਦਾ ਤੂੰ ਯਾਰ ਮੈਂ ਮੇਰੀ ਰਿਸਪੈਕਟ ਨਹੀਂ ਕਰਦਾ, ਮੇਰਾ ਪਿਆਰ ਨਹੀਂ ਕਰਦਾ, ਮੈਂ ਮੁਸਲਮਾਨ ਹਾਂ। ਉਹ ਬੜਾ ਚਿਰ ਕਹਿੰਦਾ ਰਿਹਾ, ਬੜੀ ਵਾਰ ਗਿਆ ਉਹਨੇ ਮੇਰੇ ਨਾਲ ਚੈਟਰੀ ਚਲਾਉਂਦਾ ਨਾ ਫਨੀ ਥੋੜ੍ਹਾ ਜਿਹਾ, ਤੋ ਮੈਂ ਫਿਰ ਇੱਕਦਮ ਜਵਾਬ ਦਿੱਤਾ, ਮੈਂ ਕਿਹਾ ਵੀ ਤੂੰ ਮੁਸਲਮਾਨ ਹੈ ਨਹੀਂ। ਕਹਿੰਦਾ ਕਿੱਦਾਂ? ਮੈਂ ਕਿਹਾ ਜਿੱਦਣ ਮੈਨੂੰ ਕੋਈ ਮੁਸਲਮਾਨ ਲੱਭ ਗਿਆ ਨਾ ਮੈਂ ਪੈਰ ਫੜ ਲੂੰਗਾ, ਫਿਰ ਉੱਦਾਂ ਦਾ ਕਹਿਣੋ ਹਟ ਗਿਆ। ਸੋ ਸਿੱਖ ਬਣਨਾ ਜਿਹੜੇ ਵੀ ਧਰਮ ਵਿੱਚ ਹੈਗੇ ਆ ਪੱਕੇ ਰਹੋ, ਧਰਮ ਸਾਰੇ ਚੰਗੇ ਆ, ਕੋਈ ਮਾੜਾ ਧਰਮ ਨਹੀਂ ਹੈਗਾ। ਪਰ ਸਾਡੇ 'ਚ ਆਪਦੀ ਹੁਣ ਤਾਂ ਹੀ ਆ, ਹੁਣ ਕਈ ਧਰਮ ਬਦਲੀ ਜਾਂਦੇ ਉੱਧਰ ਨੂੰ, ਵੀ ਤੈਨੂੰ ਆਪਦੇ 'ਚ ਕੁਛ ਲੱਭੋ ਚੁੱਕ ਹੀ ਲੱਭ ਲਾਂਗਾ ਵੀ ਉਹ ਇੱਕਦੇ ਨਹੀਂ ਆਪ ਹੈ ਨਾ ਉਹਦਾ ਤਨ ਚ ਕੀ ਹੈਗਾ ਸਿੱਖਾ ਕਮਜ਼ੋਰੀਆਂ ਆਪਦੇ ਚ ਨੁਕਸ ਉਹ ਕਲਚਰ ਵਿੱਚ ਕੱਢੀ ਜਾਂ ਧਰਮ 'ਚ ਕੱਢੀ ਜਾਂ ਸ਼ੁਰੂਆਤ ਕਰਨੀ ਨਹੀਂ। ਜਦੋਂ ਹੋਣ ਵਾਲੇ ਬੱਚੇ ਹੈਗੇ ਨਾ ਉਹ ਵੇਖਦੇ ਨਹੀਂ ਹੈਗੇ ਕਿੰਨਾ ਵਧੀਆ ਆਪਣਾ ਸਿੱਖ, ਕਿੰਨੇ ਲੋਕ ਸਟਰਗਲ ਕੀਤੀ, ਜਦੋਂ ਜਿਹੜੇ ਇੱਕ ਮੂਵੀ ਅਸੀਂ ਰੋਜ਼ ਵੇਖਦੇ ਹਾਂ ਕਿੰਨਾ ਚਲੀ ਵੇਖਦੇ ਹਾਂ। ਕਿਹੜਾ ਮੂਵੀ ਹੈ? ਮਿਲਖੇ ਦੀ ਚਲੋ ਜੇ ਤੁਸੀਂ ਅੰਕਲ ਹਿਸਟਰੀ ਕਿਤਾਬਾਂ ਦੇਖੋਗੇ ਨਾ ਮਿਲਕ ਬਾਰੇ ਕਿੱਥੇ ਲਿਖਿਆ, ਜੋ ਆਪਣੇ ਪੰਜਾਬੀਆਂ ਬਾਰੇ ਸਿੱਖਾਂ ਬਾਰੇ ਅੰਕਲ ਕੋਈ ਹਿਸਟਰੀ ਬੁੱਕਾਂ 'ਚ ਕੁਛ ਨਹੀਂ ਲਿਖਿਆ। ਜੇ ਤੁਸੀਂ ਦੇਖਿਆ ਜੇ ਅੰਕਲ ਇੰਦਰਾ ਗਾਂਧੀ ਨੂੰ ਬਣਾਇਆ ਹੋਇਆ ਵੀ ਇਹ ਕੋਈ ਬਹੁਤ ਰੋਲ ਮਾਡਲ ਸੀ, ਆਹ ਮਹਾਤਮਾ ਗਾਂਧੀ ਨੂੰ ਬਹੁਤ ਵੱਡਾ ਰੋਲ ਮਾਡਲ ਸੀ, ਜਵਾਹਰ ਲਾਲ ਨਹਿਰੂ ਬਈ ਕੋਈ ਰੈਵੋਲਿਊਸ਼ਨਰੀ ਪ੍ਰਾਈਮ ਮਿਨਿਸਟਰ ਸੀ ਇੰਡੀਆ ਨੂੰ ਅਪਲਿਫਟ ਕੀਤਾ, ਇਹ ਕਿਤਾਬਾਂ ਆਪਾਂ ਨੂੰ ਅੰਕਲ ਪੰਜਾਬ ਦੇ ਵਿੱਚ ਸਿਖਾਈਆਂ ਜਾਂਦੀਆਂ ਨੇ। ਹੁਣ ਜੇ ਤੁਸੀਂ ਸੋਚੋ ਕਿਸੇ ਵੀ ਬੁੱਕ 'ਚ ਕਿਤਾਬ 'ਚ ਲਿਖਿਆ ਨਹੀਂ ਹੋਇਆ ਜੋ ਆਪਣੇ ਲੋਕਾਂ ਨੇ ਕਿੰਨਾ ਸਟਰਗਲ ਕੀਤਾ। ਹੁਣ ਕਿਹੜੇ ਇੱਕ ਬੰਦਾ ਵਾਸ ਬੁੱਕਾਂ 'ਚ ਲਿਆਉਂਦੇ ਆ, ਕਿਹਨੂੰ? ਉਹ ਵੀ ਲਿਆਉਂਦੇ ਆ, ਕੀ ਕਹਿੰਦੇ ਨੇ, ਮੈਂ ਨਾ ਭੁੱਲ ਗਿਆ,
ਉਹ ਨਾ ਮੇਰਾ ਨਾਂ ਨਹੀਂ ਆਉਂਦਾ ਇੰਨੇ ਆਪਣੇ ਆਪਣੇ ਰੈਵੋਲਿਊਸ਼ਨਰੀ ਫਾਈਟਰ ਹੈਗੇ ਆ ਜੋ ਵੀ ਹੈਗੇ ਆ ਨਹੀਂ ਪੜ੍ਹਾਉਂਦੇ ਆ ਉਹ ਕਿਉਂਕਿ ਕਿਉਂ ਆਪਾਂ ਉਸ ਆਪਣੀ ਹਿਸਟਰੀ ਨੂੰ ਸਪਰੈਸ ਕਰਨਾ ਚਾਹੁੰਦੇ ਆ ਜੋ ਆਪਣੇ ਨਾਲ ਹੋਇਆ ਸਾਰੀ ਕੌਮ ਦੇ ਅਗੇਂਸਟ ਹੋਇਆ ਉਹ ਲਿਖਦੇ ਨਹੀਂ ਹੁਣ ਆ ਕਿਤਾਬਾਂ ਤੁਸੀਂ ਕਦੀ ਆ 1984 ਬਾਰੇ ਕਦੀ ਵੀ ਕਿਤੇ ਵੀ ਦੇਖਿਆ ਕੋਈ ਸਿਲੇਬਸ ਉਹ ਜਿਹੜਾ ਨਾ ਹੈਗਾ 1984 ਮੈਂ ਉਦੋਂ BA ਫਾਈਨਲ 'ਚ ਪੜ੍ਹਦਾ ਸੀ ਸਾਡੇ ਪੇਪਰ ਲੇਟ ਕਰਦੇ ਸੀ ਕਿਉਂਕਿ ਅਟੈਕ ਹੋਣ ਕਰਕੇ ਅਤੇ ਉਹਦੇ ਵਿੱਚ ਉਹ ਮਾਹੌਲ ਹੀ ਇੱਦਾਂ ਦਾ ਸੀਗਾ ਕਿ ਜਿਹਦੀ ਮਾੜੀ ਦਾੜੀ ਖੁੱਲ੍ਹੀ ਜਿੱਦਾਂ ਹੁਣ ਤੇਰੇ ਆ ਹਾਂਜੀ ਪੁਲਿਸ ਚੱਕ ਕੇ ਲੈ ਜਾਂਦੀ ਉਹ ਨਹੀਂ ਪੁੱਛਦੀ ਕੌਣ ਆ ਤੂੰ ਮੁਕਾਬਲਾ ਬਣਾਇਆ ਚਲੋ ਜੀ ਉਹ ਕੀਤਾ ਮੈਂ ਦਾੜੀ ਬਾਅਦ 'ਚ ਰੱਖੀ ਆ ਕਿਤੇ 88 'ਚ ਮੈਂ ਐਵੇਂ ਕੀਤੀ ਉਦੋਂ 89 'ਚ ਹਾਂ 89 'ਚ ਮੈਂ ਮਹਾਂਪੁਰਸ਼ਾਂ ਨਾਲ ਰਿਹਾ ਫਿਰ ਉਦੋਂ ਅੰਮ੍ਰਿਤ ਚੱਕ ਕੇ ਫਿਰ ਉਦੋਂ ਸ਼ੁਰੂਆਤ ਕੀਤੀ ਜ਼ਿੰਦਗੀ ਦੀ ਅਸਲੀ ਸ਼ੁਰੂਆਤ ਜਿਹੜੀ ਆ ਅਤੇ ਜੰਮੇ ਤਾਂ ਸਿੱਖਾਂ ਦੇ ਘਰੇ ਹਾਂ ਪਰ ਜਿਹੜਾ ਖਾਲਸਾ ਪੰਥ ਨਾਲ ਜਿੰਨਾ ਚਿਰ ਨਹੀਂ ਜੁੜਦੇ ਤੁਸੀਂ ਮਤਲਬ ਕਿ ਅੰਮ੍ਰਿਤ ਨਹੀਂ ਛਕਦੇ ਉਹ ਜਿੰਨਾ ਚਿਰ ਤੁਸੀਂ ਮਤਲਬ ਕਿ ਗੁਰੂ ਗੋਬਿੰਦ ਸਿੰਘ ਦੇ ਨਹੀਂ ਮੁਸ਼ਕਲ ਆ ਅਤੇ ਉਹ ਪ੍ਰੈਕਟਿਸ ਕਰਨੀ ਪੈਣੀ ਤੁਹਾਨੂੰ ਸਾਰਾ ਕੁਝ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇੰਨਾ ਸੌਖਾ ਨਹੀਂ ਹੈਗਾ ਸਿੱਖੀ ਸਭ ਤੋਂ ਔਖੀ ਹੈ ਕਿ ਇਹਦੇ ਵਿੱਚ ਹਰ ਪੈਰ ਪੈਰ 'ਤੇ ਇਮਤਿਹਾਨਾ ਬਾਕੀ ਧਰਮਾਂ ਛੋਟ ਹੈਗੀ ਛੋਟ ਨਹੀਂ ਹੈਗੀ ਹੁਣ ਸਿੱਖ ਨੂੰ ਕਿੱਥੇ ਚੰਗਾ ਸਮਝਦੇ ਆ ਜਿੱਥੇ ਮੁਸੀਬਤ ਪੈ ਗਈ ਨਾ ਹਾਂ ਸਿੱਖ ਮੁਹਰੇ ਕਰ ਦਿਓ ਆਹ ਲੋਕਡਾਊਨ ਹੋਇਆ ਸੀ ਆਇਆ ਕੁ ਮੁਹਰੇ ਕੋਈ ਨਹੀਂ ਦਿੱਲੀ 'ਚ ਆਕਸੀਜਨ ਮੁੱਕੀ ਕਿੰਨੇ ਸੇਵਾ ਕੀਤੀ ਹੁਣ ਖਾਲਸਾ ਏਡ ਵਾਲੇ ਆ ਜਿੱਥੇ ਮੌਤ ਦੇ ਮੂੰਹ 'ਚ ਪੈ ਹੁੰਦੇ ਲੋਕ ਉੱਥੇ ਜਾ ਕੇ ਉਹ ਖੜ ਜਾਂਦੇ ਆ ਜੋ ਮਰਜ਼ੀ ਜਿੱਥੇ ਮਰਜ਼ੀ ਹੋਵੇ ਤੁਸੀਂ ਆਪ ਦੇਖ ਲਓ ਆਪਣੀ ਹੈ ਵੀ ਕਿੰਨੀ ਆਪਣੀ ਆਬਾਦੀ ਹੈ ਪੰਜਾਬੀ ਦੇਖ ਜਾਏ ਹੁਣ ਫਾਰਮ ਪ੍ਰੋਟੈਸਟ ਹੋਇਆ ਸਾਰੀ ਗਲੀ ਨੂੰ ਪਤਾ ਸੀ ਕਿ ਪਹਿਲਾਂ ਤੁਸੀਂ ਬ੍ਰਾਜ਼ੀਲ 'ਚ ਬੈਠੇ ਆ ਮਿਡਲ ਈਸਟ 'ਚ ਬੈਠੇ ਆ ਕੈਨੇਡਾ ਬੈਠੇ US ਡਜ਼ਨਟ ਮੈਟਰ ਕਿੱਥੇ ਬੈਠੇ ਸਾਰੇ ਲੋਕਾਂ ਨੂੰ ਪਤਾ ਵੀ ਇਹ ਲੋਕ ਆਪਣੀ ਜੋ ਹੈਗੀ ਆ ਵੀ ਇੱਕ ਤੌਰ 'ਤੇ ਕਹਿ ਲਓ ਵੀ ਉਹਦੇ ਰਾਈਟਸ ਆ ਉਹ ਆਪਣੇ ਖੰਡ ਨੂੰ ਮੌਤ ਨੂੰ ਵੀ ਉਹ ਡੀਕਣ ਨੂੰ ਵੀ ਰੈਡੀ ਆ ਉਹਨਾਂ ਨੂੰ ਕੋਈ ਡਰ ਨਹੀਂ ਗਾ ਹੁਣ ਆ ਕਦੀ ਸੋਚ ਲਓ ਜੇ ਹੁਣ ਆਪਣੀ ਸਿੱਖ ਕੌਮ 'ਚ ਇੰਨੀ ਸ਼ਕਤੀ ਆ ਵੀ ਆਪਾਂ ਇਹੀ ਨਹੀਂ ਪ੍ਰਜ਼ਰਵ ਕਰਾਂਗੇ ਇਹੀ ਨਹੀਂ ਆਪਾਂ ਅੱਗੇ ਵਧਾਵਾਂਗੇ ਕਿਤੇ ਰਹੂਗਾ ਕੀ ਨਹੀਂ ਉਹਦੇ ਵਿੱਚ ਰੀਜ਼ਨ ਇਹ ਹੈ ਨਾ ਵੀ ਸਾਡਾ ਏਕਾ ਨਹੀਂ ਹੈਗਾ ਸਭ ਤੋਂ ਸਾਡੀ ਯੂਨਿਟੀ ਨਹੀਂ ਹੈਗੀ ਅਸੀਂ ਇੱਕ ਦੂਜੇ ਲੱਤਾਂ ਖਿੱਚੀ ਜਾਂਦੇ ਹਾਂ ਉਹ ਜ਼ਿਆਦਾ ਕੌਣ ਕਰਦਾ ਜਾਂ ਗਰੁੱਪਾਂ ਵਿੱਚ ਵੰਡੇ ਹੋਏ ਆ ਜਾਂ ਰਾਜਨੀਤਿਕ ਲੋਕ ਆ ਹੁਣ ਹਰ ਗੱਲ 'ਤੇ ਜੀ ਬੋਲੇ ਸੋ ਨਿਆਲ ਵੀ ਉੱਥੇ ਬੋਲੇ ਸੋ ਨਾਲ ਦੀ ਕੀ ਲੋੜ ਹੁਣ ਰਾਜਨੀਤਿਕ ਵੋਟਾਂ ਲੈਣ ਗਿਆ ਉੱਥੇ ਬੋਲੇ ਸੋ ਨਾਲ ਦੀ ਕੀ ਲੋੜ ਹੈ ਕਿ ਕਿਹੜਾ ਬਹਾਦਰੀ ਦਾ ਕੰਮ ਕੀਤਾ ਵੀ ਸਹੀ ਗੱਲ ਆ ਇਹ ਤਾਂ ਜਕਾਰਾ ਆ ਜਦੋਂ ਜਕਾਰਾ ਛੱਡਦੇ ਸੀ ਉਹ ਦੂਸਰਾ ਬੰਦਾ ਜਕਾਰਾ ਸੁਣ ਕੇ ਡਰ ਜਾਂਦਾ ਲੜਾਈਆਂ ਦੇ ਟਾਈਮ 'ਤੇ ਹੁਣ ਸਤਿ ਸ਼੍ਰੀ ਅਕਾਲ ਇੱਥੋਂ ਹੀ ਸ਼ੁਰੂ ਹੋਇਆ ਨਾ ਬੋਲੇ ਸੋ ਨਾਲ ਸਤਿ ਸ਼੍ਰੀ ਅਕਾਲ ਅੱਛਾ ਉਹ ਸਤਿ ਸ਼੍ਰੀ ਅਕਾਲ ਇਕੱਲਾ ਹੀ ਚੱਕ ਲਿਆ ਹੁਣ ਜਦੋਂ ਬੁਲਾਉਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਚਾਹੇ ਉਹ ਸ਼ਰਾਬ ਪੀਤੀ ਹੈ ਨਸ਼ੇ ਨਾਲ ਰੱਜਾ ਤਾਂ ਵੀ ਸਤਿ ਸ਼੍ਰੀ ਅਕਾਲ ਜੀ ਹੁਣ ਜਿਹੜਾ ਤੁਸੀਂ ਸ਼ੁਰੂ ਵਿੱਚ ਕਿਹਾ ਸੀਗਾ ਵੀ ਅਸੀਂ ਡਰਦੇ ਹਾਂ ਵਾਹਿਗੁਰੂ ਦਾ ਖਾਲਸਾ ਵੀ ਕਰਨ ਤੋਂ ਇਹ ਪਤਾ ਕੀ ਆ ਥੋੜ੍ਹਾ ਲੰਬਾ ਹੋਣ ਕਰਕੇ ਮੰਮੀ ਜਦੋਂ ਨਹੀਂ ਸੀ ਇਸ ਪਾਸੇ ਲੱਗਾ ਨਾ ਤਾਂ ਮੰਮੀ ਬਹੁਤ ਸ਼ਰਮ ਮਹਿਸੂਸ ਕਰਦਾ ਸੀ ਵੀ ਇੰਨਾ ਲੰਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਿੰਨਾ ਟਾਈਮ ਲੱਗ ਜਾਂਦਾ ਨਾ ਹਾਂਜੀ ਅਤੇ ਹੁਣ ਕੋਈ ਨਹੀਂ ਉਹ ਯੂਟ ਹੋ ਗਏ ਹੁਣ ਤੋਂ ਮਤਲਬ ਕਿ ਉਹਦੇ 'ਚ ਇੱਦਾਂ ਨਹੀਂ ਮਤਲਬ ਕਿ ਜਿਹੜਾ ਬੁਲਾਉਣ ਦਾ ਵੀ ਤਰੀਕਾ ਹੋਣਾ ਚਾਹੀਦਾ ਹੁਣ ਸਤਿ ਸ਼੍ਰੀ ਅਕਾਲ ਬੁਲਾਉਣੀ ਆਹ ਹੱਥ ਜੋੜ ਕੇ ਦਿਲੋਂ ਹੁਣ ਫਤਿਹ ਵੀ ਜਿਹੜੀ ਬੁਲਾਉਣੀ ਆ ਅੱਖਾਂ 'ਚ ਅੱਖਾਂ ਪਾ ਕੇ ਖਾਲਸਾ ਵੀ ਵਾਹਿਗੁਰੂ ਦਾ ਅਤੇ ਫਤਿਹ ਵੀ ਵਾਹਿਗੁਰੂ ਦੀ ਬੰਦਾ ਤਾਂ ਹੀ ਨਹੀਂ ਠੀਕ ਹੈ ਨਾ ਤਾਂ ਉਹ ਇਹ ਚੀਜ਼ਾਂ ਜਿਹੜੀਆਂ ਬਹੁਤ ਡੰਘਾਈ ਵਾਲੀਆਂ ਇਹ ਮਤਲਬ ਕਿ ਕਥਾਵਾਚਕ ਹੀ ਸਾਰੀ ਦੱਸ ਸਕਦੇ ਜਿਹੜੇ ਇਹਨਾਂ ਨੇ ਖੋਜ ਕੀਤੀ ਆਪਾਂ ਤਾਂ ਇੰਨੇ ਨਹੀਂ ਐਕਸਪਰਟ ਨਹੀਂ ਹੈਗੇ ਅਤੇ ਪਰ ਫਿਰ ਵੀ ਜੇ ਆਪਾਂ ਤੁਰਾਂਗੇ ਤਾਂ ਚਾਂਸਿਸ ਹੈਗੇ ਉਹਦੇ ਬੱਚਿਆਂ ਨੂੰ ਸਿਖਾ ਸਕਾਂਗੇ ਜੇ ਆਪ ਹੀ ਨਹੀਂ ਕੁਛ ਸਿੱਖਿਆ ਤਾਂ ਬੱਚਿਆਂ ਨੂੰ ਕੀ ਸਿਖਾਵਾਂਗੇ ਵੀ ਜਿਵੇਂ ਹੁਣ ਵੇਖ ਲਓ ਖਾਲਿਸਤਾਨੀ ਦੀ ਜਿਹੜੀ ਮੀਨਿੰਗ ਹੁੰਦੀ ਆ ਬੇਟਾ ਖਾਲਿਸਤਾਨੀ ਹੁੰਦੀ ਸੀ ਖਾਲਿਸਤਾਨੀ ਹੁੰਦੀ ਸੀ ਰਿਸਪੈਕਟ ਹੁੰਦੀ ਸੀ ਰਹਾ
ਖਰੇ ਹੋਣਾ ਆਪਦੇ ਵਾਸਤੇ। ਨਹੀਂ ਨਹੀਂ ਬੇਟਾ, ਇਹ ਜਿਹੜਾ ਲਫਜ਼ ਆਇਆ ਨਾ, ਇਹ ਹੋਣੀ ਕਿਤੇ ਆਇਆ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਸੀ। ਜੇ ਉਹਨੂੰ ਚੇਂਜ ਕਰਕੇ ਖਾਲਸਾ ਰਾਜ ਕਰ ਦੇਣ, ਸਾਰੇ ਮਸਲੇ ਹੱਲ ਹੋ ਜਾਣਗੇ, ਕਿਉਂਕਿ ਇਹਦੇ ਤੋਂ ਲੋਕ ਇਰੀਟੇਟ ਹੁੰਦੇ ਆ, ਲੋਕਾਂ ਦੇ ਮਨ 'ਚ ਬਹਿ ਗਿਆ ਪਤਾ ਨਹੀਂ ਕੀ ਚੀਜ਼ ਆ। ਜੇ ਉਹਨੂੰ ਚੇਂਜ ਕਰਕੇ ਖਾਲਸਾ ਰਾਜ ਕਰ ਦੇਣਾ, ਖਾਲਸਾ ਰਾਜ ਚਾਹੀਦਾ ਹੈ ਨਾ ਯਾਰ। ਅੰਕਲ ਵੀ ਹੁਣ ਜਿਵੇਂ ਲੋਕਾਂ ਨੂੰ ਵਰਲਡ ਚੇਂਜ ਕਰਨ ਦੀ ਲੋੜ ਆ, ਨਹੀਂ ਅੰਕ ਪਤਾ ਵੀ ਨਹੀਂ ਲੋਕਾਂ ਨੂੰ, ਜੇ ਇਹ ਸਿੱਧਾ ਜਾਂਦੇ ਆ ਵੀ ਖਾਲਿਸਤਾਨ ਰਿਲੇਟ ਕਰਦੇ, ਚਲੋ ਭਿੰਡਰਾਂਵਾਲਾ ਭਿੰਡਰਾਂਵਾਲਾ ਜੋ ਵੀ ਕੀਤਾ ਉਹਨੇ ਬਈ, ਚਲੋ ਆਪਣੇ ਤੌਲ ਵਧੀਆ ਕੀਤਾ ਜੋ ਕੀਤਾ, ਰਾਈਟ। ਪਰ ਉਹ ਲੋਕ ਐਂ ਨਹੀਂ ਸਮਝਦੇ ਸੀ ਉਹਦੀ ਸ਼ੁਰੂਆਤ ਕਿੱਥੋਂ ਹੋਈ, ਕਿਹਨੇ ਲਿਆਂਦਾ ਸੀ ਭਿੰਡਰਾਂਵਾਲੇ ਨੂੰ, ਬੀਜੇਪੀ ਵਾਲਿਆਂ ਨੂੰ, ਕਾਹਤੋਂ ਲਿਆਂਦਾ ਸੀਗਾ। ਉਦੋਂ ਇੰਡੀਆ ਨੂੰ ਪਤਾ ਸੀਗਾ ਵੀ ਆਪਾਂ ਪੰਜਾਬ 'ਚ ਸਪੋਰਟ ਲੂਜ਼ ਕਰੀ ਜਾਂਦੇ, ਆਪਾਂ ਨੂੰ ਕੀ ਬੰਦਾ ਲਿਆਉਣਾ ਪੈਣਾ ਮੂਹਰੇ, ਵੀ ਆਪਾਂ ਫਿਰ ਇਹਨੂੰ ਕੀ ਯੂਨਾਈਟ ਕਰੀਏ। ਭਿੰਡਰਾਂਵਾਲਾ ਆਇਆ ਕਹਿੰਦਾ ਹੈ ਹੈ ਪੁੱਠੇ, ਇਹ ਤਾਂ ਆਪਣੇ ਲੋਕਾਂ ਨੂੰ ਮਾਰਨ ਨੂੰ ਫਿਰਦੇ ਆ। ਨਹੀਂ ਉਹ ਹੱਕ ਦੇ ਲਈ ਲੜਦਾ ਸੀ, ਉਹ ਹੱਕ ਦੀ ਲੜਾਈ ਸੀ, ਕੋਈ ਹੈ ਨਹੀਂ ਸੀ ਇਹੋ ਜਿਹਾ ਵੀ ਮੈਂ ਤਾਂ ਹੁਣ ਪੰਜਾਬ 'ਚ ਜਮਾਂ ਆਪਣਾ ਵੱਡਾ ਹੋਇਆ, ਮੈਂ 30 ਸਾਲ ਦਾ 31 ਸਾਲ ਦਾ ਜਦੋਂ ਇੱਥੇ ਆ ਸਾਰਾ ਕੁਝ ਅੱਖੀਂ ਮੈਂ ਦੇਖਿਆ। ਉਹਦੇ ਵਿੱਚ ਹੱਕ ਦੀ ਲੜਾਈ ਸੀ ਜਿਹੜਾ ਖਰਾਬ ਕੀਤਾ ਉਹ, ਮਤਲਬ ਕਿ ਕੁਛ ਮਾੜੇ ਲੋਕਾਂ ਨੇ ਵਿੱਚੋਂ ਰਲ ਗਿਆ ਉਹੋ ਜਿਹਾ। ਹੁਣ ਜੀ ਉਹ ਕਹਿੰਦੇ ਸੀ ਉਹ ਚਮਕੀਲੇ ਨੂੰ ਮਾਰਤਾ, ਇਹ ਜੀ ਉਹਨੇ ਗਾਣੇ 'ਚ ਕਿਹਾ ਸੀਗਾ ਵੀ ਤੁਹਾਡਾ ਕੀ ਵਿਚਾਰਾਂ ਉਹਦੇ ਬਾਰੇ, ਚੋਰਾਂ ਨੇ ਪਾ ਲਿਆ ਸਾਧਾਂ ਵਾਲਾ ਬਾਣਾ, ਇਹ ਗੱਲ ਨਹੀਂ ਸੀ ਹੈਗੀ। ਉਹ ਵਿੱਚੋਂ ਗੱਲਾਂ ਹੋਰ ਸੀਗੀਆਂ, ਉਵੇਂ ਨਾ ਜੋੜਦਾ। ਇੱਕ ਅੰਕਲ ਇਹ ਵੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ, ਜਿਵੇਂ ਹੁਣ ਆਪਾਂ ਆਹ ਚਮਕੀਲਾ ਆਇਆ ਮੂਵੀ ਆਈ ਆ, ਹੁਣ ਅੰਕਲ ਤੁਸੀਂ ਦੇਖ ਲਓ ਬਾਲੀਵੁੱਡ ਆ, ਰਾਈਟ, ਇਹ ਹਮੇਸ਼ਾ ਜਦ ਵੀ ਲਾਈਟ ਲਿਆਉਂਦੇ ਨਾ ਕੋਈ ਵੀ ਆਪਣੇ ਕਹਿੰਦੇ ਹੁੰਦੇ ਆ ਵੀ ਲੈਜੈਂਡ ਸੀਗਾ ਪੰਜਾਬ ਦੇ ਵਿੱਚ, ਹੁਣ ਇਹ ਕਿੱਧਰਲੇ ਪਾਸ ਕਿੰਨੇ ਆਪਣੇ ਲੋਕ ਮਗਰੋਂ ਆਏ ਸੀ, ਉਹਨਾਂ ਵਾਸਤੇ ਤੁਸੀਂ ਦੇਖੀ ਕਦੀ ਕੋਈ ਡਾਕੂਮੈਂਟਰੀ ਬਣਾਈ ਆ ਭਿੰਡਰੇ ਵਾਲੇ ਦੀ, ਜਾਂ ਕਿਸੇ ਦੀ ਕੋਈ, ਹੁਣ ਆਪਣੇ ਦੂਜੇ ਸੀਗੇ ਕੁਲਦੀਪ ਮਾਨ ਕੋਈ ਵੀ ਆ, ਪਹਿਲਾਂ ਜਿਹੜੇ ਗਾਉਣ ਵਾਲੇ ਸੀਗੇ ਜਿਹੜੇ, ਹੁਣ ਤਾਂ ਪਤਾ ਨਹੀਂ ਗਾ ਕਿ ਮੇਰੀ ਨੌਲੇਜ ਨਹੀਂ ਗੀ, ਤੁਸੀਂ ਕਦੀ ਦੇਖਿਆ ਉਹਨਾਂ ਨੂੰ ਬਣਾਉਂਦੇ, ਇਹ ਮੂਹਰੇ ਕਿਹਨਾਂ ਨੂੰ ਲਿਆਉਂਦੇ ਆ ਜਿਹੜੇ ਆਪਣੇ ਲੈਗਸੀ ਜਿਹੜੀ ਸਿੱਖ ਕੌਮ ਨੂੰ ਟੇਂਟ ਕਰਦੇ ਆ ਨਾ, ਉਹਨਾਂ ਨੂੰ ਮੂਹਰੇ ਲਿਆਉਂਦੇ ਆ। ਹੁਣ ਤੁਸੀਂ ਆਪ ਸੋਚ ਲਓ ਅੰਕਲ, ਜਦੋਂ ਹੁਣ ਚਮਕੀਲਾ ਆਇਆ ਅੱਜ ਮੂਵੀ 'ਚ ਦਿਖਾਇਆ, ਇੱਕ ਪਾਰਟ ਪਤਾ ਕੀ ਦਿਖਾਇਆ ਸੀ ਅੰਕਲ, ਕਿਸੇ ਨੇ ਕੁਛ ਨਹੀਂ ਕਿਹਾ, ਇੱਕ ਪਾਰਟ ਦਿਖਾਇਆ ਸੀ ਜਦੋਂ 1984 'ਚ ਹੋਇਆ ਸੀ ਨਾ, ਉਹ 'ਚ ਇੱਕ ਸੀਨ ਦਿਖਾਇਆ ਗਿਆ ਸੀ, ਉਹ ਇੰਸਪੈਕਟਰ ਦੇ ਮੂਹਰੇ ਬੈਠਾ ਸੀ, ਉਹਨੇ ਕੀ ਕਿਹਾ ਸੀਗਾ ਚਮਕੀਲੇ ਨੂੰ, ਉਹਨੇ ਕਿਹਾ ਸੀ ਬਈ ਲੋਕੀਆਂ ਨੂੰ ਤੂੰ ਥੋੜ੍ਹਾ ਐਂਟਰਟੇਨ ਰੱਖੀ ਰੱਖ, ਜੋ ਚੱਲੀ ਜਾਂਦਾ ਚੱਲੀ ਜਾਣ ਦੇ, ਲੋਕਾਂ ਦਾ ਮਨ ਉੱਧਰ ਨੂੰ ਕਰ। ਉਹਨੇ ਬਿਨਾਂ ਕੁਛ ਕਹੀ ਤੋਂ ਅੰਕਲ ਧਰਮ ਨੂੰ ਨਾ ਦੇਖਿਆ, ਉਹਨੇ ਕਿਹਾ ਵੀ ਠੀਕ ਹੈ ਜੀ ਜਿਵੇਂ ਤੁਸੀਂ ਕਿਹਾ ਸੀ ਕਰ ਦਾਂਗੇ, ਖਾੜੇ ਚੱਲੀ ਗਏ ਨਾ, ਉਹਨੇ ਕਦੀ ਖਾੜਿਆਂ 'ਚ ਕਿਹਾ ਵੀ ਜੋ ਹੋ ਰਿਹਾ ਗਲਤ ਹੋ ਰਿਹਾ, ਉਹਨੇ ਕਦੀ ਕਿਹਾ? ਜਿਵੇਂ ਹੁਣ ਦਲਜੀਤ ਦੋਸਾਂਝ ਆ, ਬਈ ਹੁਣ ਅਸੀਂ ਕਹਿ ਨਹੀਂ ਸਕਦੇ ਗਲਤ ਆ ਵੀ ਸਹੀ ਆ, ਪਰ ਉਹਨੇ ਕਦੀ ਇਹ ਡਿਸਾਈਫਰ ਕੀਤਾ ਵੀ ਕਿਉਂ ਨਹੀਂ ਕਿਹਾ? ਆਪਣੇ ਲੋਕ ਹਰ ਰੋਜ਼ ਮਰ ਰਹੇ ਆ ਯਾਰ, ਜਵਾਕਾਂ ਦੇ ਜਵਾਕ ਮਰ ਰਹੇ ਆ, ਫਾਦਰਸ ਮਰ ਰਹੇ ਆ, ਸੋਰੀ ਗ੍ਰੈਂਡਪੇਰੈਂਟਸ ਮਰ ਰਹੇ ਆ, ਉਹਨੇ ਕਦੀ ਡਿਸਾਈਫਰ ਕੀਤਾ ਤੇ ਉਹ ਮੂਵੀ ਦੇ ਵਿੱਚ ਵੀ ਚਮਕੀਲਾ ਐਟ ਦ ਟਾਈਮ ਤੁਸੀਂ ਕਹਿ ਰਹੇ ਸਭ ਨਾਲ ਵੱਡਾ ਫਿਗਰ ਸੀ ਪੰਜਾਬ, ਇੱਕ ਵਾਰੀ ਨਾ ਉਹਨੇ 1984 ਵਾਰੀ ਗੱਲ ਕੀਤੀ, ਲੋਕਾਂ ਨੂੰ ਕਿਹਾ ਨਹੀਂ ਵੀ ਜੋ ਹੋ ਰਿਹਾ ਗਲਤ ਕਿਹਾ, ਆਪਾਂ ਨੂੰ ਸਟੈਂਡ ਕਰਨਾ ਚਾਹੀਦਾ, ਇੱਕ ਵਾਰੀ ਲਤਾਂ ਕੋ ਮੂਵੀ ਬਾਰੇ ਮੂਵੀ 'ਚ ਵੀ ਇੱਕ ਵਾਰੀ ਵੀ ਉਹਨੇ ਕੁਛ ਕਿਹਾ ਨਹੀਂ, ਪਰ ਉਹਨੂੰ ਆਪਾਂ ਪੰਜਾਬ ਦੇ ਵਿੱਚ ਕਹਿ ਦਿੰਦੇ ਸਭ ਨਾਲ ਵੱਡਾ ਫਿਗਰ ਆ। ਹੁਣ ਬਈ ਅੰਕਲ ਮੈਨੂੰ ਤਾਂ ਮਾੜੀ ਗੱਲ ਲੱਗੀ, ਮੈਂ ਪਹਿਲਾਂ ਇਹ ਮੂਵੀ ਤੋਂ ਪਹਿਲਾਂ ਅੰਕਲ ਮੈਂ ਰਿਸਪੈਕਟ ਕਰਦਾ ਸੀ, ਅੰਕ ਮੇਰੀ ਰਿਸਪੈਕਟ ਇੰਨੀ ਥੱਲੇ ਆ ਗਈ ਆ ਵਾ ਮੂਵੀ ਦੇਖ ਕੇ ਨਾ, ਜਿਵੇਂ ਉਹ ਬੰਦੇ ਨੇ ਕੋਈ ਕੇਅਰ ਨਹੀਂ ਕੀਤੀ। ਦਲਜੀਤ ਦੋਸਾਂਝ ਕਿੱਡੀ ਵੱਡੀ ਫਿਗਰ ਆ ਆਪਣੇ ਪੰਜਾਬ ਦੇ ਵਿੱਚ, ਪੰਜਾਬੀ ਆ, ਪੱਗ ਬੰਨਦਾ ਆ, ਲੋਕਾਂ ਨੂੰ ਦੇਖਦਾ, ਤੇ ਅੰਕਲ ਉਹ ਸ਼ੋਅ ਨਹੀਂ ਕੀਤੀ, ਉਹਨੇ ਜਮਾਂ ਰਿਸਪੈਕਟ ਨਹੀਂ ਕੀਤੀ ਆਪਣੇ ਕਲਚਰ ਹੈ ਕੀ ਆ, ਕੀ ਹੋਇਆ ਕੀ ਨਹੀਂ। ਜੇ ਉਹ ਨਹੀਂ ਰਿਸਪੈਕਟ ਸ਼ੋਅ ਕਰੂਗਾ ਤੇ ਲੋਕੀ ਉਹਦੇ ਪਿੱਛੇ ਰਹਿ ਜਾਂਦੇ ਆ। ਆਪਣੇ ਅਮਰਤ ਉਹਦੇ 'ਚ ਨਾ ਗੱਲ ਇਹ ਨਿੱਕੀ ਜਿਹੀ ਗੱਲ ਦੇਖ ਕੇ ਨਾ ਭਾਵਕ ਨਹੀਂ ਹੋਈਦਾ, ਉਹ ਸਾਰਾ ਦੂਰ। ਹੁਣ ਜੇ ਉਸ ਟਾਈਮ ਦੀ ਗੱਲ ਕਰਦੇ ਹਾਂ ਚਮਕੀਲੇ ਦੀ, ਉਹ ਤਾਂ ਆਪਦੇ ਗਾਣੇ ਗਾ ਰਿਹਾ ਸੀ, ਮਤਲਬ ਕਿ ਕਲਚਰ ਪ੍ਰੋਗਰਾਮ, ਉਹਦਾ ਕੋਈ ਧਰਮ ਨਾ ਨਹੀਂ ਸੀ। ਹਾਂ ਜਦੋਂ ਉਹਨੂੰ ਧਮਕੀਆਂ ਮਿਲੀਆਂ ਵਾ, ਫਿਰ ਉਹਨੇ ਚੇਂਜ ਕੀਤਾ ਸ਼ੁਰੂ ਕੀਤਾ, ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਅੱਛਾ ਤਲਵਾਰ ਮੈਂ ਕਲਗੀ ਧਰਦੀ ਆ। ਹੁਣ ਲੋਹੀਆਂ ਵਿੱਚ ਖੜਾ ਲੱਗਾ ਸੀ, ਉੱਥੇ ਚੌਂਕ ਆ ਲੋਹੀਆਂ 'ਚ, ਸੁਲਤਾਨਪੁਰ ਲੋਧੀ ਨੂੰ ਟ੍ਰੇਨ ਜਾਂਦੀ ਆ, ਅਤੇ ਮੈਂ ਕਦੀ ਦੇਖਦਾ ਨਹੀਂ ਸੀ, ਬਹੁਤ ਘੱਟ ਸੀ, ਕਿਉਂਕਿ ਘਰਦਿਆਂ ਦੀ ਇਹ ਸਭ ਕਿਸੇ ਦਾ ਵੀ ਗਾਉਣ ਵਾਲੇ ਨੂੰ ਦੇਖਣ ਜਾਣਾ, ਪੜ੍ਹਨਾ ਆ, ਪੜ੍ਹਾਈ ਵੱਲ ਧਿਆਨ ਦੇ, ਅਤੇ ਮੈਂ ਬਹੁਤ ਘੱਟ ਦੇਖਦਾ ਸੀ। ਕੁਦਰਤੀ ਮੂਡ ਬਣ ਗਿਆ, ਚਲੇ ਗਿਆ।
ਉਹ ਲੋਹੀਆਂ ਚੌਂਕ ਦੇ ਲਾਗੇ ਲੱਗਾ ਸੀ ਖਾੜਾ, ਮੇਰਾ ਖਿਆਲ ਘੰਟਾ ਟ੍ਰੇਨ ਨਹੀਂ ਗਈ ਉੱਥੋਂ। ਜਦੋਂ ਗਾਣਾ ਚੱਲਦਾ ਸੀ ਨਾ ਤਲਵਾਰ ਮੈਂ ਕਲਗੀ ਧਰਦੀ ਹਾਂ, ਅਤੇ ਨਿਹੰਗਾਂ ਨੇ ਉਹ ਲਾਗੇ ਪਿੰਡ ਆ ਨਲ ਮਾਣਕ, ਉਹ ਨਿਹੰਗੀ ਆ ਉੱਥੇ ਰਹਿੰਦੇ ਨਿਹੰਗ ਪਾਣੇ ਵਾਲੇ ਗੁਰੂ ਗੋਬਿੰਦ ਸਿੰਘ ਦੀ ਲਾਡਲੀ ਫੌਜ। ਅੱਛਾ ਉਹ ਮੇਰਾ ਖਿਆਲ ਉਹਨਾਂ ਕਦੀ ਪੰਜੀ ਦਿੱਤੀ ਨਹੀਂ ਹੋਣੀ ਕਿਸੇ ਨੂੰ, ਤਾਂ ਸਟੇਜ ਭਰਤੀ ਨੋਟਾਂ ਨਾਲ ਵਾਰ ਵਾਰ ਉਹੀ ਲਵਾਉਂਦੇ ਸੀ ਅਤੇ ਪੀੜੇ ਨਹੀਂ ਜਾਂਦੀ। ਸੋ ਨਿੱਕੀ ਜਿਹੀ ਗੱਲ ਨੂੰ ਲੈ ਕੇ ਨਾ, ਦਲਜੀਤ ਦਸਾਂਝ ਜਿਹੜਾ ਚਲੋ ਠੀਕ ਆ ਸਿੰਗਰ ਆ, ਉਹਦਾ ਕੰਮ ਨਹੀਂ ਹੈਗਾ ਇਹ ਕੰਮ ਜਿਹੜੇ ਸਾਡੇ ਪ੍ਰਮੋਟ ਕਰਨਾ ਧਰਮ ਨੂੰ, ਇਹ ਸਾਡੇ ਧਰਮੀ ਲੋਕਾਂ ਦਾ ਕੰਮ ਆ। ਅਕਾਲ ਤਖ਼ਤ ਕੀ ਕਰਦਾ, ਕਿੰਨੇ ਸਕੂਲ ਕਾਲਜ ਖੋਲ੍ਹੇ ਆ। ਹੁਣ ਜੇ ਪੰਜਾਬ ਵਿੱਚ ਹੀ ਗੁਰੂਆਂ ਪੀਰਾਂ ਦੀ ਧਰਤੀ ਆ, ਜੇ ਉੱਥੇ ਡਰੱਗ ਚੱਲਦੀ ਆ ਬਾਹਰ ਕੀ ਨਾ ਕਿਉਂ ਨਾ ਚੱਲੂਗੀ, ਚੱਲੂਗੀ ਆ। ਉਹ ਸਫਾਈ ਕੀਤੀ ਉੱਥੇ ਕਿੰਨੇ ਹੁਣ ਭਗਵੰਤ ਮਾਨ ਸਿੱਖ ਹੈ ਨਾ, ਇਹ ਆਪਾਂ ਨਿੱਕੀ ਜਿਹੀ ਗੱਲ ਨੂੰ ਲੈ ਕੇ ਉਹ ਆਪਦਾ ਜੋ ਕਰ ਰਿਹਾ ਸਹੀ ਕਰ ਰਿਹਾ ਕਮ ਸੋ ਕਮ। ਚਲੋ ਹੋਰ ਨਹੀਂ ਹੈਗਾ, ਪੱਗ ਪਾ ਕੇ ਬੰਨ ਕੇ ਗਲਤ ਕੰਮ ਤਾਂ ਨਾ ਕਰਦਾ, ਕਮ ਸੋ ਕਮ ਆਈਡੈਂਟੀ ਦੱਸ ਰਿਹਾ ਵੀ ਹਾਂ ਸਿੱਖ ਹੈਗੇ। ਹਾਂ ਠੀਕ ਆ, ਉਹਦਾ ਕਲਚਰ ਪ੍ਰੋਗਰਾਮ ਉਹ ਕਰਨ ਦੇ ਉਹਨੂੰ, ਉਹਨੂੰ ਧਾਰਮਿਕ ਪੱਖੇ ਨਾ ਲੈ ਕੇ ਜਾਈਏ। ਅਤੇ ਜੇ ਕਹੋ ਅਮਰ ਸਿੰਘ ਚਮਕੀਲੇ ਦੀ ਗੱਲ, ਹਾਂ ਉਹ ਦਿਮਾਗ ਬਹੁਤ ਸ਼ਾਰਪ ਸੀ ਉਹ ਬੰਦੇ ਦਾ, ਉਸ ਟਾਈਮ 'ਤੇ ਗਾਣੇ ਉਹ ਸੁਣਨ ਵਾਲੇ ਨਹੀਂ ਸੀ ਹੈਗੇ। ਹਾਂਜੀ ਮਾਹੌਲ ਲੱਗ, ਹਾਂ ਮਾਹੌਲ ਕੀ, ਉਹ ਟਰੱਕਾਂ ਵਿੱਚ ਹੀ ਗਾਣੇ ਚੱਲਦੇ ਸੀ ਕੋ, ਲੋਕ ਤਾਂ ਹਮੇਸ਼ਾ ਹੀ ਚਾਹੁੰਦੇ ਆ ਵੀ ਉਹ ਜਿਹਾ ਸਾਨੂੰ ਚਾਹੀਦਾ। ਮਤਲਬ ਕਿ ਹੁਣ ਮੈਂ ਇੱਕ ਸੁਣਦਾ ਸੀ ਉਹਦੀ, ਉਹ ਕਹਿੰਦਾ ਜੀ ਮੈਂ ਤਾਂ ਪਹਿਲਾਂ ਧਾਰਮਿਕ ਗਾਣਾ ਗਾਉਣਾ, ਵੀ ਧਾਰਮਿਕ ਗਾਣਾ ਫੇਰ ਸਟੇਜ ਤੋਂ ਵੀ ਮੈਂ ਸ਼ੁਰੂ, ਕਹਿੰਦਾ ਉਹ ਇੱਕ ਬੋਲਿਆ ਜੀ ਚੌਂਦਾ ਚੌਂਦਾ ਲਾ ਦਿਓ, ਕਹਿੰਦਾ ਸੁਣ ਲਓ ਲਓ ਬਾਬਾ ਜੀ ਸੁਣ ਲੈਣਾ ਕੋਲ ਲੈ ਲਓ, ਧਾਰਮਿਕ ਵੀ ਕਹਿੰਦਾ ਚੌਂਦਾ ਚੌਂਦਾ ਲਾ ਦਿਓ, ਹੁਣ ਕੀ ਕਹੋਗੇ ਤੁਸੀਂ। ਇਹ ਵੀ ਗੱਲ ਹੈਗੀ, ਠੀਕ ਹੈ ਨਾ, ਉਹ ਥੋੜ੍ਹਾ ਡਿਟੇਲ ਵਿੱਚ ਜਾਇਆ ਕਰੋ, ਆਪਾਂ ਮਿੰਟ ਵਿੱਚ ਹੀ ਆਪਾਂ ਨਾ ਗਰਮ ਹੋ ਜਾਂਦੇ ਹਾਂ ਥੋੜ੍ਹਾ। ਸੋ ਕਈ ਜਗ੍ਹਾ ਠੀਕ, ਪਰ ਉਸ ਟਾਈਮ 'ਤੇ ਉਹ ਹੁਣ ਅੱਜ ਕੱਲ੍ਹ ਤਾਂ ਉਹਨੂੰ ਕਿਤੇ ਵਰਸ ਹੋ ਗਿਆ ਕੰਮ, ਹੁਣ ਅੱਜ ਕੱਲ੍ਹ ਚੱਲ ਰਿਹਾ ਮੂਵੀਆਂ ਚੱਲ ਰਹੀਆਂ, ਉਸ ਟਾਈਮ 'ਤੇ ਤਾਂ ਕੁੜੀਆਂ ਕੋਈ ਕੈਪਰੀਆਂ ਕੁਪਰੀ ਪਾਉਂਦੀਆਂ ਨਹੀਂ ਸੀ, ਠੀਕ ਹੈ ਨਾ, ਵਾਲ ਨਹੀਂ ਸੀ ਕੱਟਦੀਆਂ, ਈਵਨ ਕਿ ਖਾੜੇ ਸੁਣਨ ਵੀ ਨਹੀਂ ਜਾਂਦੀਆਂ। ਅਤੇ ਅੱਜ ਕੱਲ੍ਹ ਦੇਖ ਲਓ ਕੀ ਹਿਸਾਬ ਹੋ ਰਿਹਾ, ਜਿਹਨੂੰ ਮਰਜ਼ੀ ਕਹਿ ਕੇ ਦੇਖ ਲਓ। ਸੋ ਇਹ ਟਾਈਮ ਲੱਗੂਗਾ, ਇਹ ਇਤਰਾਅ ਚੜਾਅ ਚੱਲਦੇ ਰਹਿੰਦੇ ਆ। ਬਾਕੀ ਜਿਹੜਾ ਸਿੱਖੀ ਆ ਇਹ ਤਾਂ ਦੁਨੀਆ ਜਿੰਨਾ ਚਿਰ ਰਹੂਗੀ ਰਹੂਗੀ, ਇਹ ਤਾਂ ਕੋਈ ਮਾਈ ਦਾ ਲਾਲ ਕੱਢਦੇ ਦਿਮਾਗ ਮੇਰੇ ਵਰਗੇ ਕਹੀ ਆ ਇਹ ਕਹੀ ਗਾ। ਅਤੇ ਸੋ ਇਹ ਮਹਾਰਾਜ ਬਖਸ਼ਿਸ਼ ਕਰਨ, ਹਰ ਇੱਕ ਨੂੰ ਸਮੱਤ ਬਖਸ਼ਣ। ਅਸੀਂ ਹੁਣ ਬਾਹਰ ਆਏ ਹਾਂ, ਚੰਗੀ ਜ਼ਿੰਦਗੀ ਜੀਣ ਲਈ ਆਏ ਹਾਂ। ਹਾਂਜੀ, ਪਾਲੂ ਦੀ ਡਾਇਰੈਕਸ਼ਨ ਸਹੀ ਰੱਖੋ, ਲੜਾਈਆਂ ਝਗੜੇ ਬੰਦ ਕਰੋ, ਆਪਸ ਵਿੱਚ ਜਿਹੜੀਆਂ ਗੋਲੀਆਂ ਗਾਲੀਆਂ ਜਿਹੜੀਆਂ ਜੋ ਵੀ ਇੱਕ ਦੂਜੇ ਨੂੰ ਮਾਰਦੇ ਹਾਂ। ਅਤੇ ਬਾਕੀ ਹੋਰ ਜਿਹੜੀ ਹੈਗੀ ਰਿਸ਼ਤਿਆਂ ਦੀ ਗੱਲ, ਉਹ ਆਪਦੀ ਕਿਸੇ ਦੇ ਮਗਰ ਲੱਗ ਕੇ ਨਹੀਂ, ਪਹਿਲਾਂ ਵਿਆਹ ਤੋਂ ਬਾਅਦ ਕੁਐਸਚਨ ਕਰਨੇ ਜਿਹੜੇ ਉਹ ਨਹੀਂ ਚਾਹੀਦੇ, ਜੇ ਕੁਐਸਚਨ ਪਹਿਲਾਂ ਹੀ ਕਰ ਲਓ। ਵਨ ਟਾਈਮ ਬੋਰਨ, ਇੱਕ ਵਾਰੀ ਜੰਮਣਾ, ਇੱਕ ਵਾਰੀ ਵਿਆਹ ਅਤੇ ਇੱਕ ਵਾਰੀ ਮਰਨਾ, ਬਸ ਇਹ ਟਾਰਗੇਟ ਰੱਖੋ। ਹਾਂ ਜੇ ਇੱਕ ਵਾਰੀ ਵਾਅਦਾ ਕਰ ਲਿਆ ਮਹਾਰਾਜ ਦੀ ਭੀੜ ਦੇ ਸਾਹਮਣੇ, ਫਿਰ ਦੁਨੀਆ ਦੇ ਦੇ ਦਿਓ ਜਾਏ। ਮੈਂ 21 ਸਾਲ ਕਿਉਂ ਕੱਢੇ ਨਾਲ, ਇਸੇ ਕਰਕੇ, ਕਿਉਂਕਿ ਮੈਂ ਇੰਨੀ ਜ਼ਿਆਦਾ ਕੋਈ ਭਗਤੀ ਕੀਤੀ ਸੀ, ਮੈਂ ਕਿਹਾ ਨਹੀਂ, ਰੋ ਰੋ ਕੇ ਟਾਈਮ ਕੱਢਿਆ ਨਹੀਂ, ਹੁਣ ਮੇਰੇ ਵੱਲੋਂ ਪਹਿਲ ਨਹੀਂ ਹੋਈ ਦੂਜੇ ਪਾਸੇ। ਅਤੇ ਸੋ ਇਹ ਤਾਂ ਸਿੱਖ ਦਾ ਹਰ ਪੈਰ 'ਤੇ ਇਮਤਿਹਾਨ ਆ, ਹਰ ਪੈਰ 'ਤੇ ਇਮਤਿਹਾਨ ਆ। ਹੁਣ ਕੀ ਲੋੜ ਸੀ ਬੰਦ ਬੰਦ ਕਟਾਉਣ ਦੀ ਭਾਈ ਮਨੀ ਸਿੰਘ ਨੂੰ, ਗੁਰੂ ਅਰਜਨ ਦੇਵ ਜੀ ਨੂੰ ਕੀ ਤੱਤੀ ਲੋਹ 'ਤੇ ਬਹਿਣ ਦੀ ਲੋੜ ਸੀ, ਗੁਰੂ ਤੇਗ ਬਹਾਦਰ ਨੂੰ ਹਿੰਦੂਆਂ ਦੀ ਖਾਤਰ ਕੀ ਲੋੜ ਸੀ ਸੀਸ ਦੇਣ ਦੀ, ਇਹਦੇ ਪਿੱਛੇ ਕੋਈ ਰਾਜ ਆ। ਨਹੀਂ ਸਹੀ ਗੱਲ ਆ, ਠੀਕ ਹੈ ਨਾ, ਸਾਨੂੰ ਹਿਸਟਰੀ ਪੜ੍ਹਨੀ ਪੈਣੀ ਸਾਰੀ ਇਹ। ਮਤਲਬ ਕਿ ਨਿੱਕੀ ਜੀ ਆਪਣੇ ਕੋਲ, ਮੇਰੇ ਕੋਲ ਵੀ ਨੌਲੇਜ ਨਹੀਂ ਹੈਗਾ ਕਿਉਂਕਿ ਮੈਂ ਸਾਰਾ ਦਿਨ ਹੁਣ ਮਤਲਬ ਕਿ ਕਥਾਵਾਚਕ ਤੋਂ ਹੈ ਨਹੀਂ, ਬਾਕੀ ਗੁਰਬਾਣੀ ਪੜ੍ਹ ਲਈ ਤੁਹਾਨੂੰ ਸਿੱਖਣਾ ਪੈਣਾ, ਇਵੇਂ ਨਹੀਂ ਹੈਗਾ ਵੀ ਮਤਲਬ ਕਿ ਲਗਾ ਮਾਤਰਾ ਗਲਤ ਪੜ੍ਹੇ, ਸੰਥਿਆ ਲੈਣੀ ਪੈਂਦੀ ਹੈ ਲੋਕਾਂ ਨੂੰ, ਸੁਣਨਾ ਹੀ ਚਾਹੀਦਾ ਹੈ ਨਾ, ਕਿੰਨੇ ਲੋਕ ਜੇ ਸਾਡੇ ਪਹਿਲਾਂ ਕਿੰਨਾ ਸਾਕਰ। ਹੁਣ ਕਈ ਕਹਿੰਦੇ ਛੋਟਾ, ਚਲੋ ਮੇਰੇ ਦਿਮਾਗ 'ਚ ਆ ਗਈ ਗੱਲ, ਕਈ ਕਹਿੰਦੇ ਜੀ ਗੁਰੂ ਘਰ ਜਾਣੋ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਸੋਝੀ ਅਕਲ ਉੱਥੋਂ ਹੀ ਆਉਣੀ ਆ ਜਿੱਥੇ ਮਹਾਰਾਜ ਦੀ ਬੀੜ ਪ੍ਰਕਾਸ਼ ਹੈ ਨਾ, ਅਕਲ ਉੱਥੇ ਹੀ ਆਉਣੀ ਹੈ। ਹਾਂ ਬਾਕੀ ਕਿਸੇ ਜਾਤ ਦਾ ਹੈਗਾ
ਉਹ ਨਾ ਦੇਖੋ ਹੁਣ ਮੈਨੂੰ ਕਹਿੰਦੇ ਹੁੰਦੇ ਜੀ ਆ ਰਾਮਗੜੀਆ ਗੁਰਦੁਆਰਾ ਸਿੰਘ ਸਭਾ ਤੂੰ ਕਿੱਥੇ ਜਾਣਾ ਮੈਂ ਕਹਿੰਦਾ ਜੀ ਤੱਕਾਂ ਬੰਦ ਆ ਮੈਂ ਤਾਂ ਮਾਰੇ ਨਾਨਕ ਸਰ ਗਿਆ ਉੱਥੇ ਮੱਥਾ ਟੇਕ ਲਿਆ ਮੈਨੂੰ ਕੋਈ ਨਹੀਂ ਸੇਵਾ ਵੀ ਕਰਨੀ ਆ ਜੇ ਸੇਵਾ ਕਰਨੀ ਮਨ ਸੁੱਧ ਬਹੁਤ ਭੁੱਲ ਜਾਂਦੀ ਚਾਹੇ ਕੋਈ ਗਾਲਾਂ ਕੱਢੀ ਜਾ ਮੈਂ ਨਹੀਂ ਕਦੀ ਪੁੱਛਿਆ ਹਾਂ ਬਾਹਰ ਆ ਬਾਹਰ ਨਹੀਂ ਹੋਏ ਨਹੀਂ ਕਹਿਣ ਦੀ ਉੱਥੇ ਤੈਨੂੰ ਅਰਪਣ ਸਰੈਂਡਰ ਕਰਨਾ ਪੈਣਾ ਜੇ ਮਾਰੇ ਹਜੂਰੀ ਸਰੈਂਡਰ ਨਹੀਂ ਨਾ ਕਰਾਂਗੇ ਤਾਂ ਫਿਰ ਜਿੱਥੇ ਮਰਜ਼ੀ ਦੌੜ ਲਾ ਨਹੀਂ ਤੁਸੀਂ ਬਹੁਤ ਤੁਸੀਂ ਬਹੁਤ ਸੋਹਣਾ ਕਿਹਾ ਅੰਕਲ ਜੋ ਤੁਸੀਂ ਐਂਡ 'ਚ ਕਿਹਾ ਆਪਣੀ ਫੈਮਲੀ ਦਾ ਦੇਖੋ ਹਾਂ ਪਹਿਲਾਂ ਕਰੋ ਸ਼ੁਰੂ ਕਰੋ ਹਾਂ ਸ਼ੁਰੂ ਕਰੋ ਹਾਂ ਇਹ ਇਕੱਲੀ ਮਾਂ ਦੀ ਡਿਊਟੀ ਨਾ ਇਕੱਲੇ ਪਿਓ ਦੀ ਆ ਦੋਨਾਂ ਦੀ ਡਿਊਟੀ ਆ ਦਾਦੇ ਦਾਦੇ ਦੀ ਡਿਊਟੀ ਆ ਅਤੇ ਜੇ ਉੱਥੇ ਰਾਤ ਨੂੰ ਬੋਤਲਾਂ ਹੀ ਪੀਣੀਆਂ ਅਤੇ ਫਿਰ ਉਹ ਬੱਚਿਆਂ ਸੁਸਾਈਡ ਕਿਉਂ ਹੁੰਦੇ ਆ ਮੇਰਾ ਲੋਲਰ ਜੀ ਇੱਕ ਹੋਰ ਸੁਸਾਈਡ ਕੀਤਾ ਬੰਦੇ ਨੇ ਸਾਲ ਮਾਰੀ ਮੇਰਾ ਨੇੜ ਤੋਂ ਹਾਂਜੀ ਦੋ ਦਿਨ ਹੋ ਗਏ ਨਾ ਉਹਦਾ ਕਾਰਨ ਕੀ ਆ ਨੇੜ ਹੋਏ ਹਾਂ ਦੋ ਦਿਨ ਜਿਹੜਾ ਮੈਨੂੰ ਕੱਲ੍ਹ ਪਤਾ ਲੱਗਾ ਉਹਦਾ ਕਾਰਨ ਕੀ ਆ ਬੱਚਾ ਕਿੱਧਰ ਜਾਵੇ ਘਰੋਂ ਨਹੀਂ ਉਹਨੂੰ ਸ਼ਾਂਤੀ ਮਿਲਦੀ ਬਾਹਰ ਉਹਨੂੰ ਨਹੀਂ ਮਿਲਦੀ ਬੱਚਾ ਕੀ ਕਰੂਗਾ ਸਾਰੇ ਜਣੇ ਕਰ ਰਹੇ ਹੁੰਦੇ ਸ਼ਾਮ ਪਿਓ ਪਿਓ ਕਹਿੰਦਾ ਵੀ ਹਾਂ ਜੋ ਮੈਂ ਕਹਿੰਦਾ ਉਹ ਕਰ ਮਾਂ ਕਹਿੰਦੀ ਜੋ ਮੈਂ ਕਹਿੰਦੀ ਉਹ ਕਰ ਨਹੀਂ ਕਾਕਾ ਸਾਡਾ ਨਹੀਂ ਪਹਿਲਾਂ ਬੱਚਿਆਂ ਨੂੰ ਦੇਖੋ ਉਹ ਕੀ ਕਰਨਾ ਚਾਹੁੰਦਾ ਉਹਨੂੰ ਪੁੱਛਿਆ ਸਾਰੇ ਕਹਿੰਦੇ ਮੇਰਾ ਪੁੱਤ ਡਾਕਟਰ ਬਣੇ ਮੇਰਾ ਪੁੱਤ ਜੱਜ ਬਣੇ ਸਾਰੇ ਡਾਕਟਰ ਬਣ ਜਾਓ ਮਰੀਜ਼ ਨਾ ਰਹੋ ਬਈ ਨਹੀਂ ਸਹੀ ਗੱਲ ਆ ਸੌਰੀ ਮੈਂ ਫਾਸਟ ਬੋਲ ਰਿਹਾ ਨਹੀਂ ਨਹੀਂ ਅੰਕਲ ਆਹ ਪਰਫੈਕਟ ਐਂਡਿੰਗ ਤੁਸੀਂ ਜਿਵੇਂ ਤੁਸੀਂ ਕਿਹਾ ਪਰਫੈਕਟ ਐਂਡਿੰਗ ਦਿੱਤੀ ਹੈ ਇਹ ਐਪੀਸੋਡ ਲਈ ਜਿਵੇਂ ਜੋ ਤੁਸੀਂ ਆ ਕਿਹਾ ਐਂਡ 'ਚ ਪਰਫੈਕਟ ਐਂਡਿੰਗ ਇਹ ਐਪੀਸੋਡ ਲਈ ਅੰਕਲ ਅਤੇ ਲੋਕਾਂ ਨੂੰ ਥੋੜ੍ਹਾ ਜਿਹਾ ਆਪਣੇ ਆਪ 'ਚ ਥੋੜ੍ਹਾ ਹੋਣਾ ਚਾਹੀਦਾ ਬੱਚੇ ਨੂੰ ਦੇਖੋ ਬੱਚਾ ਕੀ ਕਰਨਾ ਚਾਹੁੰਦਾ ਬੱਚੇ ਦੀ ਉਹਦਾ ਟਾਰਗੇਟ ਕੀ ਕਰਨਾ ਚਾਹੁੰਦਾ ਬੱਚੇ ਦੇ ਫਿਊਚਰ ਹੈ ਨਾ ਲਾਈਕ ਉਹਦੀ ਲਾਈਫ ਹੈ ਨਾ ਉਹਦਾ ਵੇਖੋ ਯਾਰ ਛੋਟਾ ਦੋ ਤਿੰਨ ਗ੍ਰੇਡ ਸੀ ਉਹ ਕਹਿੰਦਾ ਡੈਡੀ ਮੈਂ ਪੁਲਿਸ ਵਾਲਾ ਬਣਨਾ ਇਹਦੀ ਫੋਟੋ ਵੀ ਪਈ ਕਰੇ ਹੁਣ ਕਹਿੰਦਾ ਡੈਡੀ ਕਮਾਂਡੋ ਬਣਨਾ ਮੈਂ ਕਿਹਾ ਜੋ ਬਣਨਾ ਬਣ ਮੈਂ ਤੇਰੇ ਪਿੱਛੇ ਖੜਾ ਮੈਂ ਜਿੰਨਾ ਚਿਰ ਜੀਣਾ ਨਾ ਤੂੰ ਚੱਲ ਜਿੱਦਣ ਚੱਲਣਾ ਅਖੀਰ ਤੇ ਆਪੇ ਕਹੇਗਾ ਡੈਡੀ ਨਹੀਂ ਬਸ ਹੁਣ ਇਹ ਬਹੁਤ ਵੱਡੀ ਗੱਲ ਅੰਕਲ ਜਿਵੇਂ ਸਾਰੇ ਨਹੀਂ ਮੈਂ ਪੈਸਾ ਦੇਖੇ ਨਹੀਂ ਕਦੀ ਮੈਂ ਤਾਂ ਮਤਲਬ ਕਿ ਆਪਣੇ ਦੇਖਣਾ ਚਾਹੀਦਾ ਮੈਂ ਤਾਂ ਮੇਰਾ ਅਕਾਊਂਟ ਮੇਰਾ ਖਾਲੀ ਅੰਕਲ ਲੈ ਕੇ ਜਾ ਅੰਕਲ ਲੈ ਕੇ ਕਿੱਥੇ ਜਾਓਗੇ ਜਾਂ ਨਾ ਤਾਂ ਨਹੀਂ ਲੈ ਕੇ ਜਾ ਸਕਦੇ ਆਪਾਂ ਜੇ ਬੱਚਿਆਂ ਨੂੰ ਬੱਚੇ ਨਹੀਂ ਤੁਸੀਂ ਸਹੀ ਤਰ੍ਹਾਂ ਪਾਲ ਸਕੇ ਬੱਚਿਆਂ ਨੂੰ ਸਹੀ ਡਾਇਰੈਕਸ਼ਨ ਨਹੀਂ ਦੇ ਸਕੇ ਪੈਸਾ ਕਿਹਦੇ ਲਈ ਆ ਹਾਂ ਉਹਦੇ ਜੇ ਆਪਾਂ ਚੰਗੀ ਦੂਸਰੇ ਪਾਸੇ ਮੈਂ ਬੱਚਿਆਂ ਦੀ ਵੀ ਗਲਤੀ ਸਮਝ ਮੈਂ ਨਹੀਂ ਕਹੂੰਗਾ ਸਾਰੇ ਪੇਰੈਂਟਸ ਹੀ ਆ ਕਿਉਂਕਿ ਅਸੀਂ ਗਰੋ ਅਪ ਹੀ ਉੱਥੇ ਇੱਦਾਂ ਹੋਏ ਹਾਂ ਸਾਡਾ ਪਰਵਰਿਸ਼ ਵੀ ਇਸ ਹਿਸਾਬ ਨਾਲ ਹੋਈ ਹੈ ਦਾਦੇ ਦਾਦੀਆਂ ਤੋਂ ਜੇ ਅਸੀਂ ਰੱਖਣੀ ਚਾਹੁੰਦੇ ਹਾਂ ਨਾ ਬੱਚਿਆਂ ਨੂੰ ਨਾਲ ਲੈ ਕੇ ਚੱਲੋ ਹਾਂ ਬੱਚਿਆਂ ਦੀ ਵੀ ਜੇ ਕੱਲ੍ਹ ਨੂੰ ਕਹਿਣਾ ਬੱਚੇ ਦੀ ਸਾਡੀ ਪ੍ਰਾਈਵੇਸੀ ਨਹੀਂ ਤਾਂ ਮਾਂ ਪਿਓ ਜਿਹਨੇ ਤੈਨੂੰ ਜਮ੍ਹਾਂ ਉਹਦੀ ਪ੍ਰਾਈਵੇਸੀ ਨਹੀਂ ਸੀ ਐਡਾ ਵੱਡਾ ਘਰ ਆ ਉਹ 'ਚ ਰੂਮ ਇੱਕ ਲੈ ਲਓ ਮਾਂ ਪਿਓ ਮਾਂ ਪਿਓ ਬੱਚੇ ਨੂੰ ਕਿਉਂ ਪਾਲਦੇ ਕਾਹਦੇ ਲਈ ਬੁਢਾਪੇ ਵਿੱਚ ਸਾਡੇ ਕੰਮ ਆਉਣ ਅਤੇ ਜੇ ਬੁਢਾਪੇ ਵਿੱਚ ਬੱਚਿਆਂ ਨੇ ਕਹਿਣਾ ਜੀ ਅਸੀਂ ਕੋਈ ਟੋਰਾਂਟੋ ਰਹਿੰਦਾ ਕੋਈ ਕਿਤੇ ਰਹਿੰਦਾ ਕੋਈ ਕਿਤੇ ਰਹਿੰਦਾ ਕੰਮ ਹੀ ਨਹੀਂ ਆਉਣਾ ਪਿਓ ਪਾਣੀ ਖੋਣਾ ਬੈਠਾ ਦਵਾਈ ਖੋਣਾ ਬੈਠਾ ਤਾਂ ਕੀ ਫਾਇਦਾ ਇਹਦੀ ਲਾਦ ਦਾ ਨਹੀਂ ਸਹੀ ਗੱਲ ਕਦ ਬੱਚੇ ਕਾਹਦੇ ਲਈ ਚਾਹੀਦੇ ਇਸੇ ਕਰਕੇ ਚਾਹੀਦੇ ਨਾ ਬੁਢਾਪੇ ਸਾਡੇ ਕੰਮ ਆਉਣਗੇ ਹਮੇਸ਼ਾ ਤਾਂ ਇੱਦਾਂ ਦੇ ਰਹਿਣਾ ਨਹੀਂ ਕਹਿੰਦੇ ਸਰੀਰ ਖਤਮ ਹੋਣਾ ਹੀ ਆ ਲੋੜ ਪੈਣੀ ਆ ਜੇ ਪਾਣੀ ਦੇਣ ਵਾਲੇ ਕੋਈ ਨਹੀਂ ਤਾਂ ਫਿਰ ਭਾਵੇਂ ਪੰਜ ਨਿਆਣੇ ਦਾ ਦਸ ਜਮਲਾ ਕੀ ਫਾਇਦਾ ਉਹਦਾ ਠੀਕ ਹੈ ਨਾ ਸਹੀ ਗੱਲ ਬੱਚਿਆਂ ਨੂੰ ਵੀ ਸੋਚਣਾ ਪੈਣਾ ਆ ਨਹੀਂ ਆਉਂਦਾ ਨੋਰ ਅੰਕੋ ਆਈ ਥਿੰਕ ਜਿਵੇਂ ਹੁਣ ਤੁਸੀਂ ਕਿਹਾ ਆਈ ਥਿੰਕ ਬਸ ਆਈ ਥਿੰਕ ਫਾਈਨਲ ਵਰਡਸ ਜਿਵੇਂ ਹੁਣ ਮੈਂ ਕਹਿਣਾ ਚਾਹੁੰਦਾ ਮੈਂ ਆਪਣੇ ਵੱਲੋਂ ਆਈ ਥਿੰਕ ਜਿੰਨੇ ਵੀ ਪੇਰੈਂਟਸ ਆ ਜਵਾਕ ਆ ਕੋਈ ਵੀ ਆ ਆਈ ਥਿੰਕ ਮਿਲ ਜੁਲ ਥੋੜ੍ਹਾ ਜ਼ਿਆਦਾ ਕਰੋ ਆਪਣੇ ਆਪ ਕੋਸ਼ਿਸ਼ ਕਰੋ ਵੀ ਸਿੱਖੀ ਬਾਰੇ ਸਿੱਖੋ ਘਰੇ ਕੋਸ਼ਿਸ਼ ਕਰਨ ਦੀ ਸਿੱਖੋ ਜੇ ਕੋਈ ਬੋਲਦਾ ਵੀ ਆ ਹੁਣ ਆਲੇ ਦੁਆਲੇ ਜੇ ਕੋਈ ਬੰਦੇ ਨੂੰ ਸੁਣ ਵੀ ਲੈਂਦਾ ਵੀ ਇਹ ਕਈ ਟੁੱਟੀ ਜੀ ਬੋਲੀ ਜਾਂਦਾ ਬੋਲਣ ਦਿਓ ਜੇ ਉਹ ਬੰਦਾ ਜੇ ਤੁਸੀਂ ਉਹ ਪਹਿਲਾਂ ਹੀ ਉਹਨੂੰ ਜੱਜ ਕਰੀ ਜਾਣਗੇ ਵੀ ਉਹ ਬੰਦਾ ਕੋਸ਼ਿਸ਼ ਕਰ ਰਿਹਾ ਤੁਸੀਂ ਉੱਤੇ ਮਜ਼ਾਕ ਉਡਾਈ ਜਾਂਦੇ ਆ ਉਹ ਬੰਦੇ 'ਤੇ ਕਿੰਨਾ ਫਰਕ ਉਹਨੇ ਮੁੜ ਕੇ ਨਾ ਬੋਲਣੀ ਆ ਵੀ ਕਹਿੰਦੇ ਕਿ ਮੈਨੂੰ ਤਾਂ ਲੋਕ ਉੱਲੂ ਸਮਝੇ ਬੰਦਾ ਕੋਸ਼ਿਸ਼ ਕਰਦਾ ਉਹਨੂੰ ਹੌਸਲਾ ਦਿਓ ਵੀ ਕੋਈ ਨਹੀਂ ਵਧੀਆ ਵੀ ਤੁਸੀਂ ਕਰੀ ਬੋਲੀ ਚੱਲ ਨਾ ਕਿਸੇ ਦੀ ਸੁਣੋ ਆਪਣੇ ਜਵਾਕਾਂ ਦੇ ਜਿਹੜੇ ਫਿਊਚਰ 'ਚ ਆ ਆਪਣੇ ਜਵਾਕਾਂ ਦੀ ਸੁਣੋ ਉਹਨੂੰ ਆਪ ਤੁਸੀਂ ਸ਼ਿਕਸ਼ਾ ਦਿਓ ਅਤੇ ਆਪਣੇ ਰਿਲੀਜਨ ਨਾਲ ਤੁਹਾਨੂੰ ਜੁੜਨਾ ਚਾਹੀਦਾ ਆ ਉਹਦੇ ਬਿਨਾਂ ਆਪੇ ਕੁਛ ਨਹੀਂ ਗਾ ਇੱਕ ਤਾਂ ਸਭ ਤੋਂ ਵੱਡੀ ਚੀਜ਼ ਹੈਗੀ ਹੈ ਠੰਡੇ ਦਿਮਾਗ ਨਾਲ ਚੱਲੋ ਇੱਕ ਤਾਂ ਬੜਾ ਗੁੱਸਾ ਆਉਂਦੇ ਬੜੇ ਛਿੱਤੀਆਂ ਆਉਂਦੇ ਆ ਜਦੋਂ ਬੱਚਾ ਕੁਛ ਵੀ ਕਹਿਣਾ ਚਾਹੁੰਦਾ ਮੈਂ ਇੰਟਰਸਟ ਇਹ ਆ
ਤੇ ਕਹਿੰਦੇ ਨਹੀਂ ਨਹੀਂ ਇਹ ਨਹੀਂ ਕਰਨਾ ਚਾਹੁੰਦਾ, ਡਾਕਟਰ ਹੀ ਬਾਹਰ ਲਗਾਈ, ਇਨਵਾਇਰਮੈਂਟ ਬਣਾ ਆਪਣੇ, ਇਨਵਾਇਰਮੈਂਟ ਬਣਾਓ, ਠੰਡਾ ਦਿਮਾਗ ਚੱਲੋ ਹੈ ਨਾ, ਥੋੜ੍ਹੀ ਪੇਸ਼ੈਂਸ ਵੀ ਹੋਣੀ ਚਾਹੀਦੀ ਯਾਰ। ਹਾਂ ਅਸੀਂ ਜਦੋਂ ਐਗਜ਼ਾਮਪਲਾਂ ਦਿੰਦੇ ਨਾ ਰਿਸ਼ਤੇਦਾਰਾਂ ਦੀਆਂ, ਹੋਰ ਭੈਣਾਂ ਭਰਾਵਾਂ ਦੀਆਂ, ਉਹ ਵੇਖ ਤੇਰੇ ਤਾਏ ਦਾ ਪੋਤਾ ਬਣ ਗਿਆ, ਤੇਰੀ ਮਾਸੀ ਦਾ ਪੋਤਾ ਬਣ ਗਿਆ, ਉਹ ਦੇਣੀਆਂ ਬੰਦ ਕਰੋ। ਆਪਦੇ ਬੱਚੇ ਦਾ ਦੇਖੋ, ਆਪਦੇ ਘਰ 'ਚ ਦੇਖੋ, ਤੁਹਾਡੇ ਛੱਤ 'ਤੇ ਕੀ ਹੋ ਰਿਹਾ, ਉਹਨਾਂ ਦੇ ਮੁਕਾਬਲੇ ਕਰਦੇ ਕਰਦੇ ਆਪਦਾ ਘਰ ਖਰਾਬ ਕਰਕੇ ਬਹਿ ਰਹੇ। ਬਾਕੀ ਸਭ ਤੋਂ ਜਿਹੜੀ ਵੱਡੀ ਚੀਜ਼ ਆ, ਮਤਲਬ ਕਿ ਇਹ ਜਿਹੜੀ ਗੱਡੀ ਆ, ਇਹ ਮਤਲਬ ਕਿ ਹਸਬੈਂਡ ਵਾਈਫ ਦੋਨਾਂ ਨੇ ਚੱਲਣੀ ਆ, ਇੱਕ ਨਾਲ ਨਹੀਂ ਚੱਲਣੀ। ਜੇ ਇੱਕ ਪਾਸੇ ਨੂੰ ਖਿੱਚਦਾ ਨਾ, ਫਿਰ ਤੁਸੀਂ ਭੁੱਲ ਜਾਓ। ਇੱਕ ਦਿਨ ਇਹ ਲੀਓ ਲੈ ਹੀ ਜਾਣੀ ਆ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਚਾਹੇ ਉਹ। ਹੁਣ ਜੇ ਬੰਦਾ ਰਾਤ ਨੂੰ ਆ ਕੇ ਬੋਤਲ ਨਾਲ ਰੱਜਿਆ, ਜਨਾਨੀ ਸਾਰਿਆਂ ਸਟਰਗਲ ਕਰਨ ਦੀ, ਬੱਚੇ ਸਾਂਭਣ ਦੀ, ਸਕੂਲੋਂ ਲੈ ਕੇ ਆਉਣਾ, ਲੈ ਕੇ ਜਾਣਾ, ਬੰਦੇ ਦੀਆਂ ਪਾਰਟੀਆਂ ਨਹੀਂ ਮੁੱਕਦੀਆਂ, ਉਹ ਜਨਾਨੀ ਕੀ ਕਰੂਗੀ ਇਕੱਲੀ? ਸਹੀ ਗੱਲ ਆ, ਠੀਕ ਹੈ ਨਾ। ਆਪਦੇ ਬੱਚਿਆਂ ਦੇਖੋ, ਬੱਚੇ ਤੁਸੀਂ ਮਹਾਰਾਜ ਦੀ ਬਖਸ਼ਿਸ਼ ਆ, ਦਿੱਤੇ ਆ, ਤੁਹਾਨੂੰ ਮਿਲੇ ਆ, ਇਹ ਗੋਡ ਗਿਫਟ ਆ। ਹੁਣ ਜਿਹਨਾਂ ਕੋਲ ਨਹੀਂ ਹੈਗਾ, ਪੁੱਛ ਕੇ ਦੇਖ ਲਓ ਬੱਚੇ ਦੀ ਵੈਲਿਊ ਕੀ ਆ। ਇੱਕ ਬੰਦੇ ਰੋਂਦੇ ਪੈ ਦਿੰਦੇ, ਸਾਂਭਦੇ ਨਹੀਂ ਹੈਗੇ। ਅਤੇ ਕਾਪੀਆਂ ਜਿਹੜੀਆਂ ਉਹ ਨਾ ਕਰੋ, ਮਤਲਬ ਕਿ ਤੁਸੀਂ ਆਪਦੇ ਬੱਚਿਆਂ ਦੇਖੋ, ਸਾਡੇ ਬੱਚੇ ਕੀ ਚਾਹੁੰਦੇ ਆ, ਹਾਂ ਠੀਕ ਹੈ ਨਾ। ਉਹਨਾਂ ਦੀ ਸਿਹਤ ਦਾ ਖਿਆਲ ਰੱਖੋ, ਉਹਨਾਂ ਦੀ ਖੁਰਾਕ ਦਾ ਖਿਆਲ ਰੱਖੋ, ਉਹਨਾਂ ਜ਼ਿਆਦਾ ਸਪੋਰਟਸ ਵਿੱਚ ਪਾਓ। ਆ ਜਿਹੜਾ ਫੋਨਾਂ ਵਾਲਾ ਰਾਤ ਦਿਨ 24 ਘੰਟੇ ਲੱਗੇ ਰਹਿਣਾ, ਇਹ ਤਾਂ ਦਿਮਾਗ ਖਰਾਬ ਕਰ ਦੂਗਾ। ਇਹ ਤਾਂ ਨੀਂਦ ਤਾਂ ਨਹੀਂ ਹੁੰਦੀ ਰਾਤ ਨੂੰ, ਉਹਦਾ ਰੀਜ਼ਨ ਕੀ ਆ? ਸਹੀ ਗੱਲ। ਕਾਫੀ ਲੋਕਾਂ ਨੂੰ ਜਿਵੇਂ ਮੈਨੂੰ ਆਪ ਜਿਵੇਂ ਸੁਣਾਉਣ ਲੱਗਿਆ, ਹੁਣ ਮੈਂ ਵੀ ਥੋੜਾ ਭੜਕ ਗਿਆ ਸੀ ਚਮਕੀਲੇ ਦੇ ਪਿੱਛੇ ਜੋ ਹੋਇਆ। ਹੋ ਜਾਂਦਾ ਹੈ, ਕਿਉਂਕਿ ਮੈਂ ਆਈ ਨੀ ਕਹਿੰਦਾ ਵੀ ਮੈਂ ਸਹੀ ਬੰਦਾ ਹੈ, ਰਾਈ। ਪਰ ਜਦੋਂ ਇਹ ਗੱਲਾਂ ਨਿੱਕੀਆਂ ਹੁੰਦੀਆਂ ਵੀ ਆਪ ਨੂੰ ਲੱਗਦਾ, ਹੁਣ ਜਿਵੇਂ ਤੁਸੀਂ ਸਮਝਾਉਂਦੇ ਆ ਵੀ ਨਹੀਂ ਇੱਧਰ ਸੋਚਿਆ ਕਰੋ, ਇਹ ਗੱਲਾਂ ਜਿਵੇਂ ਹੁਣ ਆਪ ਨੂੰ ਬੰਦੇ ਆਪ ਹੀ ਸੈਲਫ ਕੰਟਰੋਲ ਹੋਣਾ ਚਾਹੀਦਾ ਵੀ ਉਦੋਂ ਸੋਚਣ ਦੀ। ਸੋ ਅੰਕਲ ਜਿੰਨਾ ਵੀ ਤੁਸੀਂ ਕਿਹਾ, ਜੋ ਸ਼ਿਕਸ਼ਾ ਦਿੱਤੀ ਇੱਥੇ ਸਾਰੇ, ਹੋਪਫੁਲੀ ਯੂਨੋ ਜਿੰਨੇ ਵੀ ਆਡੀਅੰਸ ਆ ਉਹਨੂੰ ਚੰਗਾ ਲੱਗਿਆ, ਜੇ ਕੋਈ ਯੂਨੋ ਗਲਤੀ ਹੋ ਗਈ ਤਾਂ ਮਾਫ ਕਰਿਓ ਸਾਡੇ ਵੱਲੋਂ। ਧੰਨਵਾਦ ਸਾਰਿਆਂ ਦਾ, ਥੈਂਕ ਯੂ। ਮੈਂ ਕਹਿੰਦਾ ਥੋੜ੍ਹਾ ਹੁਣ, ਅੱਛਾ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਬਰਦਾਸ਼ਤ ਕਰਨ ਲਈ, ਤੇ ਜੇ ਕੋਈ ਭੁੱਲ ਚੁੱਕ ਵਿੱਚ ਗਲਤੀ ਹੋ ਗਈ ਆ ਤਾਂ ਮਾਫ ਕਰਿਓ, ਕਿਉਂ ਮੈਂ ਜੋ ਮੂੰਹ ਚਾਹੇ ਬੋਲੀ ਗਿਆ, ਗਿੱਟੇ ਗੋਡੇ ਲੱਗੀ ਆ, ਤੇ ਚੰਗੀ ਚੀਜ਼ ਬਣਾ ਲਿਓ, ਮਾੜੀ ਛੱਡ ਦਿਓ, ਬਾਕੀ ਡਿਲੀਟ ਕਰ ਦਿਓ ਮਾੜੀ ਜਿਹੜੀ ਆ, ਕੋਈ ਡਿਲੀਟ ਨਹੀਂ, ਸਭ ਕੁਝ ਸਹੀ ਬੋਲਿਆ। ਤੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਨੈਕਸਟ ਟਾਈਮ ਮਹਾਰਾਜ ਨੇ ਕਿਰਪਾ ਕੀਤੀ ਤੇ ਫਿਰ ਜ਼ਰੂਰ ਦੁਬਾਰਾ ਸਾਹਮਣੇ ਹੋਵਾਂਗੇ। ਮੇਰਾ ਪਹਿਲਾ ਟਾਈਮ ਸੀ, ਹੁਣ ਨੈਕਸਟ ਟਾਈਮ ਥੋੜ੍ਹਾ ਜਿਹਾ, ਹੁਣ ਪਾਟੂ ਕਰੋ। ਨਹੀਂ ਖੁੱਲ ਗਿਆ, ਚਸ ਖੁੱਲ ਗਿਆ, ਹੁਣ ਪਤਾ ਲੱਗ ਗਿਆ। ਨਹੀਂ ਵਧੀਆ, ਹੋਪਫੁਲੀ ਲੋਕਾਂ ਨੂੰ, ਯੂ ਨੋ, ਇੱਕ ਸਾਲ ਦਾ ਥੱਕੇ, ਹੁਣ 12 ਘੰਟੇ ਕੰਮ ਕੀਤਾ, ਥੱਕੇ ਮੈਂ, ਟਾਇਰਡ ਆ। ਨਹੀਂ ਬਹੁਤ ਸੋਹਣਾ, ਨਹੀਂ ਬਹੁਤ ਵਧੀਆ, ਮੈਂ ਕੋਸ਼ਿਸ਼ ਕਰੂੰਗਾ ਜਿੰਨਾ ਮੇਰਾ ਤਜਰਬਾ ਹੈਗਾ ਲਾਈਫ ਦਾ, ਉਹਦੇ 'ਚੋਂ ਸਾਂਝਾ ਕੀਤਾ ਜਾਵੇ, ਤੇ ਕਿਸੇ ਦੇ ਕੰਮ ਆਵੇ, ਜੋ ਮੈਨੂੰ ਇੱਥੇ ਇੰਨੀ ਸਟਰਗਲ ਕਰਕੇ ਵੀ ਮੈਂ ਕਾਮਯਾਬ ਹਾਂ, ਤੇ ਜੇ ਸਟੋਰੀਆਂ ਦੱਸਣ ਲੱਗੀ ਹੈ ਤੇ ਮੇਰਾ ਖਿਆਲ ਰੌਂਗਟੇ ਖੜੇ ਹੋ ਜਾਣਗੇ। ਮਹਾਰਾਜ ਦੀ ਕਿਰਪਾ ਬਖਸ਼ਿਸ਼ ਆ, ਸੋ ਜੇ ਸਿੱਖ ਧਰਮ 'ਚ ਪੈਦਾ ਹੋਏ ਨਾ ਤੇ ਗੁਰਸਿੱਖੀ ਨਾਲ ਜੁੜੋ, ਉਹ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ, ਜਿੱਥੇ ਮਰਜ਼ੀ ਦੌੜ ਲਓ। ਉਹ ਤੋਂ ਬਿਨਾਂ ਸਾਡੇ ਕਿੰਨੇ ਗੁਰਦੁਆਰੇ ਆ, ਕੋਈ ਬਹਾਨਾ ਨਹੀਂ ਹੋਣਾ ਚਾਹੀਦਾ। ਹਾਂ, ਤੇ ਸੋ ਇਸ ਕਰਕੇ ਜੇ ਸਿੱਖ ਧਰਮ ਵਿੱਚ ਹੋ ਕੇ ਵੀ ਅਸੀਂ ਮਤਲਬ ਕਿ ਨਹੀਂ ਕੁਛ ਖੱਟ ਸਕੇ, ਤਾਂ ਫਿਰ ਇਸ ਤੋਂ ਅੱਗੇ ਹੈ ਨਹੀਂ ਕੁਛ। ਸਭ ਤੋਂ ਮਾਡਰਨ ਧਰਮ ਆ, ਸਾਰੇ ਧਰਮਾਂ ਦਾ ਸਾਂਝਾ ਧਰਮ ਆ, ਹਰ ਬੰਦਾ ਰਿਸਪੈਕਟ ਕਰਦਾ, ਐਵਰੀਬੋਡੀ ਵੈਲਕਮ ਆ ਇਸ ਧਰਮ 'ਚ। ਤੇ ਔਨ ਦੈਟ ਨੋਟ, ਹਾਂਜੀ, ਥੈਂਕ ਯੂ ਸਾਰਿਆਂ ਦਾ ਧੰਨਵਾਦ, ਵੀ ਸੀ ਯੂ ਗਾਇਜ਼ ਔਨ ਦ ਨੈਕਸਟ ਵਨ, ਬਾਏ।